ਉਹ ਤੇ ਆਇਆ ਸੀ ਆਪਣੇ ਇਸ਼ਕ 'ਚ ਆਪਣੇ, ਉਹ ਕਿਹੜਾ ਕੋਈ ਇੰਜਦਾ ਹੈ ਸੀ, ਲੇਕਿਨ ਬਾਹਰਾਂ ਉਹ ਛੱਡ ਆਇਆ ਸੀ ਸਾਰਾ ਕੁਛ, ਉਹ ਆ ਗਿਆ ਸੀ, ਉਹ ਮਿੱਟੀ 'ਚ ਹੋ ਗਿਆ ਮਿੱਟੀ। ਪਰ ਇਹ ਜਿਹੜੀ ਕਥਾ ਹੈ ਜਿਹੜੀ ਨਾ, ਮੈਂ ਇਸ ਬੰਦ ਦਾ ਬਤੌਰ ਸ਼ਾਇਰ ਵੀ ਬੜਾ ਮਜ਼ਾ ਲੈ ਰਿਹਾ, ਬੜਾ ਬੰਨਿਆ ਬਾਬੇ ਨੇ ਗੱਲ ਨੂੰ। ਰਾਂਝਾ ਸੁੱਟ ਖੁੰਡੀ ਉੱਤੋਂ ਲਾਹ ਪੂਰਾ, ਛੱਡ ਚੱਲਿਆ ਸਭ ਮੰਗਵਾੜ ਮੀਆਂ। ਇੱਕ ਸ਼ਬੀਰ ਜੀ, ਮੇਰੀ ਇੱਕ ਦਿਲ ਦੀ ਖਾਹਿਸ਼ ਹੈ ਕਿ ਹੀਰ ਰਾਂਝੇ ਦੀ ਡਾਇਰੈਕਸ਼ਨ ਕਰੀਏ ਥੀਏਟਰ ਦੀ, ਮੈਂ ਬਿਲਕੁਲ ਐਜ਼ ਏ ਡਾਇਰੈਕਟਰ। ਇੱਥੇ ਕਿਸੇ ਨੂੰ ਪੜ੍ਹਨਾ ਨਹੀਂ ਆਉਂਦੇ, ਜਿਹੜੀਆਂ ਹੀਰਾਂ ਪੜ੍ਹੀਆਂ ਜਾ ਰਹੀਆਂ ਨੇ ਐਵੇਂ ਇੱਕੋ ਹੀ ਕੇਸਟ ਜੀ ਚਲਾਈ ਹੈ, ਇੱਕੋ ਤਰ੍ਹਾਂ, ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਕਰੈਕਟਰ ਬੋਲ ਕਿਵੇਂ ਰਿਹਾ। ਕੋਈ ਕੇਸਟਾਂ ਜਿਹੀਆਂ ਜਿਹੜੀਆਂ ਮਾੜੀ ਮੋਟੀ ਇੱਥੇ ਹੋਈ ਹੈ, ਉਹਦਾ ਕੰਮ ਤਾਂ ਹੋਣਾ ਚਾਹੀਦਾ ਹੈ। ਇਹ ਬੜਾ ਵੱਡਾ, ਇਹ ਅਸਲ ਜੇ ਹਿਊਜ ਲੈਵਲ ਦਾ ਕੰਮ ਹੋਣਾ ਐਸਾ। ਮੈਂ ਤੇ ਥੀਏਟਰ ਵਾਲਿਆਂ ਦੇ ਕੰਮ ਸੀ ਕਿ ਉਹ ਕਰਦੇ ਇਹਨੂੰ, ਲੇਕਿਨ ਥੀਏਟਰ ਵਾਲਿਆਂ ਦੇ ਨੂੰ ਬੋਲੀ ਦੇ ਸਾਰੇ ਐਕਸਪ੍ਰੈਸ਼ਨ ਦਾ ਹੀ ਨਹੀਂ ਸੀ ਪਤਾ। ਨਹੀਂ, ਅਸਲ 'ਚ ਥੀਏਟਰ ਦਾ ਮਸਲਾ ਹੁਣ ਹੋਇਆ ਕਿ ਥੀਏਟਰ ਜਿਹੜਾ ਹੈ ਨਾ, ਇਹਦੇ ਨਾਲ ਜੁੜ ਗਈ ਹੈ ਸ਼ਾਇਰੀ ਵਸੂ। ਹਾਂ, ਇਹ ਜਿਹੜੀ ਮਸਲ ਤੁਸੀਂ ਭਾਵੇਂ ਜਿੱਡੇ ਮਰਜ਼ੀ ਪੜ੍ਹਦੇ ਹੋ, ਲੇਕਿਨ ਜਿਹੜਾ ਤੁਹਾਡਾ ਕੁਦਰਤੀ ਲਹਿਜਾ ਹੁੰਦਾ ਨਾ, ਉਹ ਇਹਨਾਂ ਕੋਲ ਬਣਦਾ ਨਹੀਂ ਪਿਆ। ਹਾਲਾਂਕਿ ਜਿਹੜਾ ਐਕਟਰ ਹੈਗਾ ਬਣਾਉਂਦਾ, ਉਹ ਚੀਜ਼ਾਂ ਨੂੰ ਜਾ ਕੇ ਦੇਖਦਾ, ਸਟੱਡੀ ਕਰਦਾ, ਔਰ ਆਪਣੇ ਆਪ ਦੇ ਉਹਨੂੰ ਦੇਖਦਾ, ਉਹਨਾਂ ਨਾਲ ਮਿਲ ਕੇ ਜਾਂ ਉਹਨਾਂ ਦੇ ਵਿੱਚ ਰਹਿੰਦਾ। ਖੇਡ ਸਾਰੀ ਡਾਇਰੈਕਟਰ ਦੀ, ਠੀਕ ਨਾ ਜੀ। ਅੱਛਾ, ਹੁਣ ਉਹ ਇੱਕ ਤਾਂ ਹੈਗਾ ਕਿ ਉਹਨਾਂ ਨੂੰ ਇਹਦੀ ਫਿਲਾਸਫੀ ਦਾ ਪਤਾ ਹੋਣਾ ਚਾਹੀਦਾ, ਜਿਹੜਾ ਕਰੈਕਟਰ ਹੈ ਉਸ ਕਰੈਕਟਰ ਦੀ ਫਿਲਾਸਫੀ ਦਾ, ਕਿ ਕਰੈਕਟਰ ਹੈ ਕੀ। ਜਿਸ ਤਰ੍ਹਾਂ ਗਾਉਣ ਵਾਲੇ ਨੂੰ ਉਹ ਉਹਦੇ ਉਹਨੇ ਫੀਲਿੰਗ ਨਾਲ ਦੇਣੀ ਹੁੰਦੀ ਹੈ, ਐਕਸ਼ਨ ਦੇਣੇ ਹੁੰਦੇ ਨੇ। ਅਗਰ ਉਹਨੂੰ ਉਹਦਾ ਮਾਣਿਆਂ ਦਾ ਹੀ ਨਹੀਂ ਪਤਾ ਹੋਵੇਗਾ, ਉਹਦੇ ਅੰਦਰ ਦਾ ਅੰਦਰੂਨਾ ਜਿਹੜਾ ਗਾਣੇ ਦਾ ਉਹਦਾ ਨਹੀਂ ਪਤਾ ਹੋਵੇਗਾ, ਤਾਂ ਉਹ ਫੀਲ ਤਾਂ ਉਸ ਤਰ੍ਹਾਂ ਫੀਲ ਦੇ ਤਾਂ ਨਹੀਂ ਨਾ ਸਕੇਗਾ, ਠੀਕ ਹੈ ਨਾ ਜੀ। ਸੋ ਇਹ ਸਮਝ ਦੇ ਨਾਲ ਕੰਮ ਹੈ। ਤੁਸੀਂ ਅਗਰ ਰਾਂਝੇ ਦਾ ਕਿਰਦਾਰ ਕਰ ਰਹੇ ਹੋ, ਅਤੇ ਹੁਣ ਰਾਂਝਾ ਜਿਹੜਾ ਹੈ, ਇੱਕ ਵੇਲਾ ਸੀ ਕਿ ਉਹਦਾ ਜਿਹੜਾ ਜ਼ਿਹਨੀ ਲੈਵਲ ਹੈ ਹੋਰ ਸੀ, ਪਰ ਜਦੋਂ ਕੰਮ ਦੇ ਵਿੱਚ ਪਿਆ, ਜਦੋਂ ਅਮਲ ਦੇ ਵਿੱਚ ਪਿਆ, ਅਤੇ ਉਹਦਾ ਜਿਹੜਾ ਜ਼ਿਹਨ ਹੈ ਉਹ ਤਕੜਾ ਹੋ ਗਿਆ, ਠੀਕ ਹੈ ਨਾ। ਐਡਾ ਰਾਂਝਾ ਹੁਣ ਬੋਲਦਾ ਪਿਆ ਜਿਸ ਤਰ੍ਹਾਂ, ਇਹ ਬੰਦਾ ਜਿਹੜਾ ਅਮਲ 'ਚ ਪਿਆ ਹੋਵੇ ਉਹੀ ਬੋਲ ਸਕਦਾ ਨਾ। ਹੁਣ ਘੱਟ ਘੁੱਟ ਬਹੇ ਚਰਾਈ ਤੂੰ ਮਾਈਆਂ ਦੀ, ਇਹ ਕਿਹੜਾ ਬੰਦਾ ਗੱਲ ਕਰ ਸਕਦਾ। ਮੈਂ ਫੈਕਟਰੀ ਤੋਂ ਬਾਹਰ ਹਾਂ, ਮੈਂ ਜਦ ਫੈਕਟਰੀ ਤੋਂ ਬਾਹਰ ਹਾਂ, ਮੈਂ ਕਿਸ ਤਰ੍ਹਾਂ ਗੱਲ ਕਰ ਸਕਦਾ। ਹੁਣ ਜਿਹੜਾ ਬੰਦਾ ਮਿਹਨਤ ਕਰਦਾ ਪਿਆ, ਔਰ ਉਹਦੀ ਮਿਹਨਤ ਜਿਹੜੀ ਹੈ ਉਹ ਮਤਲਬ ਕਿ ਲੁੱਟੀ ਜਾ ਰਹੀ ਹੈ, ਠੀਕ ਹੈ ਨਾ। ਹੁਣ ਨਜ਼ਰ ਤਾਂ ਇੰਝ ਹੀ ਆ ਰਿਹਾ ਨਾ ਕਿ ਜਿਵੇਂ ਰਾਂਝਾ ਜਿਹੜਾ ਹੈ ਉਹਦਾ ਮਕਸਦ ਤਾਂ ਹੀਰ ਹੈ, ਠੀਕ ਹੈ ਨਾ ਜੀ। ਲੇਕਿਨ ਰਾਂਝਾ ਇੱਕ ਹਸਾਸਮੰਦ ਬੰਦਾ ਹੈ। ਰਾਂਝਾ ਹੁਣ ਇਹ ਗੱਲ ਜਿਹੜੀ ਨਾ ਆਪਣੇ ਲਈ ਨਹੀਂ ਕਰ ਰਿਹਾ, ਉਹਨੇ ਮਾਹੀਆਂ ਦੀ ਗੱਲ ਕੀਤੀ ਹੈ, ਪੂਰੀ ਕਲਾਸ ਦੀ ਉਸਨੇ ਗੱਲ ਕੀਤੀ ਹੈ, ਪੂਰੇ ਤਬਕੇ ਨੂੰ ਉਹਨੇ ਦੱਸਿਆ ਕਿ ਵੀ ਇਹ ਇਕੱਲੇ ਦੀ ਗੱਲ ਨਹੀਂ ਹੈ। ਔਰ ਉਹਨੇ ਕਿਹਾ ਕਿ ਤੇਰਾ ਇਹ ਵਰਤਾਰਾ ਹੈ, ਮੈਂ ਇਕੱਲਾ ਬੰਦਾ ਨਹੀਂ ਹੈਗਾ, ਇਹ ਪੂਰਾ ਜ਼ਾਇਚਾ। ਜਿਹੜੇ ਲੋਕਾਂ ਦੇ ਘਰ ਕੰਮ ਕਰਦੇ ਨੇ ਮੁਲਾਜ਼ਮ, ਜਾਂ ਕਿਸੇ ਦੇ ਕੋਲ ਮਜ਼ਦੂਰ ਕੰਮ ਕਰਦੇ ਨੇ, ਔਰ ਕਿਸੇ ਜਗ੍ਹਾ ਉਹ ਕਿਸਾਨ ਕਰਦਾ, ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਮੁਸ਼ਕਤੀ ਜਿਹਨੇ ਰੱਖੇ ਹੋਏ ਨੇ, ਜੋ ਸਰਮਾਏਦਾਰ ਦਾ ਇੱਕ ਵਿਹਾਰ ਹੈ, ਮੁਨਾਫਾ ਲੈਣਾ, ਪੈਸੇ ਨੱਪ ਕੇ ਰੱਖਣੇ, ਉਸ ਦਾ ਇਸਤੇਸਾਲ ਕਰਨਾ ਮਜ਼ਦੂਰ ਦਾ ਆਪਣੇ ਕੰਮ, ਇਹ ਜਿਸ ਤਰ੍ਹਾਂ ਵਾਰਿਸ ਸ਼ਾਹ ਅੱਜ ਤੋਂ ਕੋਈ 250-300 ਸਾਲ ਪਹਿਲੇ ਬੋਲ ਰਿਹਾ, ਯਾਰ ਕਮਾਲ ਹੈ। ਇਹ ਹੁਣ ਕਲਾਸ ਦੀ ਗੱਲ ਜਿਹੜੀ ਨੇ ਖੁੱਲ੍ਹ ਕੇ ਨਹੀਂ ਆ ਗਈ, ਮਜ਼ਦੂਰ ਦੀ ਗੱਲ ਖੁੱਲ੍ਹ ਕੇ ਨਹੀਂ ਆ ਗਈ, ਖੁੱਲ੍ਹ ਕੇ ਆ ਗਈ, ਠੀਕ ਹੈ ਨਾ। ਔਰ ਵਿਹਾਰ ਵੀ ਪਿੱਛੋਂ ਉਹਨਾਂ ਦਾ ਜਿਹੜਾ ਸਰਮਾਏਦਾਰ ਦਾ ਮਾਲਕ ਦਾ ਜੋ ਵਿਹਾਰ ਰਿਹਾ ਹੁਣ ਤੱਕ ਮਜ਼ਦੂਰ ਨਾਲ, ਜਾਂ ਆਕਾ ਦਾ ਗੁਲਾਮ ਨਾਲ ਜੋ ਰਿਹਾ ਇੱਕ ਤਰ੍ਹਾਂ ਸੋ ਕਾਲ, ਉਹ ਇੱਥੇ ਝਲਕ ਪਿਆ। ਮੈਂ ਤੇ ਇਹ ਲਾਈਨ ਟੂ ਲਾਈਨ ਆਉਂਦੇ ਹਾਂ, ਮੈਂ ਇਹ ਜਿਹੜੀ ਗੱਲ ਅਸੀਂ ਕਰ ਰਹੇ ਸਾਂ ਥੀਏਟਰ ਦੀ, ਉਹ ਜਿਹੜਾ ਹੁਣ ਸਮਝਦਾ ਹੋਏਗਾ ਜਿਹੜਾ ਡਾਇਰੈਕਟਰ ਹੈ, ਉਹ ਅਗਰ ਇਸ ਪੂਰੀ ਕਹਾਣੀ ਨੂੰ ਸਮਝਦਾ, ਔਰ ਕਰੈਕਟਰ ਦੀ ਤੌਰ ਨੂੰ ਸਮਝਦਾ, ਠੀਕ ਹੈ, ਉਹਦੀ ਜਗ੍ਹਾ ਨੂੰ ਸਮਝਦਾ, ਉਹਦੇ ਨਾਲ ਜੋ ਹੋਇਆ ਉਹਨੂੰ ਸਮਝਦਾ, ਤੇ ਫਿਰ ਤੇ ਉਹ ਐਸੇ ਕਰੈਕਟਰਾਂ ਦੀ ਭਾਲ ਕਰੇਗਾ ਜਿਹੜੇ ਉਹਨੂੰ ਕਰ ਸਕਣ, ਠੀਕ ਹੈ ਨਾ ਜੀ। ਹੁਣ ਕਈਆਂ ਨੇ ਤੈਅ ਕੀਤਾ ਹੈ ਐਸੇ ਥੀਏਟਰਾਂ ਨੇ ਕਿ ਅਸੀਂ ਇਹ ਬੰਦੇ ਨੇ ਤੇ ਇਹਨਾਂ ਕੋਲ ਹੀ ਕਰਾਉਣਾ, ਅਸੀਂ ਢਾਣੀ ਆ, ਅਸੀਂ ਕੋਈ ਦੂਜਾ ਬੰਦਾ ਨਹੀਂ ਲੈਣਾ, ਤੇ ਅਸੀਂ ਡਰਾਮਾ ਵੀ ਆਹੀ ਕਰਨਾ, ਔਰ ਜਿਵੇਂ ਦਾ ਲਿਖਿਆ ਉਵੇਂ ਦਾ ਹੀ ਕਰਨਾ,
ਮਜਾਲੇ ਚ ਲਫ਼ਜ਼ ਵੀ ਕੋਈ ਅੱਗਾ ਪਿੱਛਾ ਵੀ ਅਸੀਂ ਨਹੀਂ ਕਰਨਾ। ਬਿਲਕੁਲ ਬਿਲਕੁਲ, ਜਦੋਂ ਤੁਹਾਡੇ ਵਰਤਾਰੇ ਹੋ ਜਾਣਗੇ ਉਦੋਂ ਕਿੱਥੇ ਕਲਾ ਨੇ ਅੱਗੇ ਵਧਣਾ ਤੇ ਉਹ ਕੜੀ ਤੁਸੀਂ ਕਲਾ ਲਈ ਫਿਰਦੇ ਹੋ, ਠੀਕ ਹੈ ਨਾ, ਟੋਰੀ ਫਿਰਦੇ ਹੋ ਤੇ ਤੁਸੀਂ ਬਣੇ ਰਹੋ, ਉਹਦਾ ਫਾਇਦਾ ਕੋਈ ਨੀ ਹੈਗਾ। ਚੂਚਕ ਬਣਿਆ ਰਹੇ ਲੇਕਿਨ ਉਹ ਗੱਲ ਆ ਗਈ ਸਾਹਮਣੇ, ਬਣਿਆ ਸੀ ਸਾਰਾ ਕੁਛ, ਲੇਕਿਨ ਜਿਹੜੇ ਲੋਕ ਸਮਝ ਰਹੇ ਹੁੰਦੇ ਨੇ, ਪਰ ਇੱਕ ਵੇਲਾ ਹੁੰਦਾ ਬੋਲਣ ਦਾ, ਇਹ ਨੀ ਹੁੰਦਾ ਕਿ ਲੋਕਾਂ ਨੂੰ ਪਤਾ ਨੀ ਹੁੰਦਾ। ਠੀਕ ਹੈ, ਚਲੋ ਲਾਈਨ ਟੂ ਲਾਈਨ ਅਸੀਂ ਹੁਣ, ਮੈਂ ਪਹਿਲੇ ਤੇ ਇਹ ਸਿੱਧੀਆਂ ਗੱਲਾਂ ਜਿਹੜੀਆਂ ਵਾਰਿਸ ਸ਼ਾਹ ਸੁਣਾ ਰਿਹਾ ਉੱਥੇ ਤੱਕ ਲੈ ਕੇ ਜਾਂਦੇ ਹਾਂ। ਬਾਅਦ ਜਿਹੜੇ ਰਾਂਝਾ ਬੋਲਦਾ, ਜਿਸਲੇ ਰਾਂਝਾ ਸਿੱਧੀ ਇੱਕ ਤੇ ਪਹਿਲੇ ਤੇ ਇੰਝ ਲੱਗਦਾ ਕਿ ਇੱਕ ਨਰੇਟਰ ਹੈ ਜਿਵੇਂ ਕਹਾਣੀ ਲਿਖਣ ਵਾਲਾ, ਸ਼ਾਇਰ ਖੁਦ ਦੱਸ ਰਿਹਾ, ਵਕੂਆ ਦੱਸ ਰਿਹਾ, ਤੇ ਜਿੱਥੇ ਰਾਂਝਾ ਆਪ ਬੋਲਦਾ ਉੱਥੇ ਫਿਰ ਅਗਲੇ ਹਿੱਸੇ 'ਚ ਗੱਲ ਕਰਦੇ ਆ। ਪਹਿਲੇ ਤੇ ਸਿੱਧੀਆਂ ਤਿੰਨ ਲਾਈਨਾਂ ਜਿਹੜੀਆਂ ਮੈਂ ਦੇਖ ਰਿਹਾ, ਰਾਂਝਾ ਸੁੱਟ ਖੁੰਡੀ ਉੱਤੋਂ ਲਾਹ ਪੂਰਾ ਛੱਡ ਚੱਲਿਆ ਸਭ ਮੰਗਵਾੜ ਮੀਆਂ, ਜਿਹਾ ਚੋਰ ਨੂੰ ਥੜੇ ਦਾ ਖੜਕ ਪਹੁੰਚੇ ਛੱਡ ਤੁਰੇ ਹੈ ਸੰਨ ਦਾ ਪਾੜ ਮੀਆਂ, ਦਿਲ ਚਾਇਆ ਦੇਸ ਤੇ ਮੁਲਕ ਉੱਤੋਂ ਉਸਦੇ ਭਾਰ ਦਾ ਬੋਲਿਆ ਹਾੜ ਮੀਆਂ। ਰਾਂਝੇ ਨੇ ਖੁੰਡੀ ਸੁੱਟ ਛੱਡੀ ਹੈ, ਹੁਣ ਵਾੜਾ ਛੱਡ ਦਿੱਤਾ ਹੈ, ਜਿਹਨੂੰ ਮੰਗਵਾੜ ਵੀ ਕਹਿੰਦੇ ਨੇ। ਪਹਿਲੇ ਤੇ ਇਹ ਦੱਸ ਦਿੰਦੇ ਆ ਕਿ ਵੀ ਇਹ ਜਿਹੜੀ ਖੁੰਡੀ ਹੈ ਇਹ ਸੋਟੀ ਹੁੰਦੀ ਹੈ ਜਿਹੜੀ ਜਿਹਦੇ ਨਾਲ ਹਿੱਕਦੇ ਨੇ, ਜਿਹਦੇ ਨਾਲ ਮੱਝਾਂ ਹਿੱਕਦੇ ਨੇ। ਰਾਂਝਾ ਸੁੱਟ ਖੁੰਡੀ ਉੱਤੋਂ ਲਾਹ ਪੂਰਾ ਜਿਹੜਾ ਉਹਨੇ ਜਿਹੜੀ ਲੋਈ ਉਹਨੇ ਲਈ ਹੈ, ਚਾਦਰ ਜਿਹੜੀ ਉਹਨੇ ਤੇ ਉਦੋਂ ਭੂਰੇ ਹੁੰਦੇ ਸਨ, ਚੰਗੀ ਫਕੀਰਾਂ ਦੀ ਭੂਰੀ ਭੱਠ ਪਈ ਤੇਰੀ ਚਿੱਟੀ ਚਾਦਰ, ਚੰਗੀ ਫਕੀਰਾਂ ਦੀ ਭੂਰੀ ਹੈ ਸ਼ਾਹ ਹੁਸੈਨ ਨੇ ਉਸ ਤੋਂ ਪਹਿਲੇ ਵੀ 200-300 ਸਾਲ ਪਹਿਲੇ ਵਰਤਿਆ, ਤੇ ਉਹ ਭੂਰਾ ਜਿਹੜਾ ਉਹਦਾ ਵੱਡਾ ਹੋਏਗਾ, ਉਹਦੀ ਵਰ ਜਿਹੜਾ ਵੱਡਾ ਹੋਣਾ ਉਹ ਭੂਰਾ, ਉਹਨੇ ਭੂਰਾ ਲਾ ਕੇ ਸੁੱਟਿਆ। ਤੇ ਮੰਗਵਾੜ ਜਿਹੜਾ ਹੈ ਉਹ ਜਿੱਥੇ ਮੱਝਾਂ ਬਹਿੰਦੀਆਂ ਨੇ, ਜਿੱਥੇ ਮੱਝਾਂ ਬਹਿੰਦੇ ਨੇ ਉਹ ਸਥਾਨ ਨੂੰ ਮੰਗਵਾੜ ਕਹਿੰਦੇ ਨੇ। ਤੇ ਜਿਹਾ ਚੋਰ ਨੂੰ ਥੜੇ ਦਾ ਖੜਕ ਪਹੁੰਚੇ, ਜਿਵੇਂ ਥੜੇ ਤੇ ਖੜਾਕ ਦੀ ਕੋਈ ਬਿੜਕ ਆਉਂਦੀ ਹੈ, ਰੌਲਾ ਸ਼ੋਰ ਆਉਂਦਾ ਹੈ, ਆਵਾਜ਼ ਆਉਂਦੀ ਹੈ, ਚੋਰ ਜਿਹਲੇ ਸੰਨ ਲਾਉਂਦਾ, ਨਕਬ ਲਾਉਂਦਾ, ਜਿਹਲੇ ਕਿਸੇ ਨੂੰ ਕੰਧ ਪਾੜਦਾ, ਤੇ ਉਹਨੂੰ ਕਿਸੇ ਪਾਸਿਓਂ ਕਿਸੇ ਥੜੇ ਤੋਂ ਕਿੱਧਰੋਂ ਆਵਾਜ਼ ਆ ਜਾਏ, ਕੋਈ ਸ਼ੋਰ ਆ ਜਾਏ ਕੋਈ, ਤੇ ਉਹ ਨੱਸ ਕੇ ਤੁਰ ਜਾਂਦਾ, ਛੱਡ ਕੇ ਨੱਸ ਜਾਂਦਾ। ਤੇ ਦਿਲ ਚਾਇਆ ਦੇਸ ਤੇ ਮੁਲਕ ਉੱਤੋਂ ਉਸਦੇ ਭਾਅ ਦਾ ਬੋਲਿਆ ਹਾੜ ਮੀਆਂ। ਹਾੜ ਤਾਂ ਹੁਣ ਕੋਈ ਔਖਾ ਵੇਲਾ ਹੀ ਹੈ, ਹਾੜ ਦਾ ਜਿਹੜਾ ਮਹੀਨਾ ਹੁੰਦਾ ਜੇਠ, ਹਾੜ ਦੀਆਂ ਧੁੱਪਾਂ ਜਿਹੜੀਆਂ ਨੇ, ਅਨੀਆਂ ਧੁੱਪਾਂ ਹੁੰਦੀਆਂ ਨੇ, ਉਹ ਉਹਨੇ ਉਸ ਬੰਦੇ ਦਾ ਦਿਲ ਚੁੱਕਿਆ ਹੁੰਦਾ ਹਰ ਸ਼ਾਇਦ, ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਬੇਜ਼ਾਰੀ ਹੁੰਦੀ ਹੈ, ਇੰਨੀ ਗਰਮੀ ਹੁੰਦੀ ਹੈ, ਬੰਦੇ ਨੂੰ ਸਮਝ ਨਹੀਂ ਆਉਂਦੀ। ਹਾੜ ਦਾ ਮਹੀਨਾ ਬੜਾ ਸਖਤ, ਜੇਠ ਹਾੜ ਦੀਆਂ, ਅਫਜ਼ਲ ਸਾਹਿਰ ਸਾਹਿਬ ਦਾ ਸ਼ੇਰ ਹੈ, ਜੇਠ ਹਾੜ ਦੀ ਅੰਨੀ ਧੁੱਪੇ ਨਿੱਤ ਸਾਵਣ ਦੇ ਚਾ, ਮੀਂਹ ਮੰਗੀਏ ਤੇ ਹਾੜ ਆ ਜਾਵੇ ਕਰੀਏ ਨਿੱਤ ਉਪਾ, ਇਹ ਵੀ ਇੱਕ ਅਜਬ ਹੈ, ਇਸ ਰੁੱਤੇ ਵੀ ਬੁੱਲਾਂ ਉੱਤੇ ਪਿਪੜੀ ਜੰਮਦੀ ਜਾਏ, ਉਹਦੇ ਕਹਿੰਦਾ ਉਸਦੇ ਭਾਅ ਦਾ ਬੋਲਿਆ ਹਾੜ ਮੀਆਂ, ਤੇ ਇਹ ਹਾੜ ਬੋਲ ਗਿਆ ਜੀ। ਤੇ ਹੁਣ ਜਿਵੇਂ ਕੋਈ ਰਾਂਝੇ ਦੀ ਕੋਈ ਚੋਰੀ ਫੜੀ ਗਈ ਹੈ, ਫੜੀ ਤੇ ਗਈ ਹੈ, ਤਾਂ ਹੀ ਉਹ ਲਫ਼ਜ਼ ਚੋਰ ਦਾ ਜ਼ਿਕਰ ਬਾਬਾ ਕਰ ਰਿਹਾ ਨਾ, ਉਹ ਐਵੇਂ ਤੇ ਨਹੀਂ ਕਰ ਰਿਹਾ ਜਿਵੇਂ ਨੱਸ ਕੇ, ਪਰ ਉਹਨੇ ਪੂਰੀ ਜਾਣ ਲੱਗਿਆ, ਪਹਿਲੇ ਤੇ ਚੋਰ ਵਾਲਾ ਉਹਦੇ ਅੰਦਰ ਕਿਤੇ ਬੋਲਿਆ ਤੜਕਾ ਜਿਹਾ, ਉਸ ਤੋਂ ਬਾਅਦ ਜਿਹੜਾ ਉਹਨੇ ਪੂਰੀ ਚਾਰ ਸ਼ੀਟ ਕੱਢ ਕੇ ਰੱਖ ਦਿੱਤੀ ਬਾਬੇ ਦੀ, ਉਹਦੇ ਪਿਓ ਦੀ ਹੀਰ ਦੀ, ਇੱਕ ਅਲੱਗ ਕਹਾਣੀ ਹੈ। ਤੇ ਉਹ
ਉਹਦੇ ਕੋਲ ਕਈ ਚੀਜ਼ਾਂ ਪੁੱਛ ਵੀ ਰਿਹਾ ਹੈ ਸਾਰਾ, ਔਰ ਫਿਰ ਇੱਥੇ ਪਹਿਲੀ ਵਾਰੀ ਪਤਾ ਲੱਗ ਰਿਹਾ ਕਿ 12 ਸਾਲ ਹੋ ਗਏ ਨੇ ਅਚਾਨਕ ਕਿੱਸੇ ਦੇ ਵਿੱਚ, ਕਿਧਰੇ ਪਿੱਛੇ ਇੰਨੀ ਡਿਊਰੇਸ਼ਨ, ਇੰਨਾ ਪੰਧ ਇੱਕ ਲਾਈਨ ਦੇ ਵਿੱਚ ਕਿਵੇਂ ਮੁਕਾਤਾ ਬਾਬੇ ਨੇ। ਅਚਾਨਕ ਇੱਕ ਬੰਦ ਦੇ ਵਿੱਚ ਇੱਕ ਲਾਈਨ ਆਉਂਦੀ ਹੈ ਕਿ ਜਨਾਬ ਕਿੱਸਾ ਹੋਰ ਤੁਰਿਆ ਆਉਣ ਡਿਆ, ਇੰਝ ਲੱਗਦਾ ਕਿ ਜਿਵੇਂ 5-6 ਮਹੀਨੇ ਹੋਏ ਨੇ ਸਾਰੇ ਕਹਾਣੀ ਨੂੰ, ਕਹਾਣੀ ਇੰਝ ਲੱਗਦੀ ਹੈ, ਠੀਕ ਹੈ ਨਾ, ਕਿੱਸਾ ਇੰਝ ਚੱਲ ਰਿਹਾ ਆ ਰਿਹਾ। ਅਚਾਨਕ ਇੱਕ ਲਾਈਨ ਉਹਨੇ ਆਪ ਹੀ ਸੁਣਾ ਦਿੱਤੀ ਹੈ ਕਿ ਮੈਨੂੰ ਤਾਂ 12 ਸਾਲ ਹੋ ਗਏ ਨੇ ਅਤੇ ਤੂੰ ਮੈਨੂੰ ਅੱਜ, ਇਹਦਾ ਮਤਲਬ ਹੈ ਕਿ ਉਹ ਅਗਰ ਜਵਾਨੀ ਦੇ ਵਿੱਚ ਵੀ ਗਿਆ 20-20 ਸਾਲਾਂ ਦਾ ਬੰਦਾ ਅਤੇ ਉੱਥੇ ਉਹ ਬੱਤੀਆਂ ਦਾ ਹੋ ਗਿਆ ਬੈਠਾ, ਇਹ ਤੇ ਹੁਣ ਦੋਵੇਂ ਹੀ ਹੋ ਗਏ ਨੇ ਵੱਡੇ, ਇਸ ਉਮਰ ਦਾ ਵੀ ਹਿਸਾਬ ਲਾਓ ਨਾ ਫਿਰ, ਕਿ ਹੀਰ ਦੀ ਵੀ 19 ਹੋ ਚੁੱਕੀ ਹੈ ਆਲਮੋਸਟ, 30-35-30-32 ਦੀ ਏਜ ਹੋ ਗਈ ਹੋਏਗੀ, ਅਗਰ ਉਹ 12 ਸਾਲ ਉੱਥੇ ਉਹਨੇ ਮੱਝਾਂ ਚਾਰ ਛੜੀਆਂ ਨੇ, ਉਹ 18-20 ਸਾਲ ਦਾ ਤੇ ਗੱਭਰੂ ਹੋਏਗਾ ਨਾ, ਜਿਸ ਤਰ੍ਹਾਂ ਦਾ ਉਹ ਹੈ ਸੀ, ਜਿੰਨਾ ਗੁਣੀ ਗਿਆਨੀ ਸੀ, ਜਿਸ ਤਰ੍ਹਾਂ ਉਹ ਪੁੱਜਿਆ ਉੱਥੇ, ਉੱਥੋਂ ਇਹ ਉਮਰ ਦਾ ਇਹ ਹਿੱਸਾ ਵੀ ਅੱਧ ਦਾ ਲੱਗਦਾ, ਜਿੱਥੇ ਜਾ ਕੇ ਉਹਨੂੰ ਜਵਾਬ ਮਿਲ ਰਿਹਾ ਜਿਹਦੇ ਚ 12 ਸਾਲ ਦੀ, ਕਿਉਂਕਿ 12 ਸਾਲ ਮੱਝੀਆਂ ਚਰਾਈਆਂ ਤੇ ਬੜਾ ਇਹ ਤੇ ਕਿੱਸਾ ਹਰ ਪਾਸੇ ਅਸੀਂ ਸੁਣਦੇ ਹਾਂ, ਆਮ ਹੀ ਸੁਣਦੇ ਹਾਂ। ਤੇ ਹੁਣ ਅੱਗੋਂ ਤੁਸੀਂ ਜ਼ਰਾ ਦੱਸੋ ਕਿ ਉਹਦੇ ਨਾਲ ਜੋ ਬੀਤ ਵਰਤੀ, ਜੋ ਕਰ ਲਓ ਪਹਿਲਾਂ, ਹਾਂ ਫਿਰ ਚਲੋ ਇੱਕ ਇੱਕ ਲਾਈਨ ਦਾ ਸਾਰਾ ਹੀ ਕਰ ਦਿੰਦੇ ਹਾਂ ਕਿ ਤੇਰੀ ਧੀ, ਅੱਛਾ ਮੈਨੂੰ ਮੱਝੀ ਦੀ ਕੁਝ ਪਰਵਾਹ ਨਾ, ਤੇਰੀਆਂ ਖੋਲੀਆਂ ਕਟਕ ਤੇ ਮਿਲਣ ਸਭੇ, ਤੇ ਖੜੇ ਕੱਟਿਆਂ ਨੂੰ ਕਈ ਧਾੜਵੀਆਂ, ਮੈਨੂੰ ਮੱਝੀ ਦੀ ਕੁਝ ਪਰਵਾਹ ਨਾਹੀ, ਨੱਢੀ ਪਈ ਸੀ ਇਹ ਤਰਿਆੜਵੀਆਂ, ਤੇਰੀ ਧੀ ਨੂੰ ਅਸੀਂ ਕੀ ਜਾਣਨੇ ਆ, ਤੈਨੂੰ ਆਉਂਦੀ ਨਜ਼ਰ ਪਹਾੜਵੀਆਂ, ਤੇਰੀਆਂ ਮੱਝੀ ਦੇ ਕਾਰਨੇ ਰਾਤ ਅੱਧੀ, ਫਿਰਾਂ ਭੰਨ ਦਾ ਕਹਿਰ ਦੇ ਝਾੜਵੀਆਂ, ਮੰਗੂ ਮਗਰ ਮੇਰੇ ਸਮਝੋ ਆਉਂਦਾ ਈ, ਮੱਝੀ ਆਪਣੀਆਂ ਮਹਿਰ ਜੀ ਤਾੜਵੀਆਂ, ਘੁੱਟ ਬਹਿ ਚਰਾਈ ਤੂੰ ਮਾਹੀਆਂ ਦੀ, ਸਹੀ ਕੀਤਾ ਈ ਕੋਈ ਕਰਾੜਵੀਆਂ। ਹੁਣ ਇੱਥੇ ਇੱਕ ਇੱਕ ਲਾਈਨ ਜਿਹੜੀ ਹੈ ਉਹ ਇੰਝ ਦੱਸ ਰਿਹਾ ਕਿ ਜਿਵੇਂ ਵੀ ਤੇਰੀਆਂ ਜਿਹੜੀਆਂ ਖੋਲੀਆਂ, ਜਿਹੜੀ ਖੋਲੀ ਮੱਝ ਹੁੰਦੀ ਹੈ, ਮੱਝਾਂ ਦਾ ਹੀ ਵਗ ਹੁੰਦਾ, ਉਹ ਜਿਹੜੀਆਂ ਘੱਟ ਦੁੱਧ ਦਿੰਦੀਆਂ ਨਾ, ਉਹ ਖੋਲੀਆਂ ਮੱਝਾਂ ਹੁੰਦੀਆਂ ਨੇ, ਤੇ ਜਿਹਨਾਂ ਦਾ ਕੋਈ ਏਡਾ ਮੁੱਲ ਨਾ ਹੋਵੇ, ਖਰਾਂਡ ਪੱਕੀਆਂ ਮੱਝਾਂ ਹੁੰਦੀਆਂ ਜਿਹੜੀਆਂ, ਜਿਹਨਾਂ ਦੇ ਹੱਡ ਨਿਕਲੇ ਹੁੰਦੇ ਨੇ, ਤੇ ਇਹਨਾਂ 'ਤੇ ਕੋਈ ਕਹਿੰਦਾ ਕੋਈ ਇਹਨਾਂ 'ਤੇ ਕੋਈ ਇਹਨਾਂ ਨੂੰ ਕੋਈ ਲਸ਼ਕਰ ਕੋਈ ਤੂਫਾਨ ਲੁੱਟ ਲਏ ਅਤੇ ਕੱਟਿਆਂ ਨੂੰ ਧਾੜ ਪੈ ਜਾਏ, ਅਤੇ ਮੈਨੂੰ ਤੇਰੀਆਂ ਮੱਝੀਆਂ ਚਾਰਨ ਦੀ ਕੋਈ ਲੋੜ ਨਹੀਂ ਸੀ, ਆ ਕੁੜੀ ਮੇਰੇ ਪਿੱਛੇ ਜਿਹੜੀ ਹੈ ਉਹ ਇੱਥੇ ਜ਼ਿੱਦ ਲੈ ਕੇ ਪੈ ਗਈ ਸੀ, ਅਤੇ ਤੈਨੂੰ ਧੀ ਆਪਣੀ ਜਿਹੜੀ ਉਹ ਪਹਾੜ ਵਾਂਗੂ ਜਾਪਦੀ ਹੈ, ਅਤੇ ਜਿਵੇਂ ਕੋਈ ਬਹੁਤ ਉੱਚੇ ਦਰਜੇ ਦੀ ਹੁੰਦੀ ਹੈ, ਪਰ ਮੈਨੂੰ ਉਹਦੀ ਕੋਈ ਪਰਵਾਹ ਨਹੀਂ, ਮੈਂ ਤੇਰੀਆਂ ਮੱਝਾਂ ਚਾਰਨ ਲਈ ਅੱਧੀ ਅੱਧੀ ਰਾਤ ਕਹਿਰ ਦੇ ਇਹਨਾਂ ਜੰਗਲਾਂ ਬੂਟਿਆਂ ਵਿੱਚ ਜਾਨ ਮਾਰਦਾ ਰਿਹਾ, ਇਹ ਹੁਣ ਮੱਝਾਂ ਦਾ ਇੱਜੜ ਮੇਰੇ ਪਿੱਛੇ ਪਿੱਛੇ ਸਮਝੋ ਤੁਰਿਆ ਪਿਆ ਆਉਂਦਾ ਹੀ, ਅਤੇ ਮੈਨੂੰ ਮਤਲਬ ਉਹਦੇ 'ਤੇ ਲੱਗੀਆਂ ਹੋਈਆਂ ਨੇ ਮੱਝਾਂ ਅਸਲ 'ਚ, ਅਤੇ ਤੂੰ ਤੇ ਜਿਹੜੇ ਚਾਰਦੇ ਨੇ ਮੱਝਾਂ ਮਾਈ ਜਿਹੜੇ ਨੇ, ਤੂੰ ਉਹਨਾਂ ਦੀ ਚਰਾਈ ਜਿਹੜੀ ਹੈ, ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਮਾਰ ਲੈਂਦਾ, ਮੈਨੂੰ ਤਾਂ ਤੂੰ ਕੋਈ ਮੈਨੂੰ ਕੋਈ ਕਰਾੜ ਲੱਗਾ, ਤੂੰ ਮੈਨੂੰ ਕੋਈ ਬੰਨੀਆਂ ਲੱਗਾ, ਕੋਈ ਸੂਦਖੋਰ ਲੱਗਾ ਮੈਨੂੰ, ਹੀਰ ਦੇ ਪਿਓ ਨੂੰ ਹੁਣ ਉਹ ਸੁਣਾ ਰਿਹਾ ਰਾਂਝਾ, ਅਤੇ ਮੈਂ 12 ਸਾਲ ਮੱਝਾਂ ਚਾਰਦਾ ਰਿਹਾ, ਅਤੇ ਅੱਜ ਤੈਨੂੰ ਕਹਿੰਦਾ ਤੇਰੇ ਢਿੱਡ 'ਚ ਪੀੜ ਹੋ ਗਈ ਹੈ, ਤੈਨੂੰ ਦਰ ਤਕਲੀਫ ਹੋ ਗਈ ਅਚਾਨਕ, ਅਤੇ ਬਾਕੀ ਮੈਂ ਚਾਰਦੇ ਨੂੰ ਗਏ ਬਰਸ 12, ਅੱਜ ਉੱਠਿਆ ਅੰਦਰੋਂ ਸਾੜ ਮੀਆਂ, ਵਈ ਖਤਰੀ ਦੀ ਰਹੀ ਖਤੜੇ 'ਤੇ, ਲੇਖਾ ਗਿਆ ਹੀ ਹੋ ਪਹਾੜ ਮੀਆਂ। ਹੁਣ ਉਹ ਕਹਿੰਦਾ ਕਿ ਮੇਰਾ ਜਿਹੜਾ ਹਿਸਾਬ ਹੈ ਉਹ ਤਾਂ ਹੁਣ ਪਹਾੜ ਜਿੱਡਾ ਹੋ ਗਿਆ, ਤੂੰ ਕੱਢ ਮੇਰਾ ਜਿਹੜਾ, ਮੈਂ ਤੈਨੂੰ ਜਿੰਨੀ ਦੇਰ 12 ਸਾਲ ਮੱਝੀਆਂ ਚਾਰੀਆਂ ਨੇ, ਹੁਣ ਜਿਹੜੀਆਂ ਪੋਥੀਆਂ 'ਚ ਉਹ ਕਰਜ਼ੇ ਲਿਖੇ ਹੁੰਦੇ ਨੇ, ਵਹੀ ਜਿਹੜੀ ਵਹੀਆਂ ਹੁੰਦੀਆਂ ਨਾ, ਵਹੀ ਖਾਤਾ ਵੀ ਅਸੀਂ ਸੁਣਦੇ ਹਾਂ, ਅਤੇ
ਉੱਥੇ ਦੀ ਉੱਥੇ ਹੀ ਹੈ ਅਤੇ ਮੇਰਾ ਉਧਾਰ ਅਤੇ ਜਿਹੜਾ ਉਹ ਪਹਾੜ ਜਿਹੜਾ ਹੋ ਗਿਆ ਹੁਣ ਅਤੇ ਉਹਨੇ ਅੱਗੋਂ ਇਹ ਵੀ ਲਿਖਿਆ ਕਿ ਤੇਰੀ ਧੀਓ ਰਹੀ ਤੇਰੇ ਘਰ ਬੈਠੀ ਝਾੜਾ ਮੁਫਤ ਦਾ ਲਿਆਈ ਝਾੜਮੀਆਂ ਅਤੇ ਤੂੰ ਮੇਰੇ ਕੋਲ ਐਵੇਂ ਕੰਮ ਲੈਂਦਾ ਰਿਹਾ ਤੂੰ ਮੇਰੇ ਨਾਲ ਮੈਨੂੰ ਇੰਨਾ ਵਰਤ ਲਿਆ ਜਾਂ ਮੇਰੇ ਕੋਲੋਂ ਮੁਫਤ ਦਾ ਮੁਨਾਫ਼ਾ ਲਿਆ ਝਾੜ ਜਿਹੜਾ ਅਸੀਂ ਝਾੜ ਲੈਂਦੇ ਨਾ ਉੱਤੋਂ ਜਿਹੜਾ ਜਿਹੜਾ ਫਸਲ ਚੁੱਕ ਲੈਂਦੇ ਇੱਕ ਤਰ੍ਹਾਂ ਪੈਦਾਵਾਰ ਜਿਹੜੀ ਅਤੇ ਅੱਗੋਂ ਕਹਿੰਦਾ ਕਿ ਹੱਟ ਭਰੇ ਬਗੁਣੇ ਨੂੰ ਸਾਂਭ ਲਿਓ ਕੱਢ ਛੱਡਿਓ ਨੰਗ ਕਰਾੜਮੀਆਂ ਮਤਲਬ ਇਹ ਕਿ ਵੀ ਤੂੰ ਮੇਰੇ ਇਹ ਜਿਹੜਾ ਭਰਿਆ ਭਰਾਇਆ ਜਿਹੜਾ ਘਰ ਹੈ ਇਸ 'ਤੇ ਕਬਜ਼ਾ ਕਰ ਲਿਆ ਜਿਵੇਂ ਕੋਈ ਮੇਰਾ ਅਤੇ ਕਿਸੇ ਕਰਾੜ ਵਾਂਗ ਮੈਨੂੰ ਨੰਗਾ ਕਰਕੇ ਤੂੰ ਬਾਹਰ ਕੱਢ ਦਿੱਤਾ ਅਤੇ ਬਾਰਿਸ਼ਾ ਅੱਗੋਂ ਪੂਰੀ ਨਾ ਪਈਆ ਪਿੱਛੋਂ ਆਇਆ ਸਾਂ ਪੜਦਣੇ ਪਾੜਮੀ ਤੇ ਹੁਣ ਅੱਗੋਂ ਬਾਰਿਸ਼ਾ ਦੀ ਸਟੇਟਮੈਂਟ ਆ ਗਈ ਕਿ ਅੱਗੋਂ ਪੂਰੀ ਨਹੀਂ ਪਈ ਪਿੱਛੋਂ ਪਿੱਛੋਂ ਤੇ ਸਾਰਾ ਕੁਝ ਛੱਡ ਕੇ ਆ ਗਿਆ ਸੀ ਰਾਂਝਾ ਪੜਤਣੇ ਪਾੜ ਕੇ ਆ ਗਿਆ ਸੀ ਮਤਲਬ ਮੁਕਾ ਕੇ ਆ ਗਿਆ ਸੀ ਸਾਰਾ ਕੁਝ ਭਰਾਵਾਂ ਦੇ ਨਾਲ ਵੀ ਉਹ ਸਾਰੀ ਗੱਲਬਾਤ ਜਿਹੜੀ ਹੈ ਇਹ ਤੇ ਹੋਈ ਸਿੱਧੀ ਸਿੱਧੀ ਗੱਲ ਇਹਦੇ ਅੰਦਰ ਦੀਆਂ ਜਿਹੜੀਆਂ ਘੁੰਡੀਆਂ ਨੇ ਰੱਖੋ ਲੋਕਾਂ ਭਾਜੀ ਇਹ ਹੁਣ ਤੱਕ ਅਸੀਂ ਜਿਹੜੀ ਕਹਾਣੀ ਪੜ੍ਹੀ ਹੈ ਉਹਦੇ 'ਚ ਅਸੀਂ ਆਪਣੇ ਟੇਵੇ ਲਾ ਕੇ ਗੱਲ ਕਰ ਰਹੇ ਸਾਂ ਟੇਵਾ ਹੀ ਹੁੰਦਾ ਨਾ ਜਦੋਂ ਤੁਹਾਨੂੰ ਕਿਸੇ ਗੱਲ ਦਾ ਐਡਾ ਪੱਕਾ ਜਿਸ ਤਰ੍ਹਾਂ ਪੱਕੀ ਗੱਲ ਆਈ ਹੈ ਨਾ ਹੋਵੇ ਤਾਂ ਤੁਸੀਂ ਅੰਦਾਜ਼ੇ ਦੇ ਨਾਲ ਕਰੈਕਟਰ ਦੀ ਚਾਲ ਦੇ ਨਾਲ ਉਹਦੀ ਬੋਲੀ ਦੇ ਨਾਲ ਜਿਹੜਾ ਕਿਉਂਕਿ ਅਸਲ 'ਚ ਜਿਹੜੀ ਹੁੰਦਾ ਨਾ ਅਦਬ ਸੁਲੇਖ ਲਿਟਰੇਚਰ ਇਹ ਹੁੰਦਾ ਹੀ ਲੁਕਵਾਂ ਹੈ ਠੀਕ ਹੈ ਇਹ ਹੁੰਦੀ ਗਹਿਰਾਈ ਹੈ ਇਹ ਹੁੰਦਾ ਹੀ ਡੂੰਘਾ ਸੋ ਹੁਣ ਇੱਥੇ ਆ ਕੇ ਵਾਰਿਸ ਸ਼ਾਹ ਨੇ ਜਿਹੜਾ ਸਕਰੀਨ ਪਲੇ ਲਿਖਿਆ ਕਿੱਡਾ ਖੂਬਸੂਰਤ ਹੈ ਕਿ ਜਿਹੜਾ ਉਸਨੇ ਅੰਦਾਜ਼ ਦਿਖਾਇਆ ਰਾਂਝੇ ਦਾ ਕਿ ਇਸ ਤਰ੍ਹਾਂ ਉਸਨੇ ਖੂੰਡੀ ਸੁੱਟੀ ਹੈ ਇਸ ਤਰ੍ਹਾਂ ਉਸਨੇ ਪੂਰਾ ਲਾਇਆ ਅੱਛਾ ਹੁਣ ਤੁਸੀਂ ਦੇਖੋ ਕਿ ਰਾਂਝਾ ਜਿਹੜਾ ਹੈ ਇਹ ਹੁਣ ਖੂੰਡੀ ਜਿਹੜੀ ਹੈ ਇਹ ਜਿਹੜਾ ਪੂਰਾ ਇਹ ਉਹਨੇ ਕਿਉਂ ਲਾਤਾ ਹਾਲਾਂਕਿ ਇਹ ਜਿਹੜੀਆਂ ਸ਼ੈਵਾਂ ਨੇ ਇਹ ਉਹਦੀਆਂ ਆਪਣੀਆਂ ਨੇ ਠੀਕ ਹੈ ਲੇਕਿਨ ਜਿਸ ਵੇਲੇ ਰਾਂਝਾ ਵੇਲੇ ਦੇ ਵਿੱਚ ਆਇਆ ਸੀ ਨਾ ਅਤੇ ਰਾਂਝੇ ਨੇ ਰਾਂਝੇ ਦੇ ਕੋਲ ਇਹ ਦੋ ਸ਼ੈਵਾਂ ਨਹੀਂ ਸਨ ਹੈਗੀਆਂ ਹਾਂਜੀ ਠੀਕ ਹੈ ਨਾ ਜੀ ਇਸ ਕਿਰਤ ਦੇ ਵਿੱਚੋਂ ਹੀ ਉਸਨੇ ਬਣਾਈਆਂ ਇਹ ਠੀਕ ਹੈ ਨਾ ਜੀ ਅੱਛਾ ਲੇਕਿਨ ਰਾਂਝਾ ਜਿਹੜਾ ਹੈ ਉਹ ਐਡਾ ਆਪਣਾ ਕਮਿਟਡ ਆਦਮੀ ਹੈ ਐਡਾ ਇਮਾਨਦਾਰ ਆਦਮੀ ਹੈ ਕਿ ਉਸਨੇ ਇਹ ਵੀ ਗਵਾਰਾ ਨਹੀਂ ਕੀਤਾ ਕਿ ਜਿਹੜੀ ਮੈਂ ਇਸੇ ਹੀ ਕਿਰਤ ਦੇ ਵਿੱਚੋਂ ਮਿਹਨਤ 'ਚੋਂ ਜਿਹੜੀ ਚੀਜ਼ ਕਮਾਈ ਹੈ ਕਿਉਂਕਿ ਉਹ ਜਿਹੜੀ ਉਹਨੇ ਉਤਲਿਆ ਸਟੇਟਮੈਂਟ ਦਿੱਤੀ ਸੀ ਨਾ ਉਹਦੇ 'ਚ ਉਹਨੇ ਇਹੀ ਇਲਜ਼ਾਮ ਲਾਇਆ ਸੀ ਕਿ ਤੁਸੀਂ ਜਿਹੜਾ ਨਾ ਜ਼ਿਆਦਾ ਖਾ ਰਹੇ ਹੋ ਚੂਚਕ ਨੇ ਤੁਸੀਂ ਜ਼ਿਆਦਾ ਖਾ ਰਹੇ ਹੋ ਅੱਛਾ ਅੱਛਾ ਜਿਹੜਾ ਭੂਰਾ ਹੁੰਦਾ ਨਾ ਇਹ ਕੋਈ ਐਡੀ ਆਲਾ ਜੀ ਨਹੀਂ ਹੁੰਦਾ ਇਹ ਬੋਰੀ ਦੀ ਤਰ੍ਹਾਂ ਆਉਂਦਾ ਹੁੰਦਾ ਇੱਕ ਠੀਕ ਹੈ ਲੇਕਿਨ ਰਾਂਝੇ ਨੇ ਉਹ ਵੀ ਰੱਖਣਾ ਜਿਹੜਾ ਨਾ ਗੁਬਾਰਾ ਨਹੀਂ ਕੀਤਾ ਕਿਉਂਕਿ ਰਾਂਝਾ ਇੱਕ ਐਸਾ ਬੰਦਾ ਹੈ ਉਹ ਲੋਕਾਂ ਦੇ ਵਿੱਚ ਰਚਿਆ ਵਸਿਆ ਬੰਦਾ ਹੈ ਉਹ ਲੁਕਾਈ ਦੇ ਨਾਲ ਜੁੜਿਆ ਹੋਇਆ ਬੰਦਾ ਹੈ ਅਸੀਂ ਵੇਖਦੇ ਕਿ ਰਾਂਝਾ ਜਦੋਂ ਘਰੋਂ ਟੁਰਿਆ ਸੀ ਤਾਂ ਉਹਦੇ ਕੋਲ ਕੁਛ ਨਹੀਂ ਸੀ ਲੇਕਿਨ ਉਹਦੇ ਸਾਰੇ ਹੀ ਮਸਲੇ ਹੱਲ ਹੁੰਦੇ ਪਏ ਨੇ ਹਾਂ ਲੇਕਿਨ ਰਾਂਝਾ ਜਿਹੜਾ ਹੈ ਉਹਦੀ ਜੁੜਤ ਜਿਹੜੀ ਹੈ ਉਹ ਲੋਕਾਂ ਦੇ ਨਾਲ ਹੈ ਇਸ ਲਈ ਉਹ ਲੋਕਾਂ ਨੂੰ ਹੀ ਆਪਣੀ ਤਾਕਤ ਸਮਝਦਾ ਔਰ ਲੋਕਾਂ ਨੂੰ ਹੀ ਆਪਣਾ ਵਸੀਲਾ ਸਮਝਦਾ ਠੀਕ ਹੈ ਜਿਹਦੇ ਕੋਲ ਲੋਕਾਂ ਦਾ ਵਸੀਲਾ ਆ ਜਾਂਦਾ ਨਾ ਉਸ ਬੰਦੇ ਦੇ ਫਿਰ ਅੰਦਰ ਇਹ ਸ਼ਕਤੀ ਹੁੰਦੀ ਹੈ ਕਿ ਜਿਸ ਤਰ੍ਹਾਂ ਉਸਨੇ ਖੂੰਡੀ ਸੁੱਟੀ ਹੈ ਹਾਲਾਂਕਿ ਉਹ ਸੁੱਟਣਾ ਉਹਦੇ ਲਈ ਬੜਾ ਮੁਸ਼ਕਿਲ ਸੀ ਕਿਉਂਕਿ ਉਹ ਕੋਈ ਉੱਥੇ ਕਮਾਈ ਕਰਨ ਨਹੀਂ ਸੀ ਆਇਆ ਰਾਂਝਾ ਬੇਸਿਕਲੀ ਆਇਆ ਤੇ ਉਹ ਹੀਰ ਲਈ ਹੈ ਇਹ ਤੇ ਪੱਕੀ ਗੱਲ ਹੈ ਕਿ ਜਦੋਂ ਹੁਣ ਇਹ ਨੌਕਰੀ ਛੱਡੇਗਾ ਹੀਰ ਦੇ ਨਾਲ ਉਹਦਾ ਮਿਲਣਾ ਜਿਹੜਾ ਹੈ ਉਵੇਂ ਦਾ ਨਹੀਂ ਰਹੇਗਾ ਜਿਵੇਂ ਦਾ ਪਹਿਲੇ ਹੈ ਸੀ ਜਿਹੜੀ ਖੁੱਲ੍ਹ ਉਹਨੂੰ ਹੈ ਸੀ ਉਹ ਖੁੱਲ੍ਹ ਹੁਣ ਨਹੀਂ ਰਹਿਣੀ ਇਹ ਇਸੇ ਹੀ ਗੱਲ ਦਾ ਨਾ ਉਹਨੂੰ ਖੌਫ ਹੈ ਜਿਹੜਾ ਥੱਲੇ ਹੈ ਨਾ ਕਿ ਜੇ ਆ ਚੋਰ ਨੂੰ ਥੜੇ ਦਾ ਖੜਕ ਪਹੁੰਚੇ ਉਹਨੂੰ ਇਹ ਪਤਾ ਲੱਗ ਗਿਆ ਕਿ ਹੁਣ ਗੱਲ ਜਿਹੜੀ ਹੈ ਹੁਣ ਇਸ ਸਤਹ 'ਤੇ ਇਸ ਪੱਧਰ 'ਤੇ ਆ ਗਈ ਹੈ ਕਿ ਹੁਣ ਮੈਨੂੰ ਜਵਾਬ ਹੈ ਠੀਕ ਹੈ ਲਿਹਾਜ਼ਾ ਹੁਣ ਇਹਨੂੰ ਫੇਸ ਕਿਸ ਤਰ੍ਹਾਂ ਕਰਨਾ ਅਸਲ ਗੱਲ ਹੈ ਵੀ ਸਾਰੀ ਕਿ ਹਾਲਾਤ ਬਣ ਗਏ ਨੇ ਅਤੇ ਲਿਹਾਜ਼ਾ ਫਿਰ ਇਹਨੂੰ ਤੁਸੀਂ ਇੱਕ ਪੂਰੇ ਮਾਨਸ ਦੇ ਤੌਰ 'ਤੇ ਬੰਦੇ ਦੇ ਤੌਰ 'ਤੇ ਤੁਸੀਂ ਇਸ ਨੂੰ ਫੇਸ ਕਰੋ
ਤੁਸੀਂ ਕੋਈ ਕਾਣੇ ਤੇ ਹੈ ਨਹੀਂ, ਤੁਸੀਂ ਕੋਈ ਨੁਕਸਾਨ ਤੇ ਕੀਤਾ ਨਹੀਂ, ਤੁਸੀਂ ਕੋਈ ਉਸ ਤੋਂ ਖੱਟੀ ਤੇ ਖੱਟੀ ਨਹੀਂ, ਤੁਸੀਂ ਕੋਈ ਬੇਈਮਾਨੀ ਤੇ ਕੀਤੀ ਨਹੀਂ, ਤੁਸੀਂ ਜਿਹੜੀ ਕਮਿਟਮੈਂਟ ਸੀ ਉਹ ਤੁਸੀਂ ਨਿਭਾਈ ਹੈ, ਔਰ ਉਸ ਕਮਿਟਮੈਂਟ ਦਾ ਉਹਨੇ ਪੂਰਾ ਇਜ਼ਹਾਰ ਕੀਤਾ ਉਸ ਦੇ ਵਿੱਚ ਕਿ ਇਹ ਜਿਹੜੀ, ਔਰ ਉਸਨੇ ਗੱਲ ਖੋਲ੍ਹ ਦਿੱਤੀ ਕਿ ਇੱਥੇ ਮੈਂ ਆਪਣੀ ਮਰਜ਼ੀ ਦੇ ਨਾਲ ਨਹੀਂ ਆਇਆ, ਇੱਥੇ ਮੈਂ ਆਇਆ ਹੀਰ ਦੀ ਮਰਜ਼ੀ ਦੇ ਨਾਲ, ਐਡਾ ਤੂੰ ਮੈਨੂੰ ਰੱਖਿਆ ਹੀ ਉਹਨੇ ਸੀ, ਉਹਨੇ ਰੱਖਿਆ ਸੀ ਨਾ, ਉਹਨੇ ਰੱਖਿਆ ਸੀ, ਉਹਨੇ ਰੱਖਿਆ ਸੀ, ਔਰ ਜ਼ਿੱਦ ਕਰਕੇ, ਔਰ ਉਹਨੇ ਦੱਸਿਆ ਸੀ ਕਿ ਇੱਥੇ ਬੰਦਾ ਕੋਈ ਨਹੀਂ ਟਿਕਦਾ, ਤੇ ਮੈਂ ਲੈ ਆਈ ਹਾਂ ਪਿੱਛੇ, ਬਿਲਕੁਲ ਸਾਰੀ ਗੱਲ ਪਿੱਛੇ ਜਿਹੜੀ ਹੋ ਚੁੱਕੀ ਹੈ, ਲੇਕਿਨ ਇਸ ਗੱਲ ਦਾ ਪਤਾ ਤੇ ਚੂਚਕ ਨੂੰ ਵੀ ਸੀ, ਕਿਉਂਕਿ ਚੂਚਕ ਦੇ ਸਾਹਮਣੇ ਜਿਹੜਾ ਮੁਕਾਲਮਾ ਹੋਇਆ ਚੂਚਕ ਦੇ ਨਾਲ ਉਸ ਦਾ ਸਾਰਾ, ਤੇ ਚੂਚਕ ਨੂੰ ਵੀ ਪਤਾ ਕਿ ਹੀਰ ਨੇ ਹੀ ਰਖਵਾਇਆ, ਠੀਕ ਹੈ, ਲੇਕਿਨ ਚੂਚਕ ਘੁੰਨਾ, ਠੀਕ ਹੈ, ਉਹ ਆਪਣਾ ਮਤਲਬ, ਮੀਸ ਨੇ ਆਪਣਾ ਮਤਲਬ ਕੱਢਦਾ, ਔਰ ਉਸਨੇ ਆਪਣਾ ਮਤਲਬ ਕੱਢਿਆ ਹੈ, ਔਰ ਉਸਨੇ ਹੁਣ ਇਹ ਕਰ ਲਿਆ ਕਿ ਹੁਣ ਵੀ ਕਿਤੇ ਗੱਲ ਹੋ ਲਗੀ ਤੇ ਉਹਨੂੰ ਕਹਿਣਾ ਪੈ ਗਿਆ, ਕਹਿਣਾ ਪੈ ਗਿਆ। ਦੂਸਰੀ ਗੱਲ ਹੈਗੀ ਹੈ ਕਿ ਉਹ ਖੱਟੀ ਬੱਟੀ ਜਿਹੜੀ ਹੈ ਨਾ, ਉਹਨੂੰ ਇੰਝ ਲੱਗਿਆ ਕਿ ਜਿਵੇਂ ਹੁਣ ਅਸੀਂ ਜਿਹੜੇ ਬਾਕੀ ਦੇ ਸਾਡੇ ਲੋਕ ਨੇ ਨਾ ਉਹ ਸੰਭਾਲ ਸਕਦੇ ਨੇ, ਕੋਈ ਇਹ ਵੀ ਇੱਕ ਹੁੰਦਾ ਨਾ ਕਿ ਜਦੋਂ ਕਾਰਖਾਨਾ ਚੱਲ ਪੈਂਦਾ ਨਾ, ਅਮੂਮਨ ਇੱਥੇ ਕਹਾਣੀਆਂ ਨੇ ਕਿ ਲੋਕਾਂ ਨੇ ਬੜੀ ਮਿਹਨਤ ਕਰਕੇ ਕਾਰਖਾਨਾ ਚਲਾਇਆ ਹੁੰਦਾ, ਜਦੋਂ ਇਨਵੈਸਟਰ ਨਵਾਂ ਨਵਾਂ ਹੁੰਦਾ ਨਾ ਉਦੋਂ ਕੰਮ ਇੰਨਾ ਚੱਲ ਨਹੀਂ ਰਿਹਾ ਹੁੰਦਾ, ਇਹ ਮਿਹਨਤੀ ਲੋਕ ਹੀ ਹੁੰਦੇ ਨੇ ਜਿਹੜੇ ਮਿਹਨਤ ਕਰਕੇ ਨਾ ਉਹਨੂੰ ਚਲਾਉਂਦੇ ਨੇ, ਲੇਕਿਨ ਫਿਰ ਇੱਕ ਵੇਲਾ ਆਉਂਦਾ ਕਿ ਜਿਸ ਵੇਲੇ ਉਹ ਕਾਰਖਾਨਾ ਚੱਲ ਜਾਂਦਾ ਨਾ, ਫਿਰ ਉਹ ਜਿਹੜਾ ਹੁੰਦਾ ਨਾ ਸਰਮਾਇਆਦਾਰ ਸਨਅਤਕਾਰ ਔਖਾ ਫੇਰ ਲੈਂਦਾ, ਠੀਕ ਹੈ, ਕਿਉਂਕਿ ਉਹਦਾ ਮਕਸਦ ਮੁਨਾਫਾ ਕਮਾਉਣਾ ਹੁੰਦਾ, ਲਿਹਾਜ਼ਾ ਉਹਨੂੰ ਇਸ ਗੱਲ ਦੇ ਨਾਲ ਸਰੋਕਾਰ ਨਹੀਂ ਹੁੰਦਾ ਕਿ ਇਹਨੇ ਕਿੰਨੇ ਸਾਲ ਭੁੱਖਿਆਂ ਰਹਿ ਕੇ ਤਨਖਾਹਾਂ ਘੱਟ ਲੈ ਕੇ ਇਸਨੇ ਮੇਰੇ ਕੰਮ ਨੂੰ ਚਲਾਇਆ, ਇਸ ਗੱਲ ਦੇ ਨਾਲ ਉਹਨੂੰ ਕੋਈ ਸਰੋਕਾਰ ਨਹੀਂ ਹੁੰਦਾ, ਉਹਨੂੰ ਸਰੋਕਾਰ ਹੁੰਦਾ ਕਿ ਮੁਨਾਫਾ ਕਿੰਨਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਉਹ ਆਉਂਦਾ। ਹੁਣ 12 ਸਾਲ ਜਿਹੜੇ ਨੇ ਇਹ ਇੱਕ ਮੁੱਦਤ ਹੈ, ਕੋਈ ਐਡਾ ਛੋਟਾ ਜਿਹਾ ਟਾਈਮ ਨਹੀਂ ਹੈਗਾ, ਪੈਨਸ਼ਨ 13 ਸਾਲ ਜੀ ਮਿਲ ਜਾਂਦੀ, ਠੀਕ ਹੈ ਨਾ ਜੀ। ਹੁਣ ਉਹਦੇ ਵਿੱਚ ਰਾਂਝੇ ਨੇ ਕੋਈ ਵੀ ਐਸਾ ਪਲ ਨਹੀਂ ਘੁਸਾਇਆ, ਮਤਲਬ ਰਾਂਝਾ ਹੀਰ ਦੇ ਮਗਰ ਰਿਹਾ, ਲੇਕਿਨ ਉਸਨੇ ਉਹਦੀਆਂ ਮੱਝਾਂ ਖਰਾਬ ਨਹੀਂ ਹੋਣ ਦਿੱਤੀਆਂ, ਉਹਨੇ ਮੱਝਾਂ ਦੀ ਉਹਨੇ ਸਾਂਭ ਸੰਭਾਲ ਜਿਹੜੀ ਹੈ ਉਹ ਪੂਰੀ ਤਰ੍ਹਾਂ ਕੀਤੀ ਹੈ, ਕਿਉਂਕਿ ਰਾਂਝੇ ਨੂੰ ਇਸ ਗੱਲ ਦਾ ਪਤਾ ਸੀ ਕਿ ਇਹਦੀ ਸਾਂਭ ਸੰਭਾਲ ਦੇ ਨਾਲ ਹੀ ਮੈਂ ਇੱਥੇ ਰਹਿ ਸਕਣਾ। ਸੋ ਰਾਂਝਾ ਆਪਣੇ ਜੋ ਉਹਨੇ ਕੀਤਾ ਸੀ ਵਾਅਦਾ ਉਸ 'ਤੇ ਉਹ ਪੂਰਾ ਰਿਹਾ ਹੈ, ਲੇਕਿਨ ਹੁਣ ਜਿਸ ਵੇਲੇ ਉਹ ਕਿੰਨੀ ਕੁ ਦੇਰ ਚੁੱਪ ਰਹਿ ਸਕਦਾ, ਜਿਸ ਵੇਲੇ ਉਹਨੂੰ ਪਤਾ ਲੱਗਿਆ ਕਿ ਹੁਣ ਇਹ ਗੱਲ ਜਿਹੜੀ ਖੁੱਲ੍ਹ ਗਈ ਹੈ, ਉਲਟਾ ਇਹ ਇਲਜ਼ਾਮ ਲਾ ਰਿਹਾ ਸਾਡੇ 'ਤੇ ਕਿ ਤੁਸੀਂ ਖਾ ਕੇ ਜਿਹੜਾ ਨਾ ਮੁਸ਼ਟੰਡਾ ਤੁਸੀਂ ਉਹਨੂੰ ਕਿਹਾ, ਉਹਨੂੰ ਕਿਹਾ ਉਹਨੂੰ ਕਿੱਥੋਂ ਪਚਣ ਇਹਨਾਂ ਮੁਸ਼ਟੰਡਿਆਂ ਨੂੰ ਜਿਹਨਾਂ ਖਾਣੀਆਂ ਦੁੱਧ ਮਲਾਈਆਂ ਨੇ। ਸੋ ਦੁੱਧ ਮਲਾਈਆਂ ਖਾ ਕੇ ਨਾ ਤੁਸੀਂ ਪਾੜ ਗਏ, ਔਰ ਇਸ ਹੱਦ ਤੱਕ ਆ ਗਏ ਕਿ ਸਾਡੀ ਧੀ ਜਿਹੜੀ ਹੈ ਉਹ ਤੂੰ ਚਾਰਨੀ ਸ਼ੁਰੂ ਕਰਤੀ ਹੈ। ਤੋ ਉਸਨੇ ਕਿਹਾ ਗੱਲ ਇਹੀ ਹੈ ਕਿ ਮੈਂ ਨਹੀਂ ਇਹ ਚਾਰਨੀ ਸ਼ੁਰੂ ਕੀਤੀ, ਇਹ ਹੀਰ ਹੀ ਜਿਹੜੀ ਹੈ ਜਿਹੜੀ ਮੈਨੂੰ ਲੈ ਕੇ ਆਈ ਹੈ, ਔਰ ਇਹਦੀ ਖਾਤਰ ਮੈਂ ਕੈਰ ਜਿਹੜਾ ਨਾ ਚੱਲਿਆ ਰਾਤਾਂ ਦਾ ਵੇਲੇ ਦੇ ਵਿੱਚ ਜਿਹੜਾ ਕੈਰ ਹੈ ਉਹ ਜਿਸ ਬੰਦੇ ਨੇ ਵੇਲਾ ਵੇਖਿਆ ਉਹ ਹੀ ਸਮਝ ਸਕਦਾ, ਇਹ ਸੁਣ ਕੇ ਇਹਦੀ ਐਡੀ ਸਮਝ ਨਹੀਂ ਆ ਸਕਦੀ, ਆਮ ਬੰਦੇ ਨੂੰ ਸਮਝ ਨਹੀਂ ਆ ਸਕਦੀ, ਬੇਲੇ ਦੀ ਔਰ ਜੰਗਲ ਦੀ ਜਿੱਥੇ ਪਤਾ ਨਹੀਂ ਲੱਗਦਾ ਕਿ ਡੰਗਰ ਕਿੱਥੇ ਗਿਆ ਤੇ ਕਿੱਥੇ ਨਹੀਂ, ਤੇ ਮਤਲਬ ਉੱਥੇ ਤੇ ਹਰ ਵੇਲੇ ਖਤਰਾ ਵੀ ਹੈ ਮੱਝਾਂ ਚਾਰਨਾ ਵੇਲੇ ਚ। ਚਲੋ ਖੈਰ ਅੱਛਾ, ਇਹ ਲੇਕਿਨ ਇਸ ਦੇ ਨਾਲ ਨਾਲ ਰਾਂਝਾ ਜਿਹੜਾ ਹੈ ਉਹਨੂੰ ਇੱਕ ਪੂਰੀ ਸੁਰਤ ਵੀ ਹੈ, ਸੁਰਤ ਉਹਦੀ ਹੈਗੀ ਹੈ ਕਿ ਉਹਨੇ ਸਿਰਫ ਇਹ ਗੱਲ ਨਹੀਂ ਕੀਤੀ ਕਿ ਹੀਰ ਦਾ ਹੀ ਮਸਲਾ ਹੈ, ਬਲਕਿ ਇਹ ਬੰਦੇ ਦੀ ਮਿਹਨਤ ਦਾ ਵੀ ਮਸਲਾ ਹੈ, ਠੀਕ ਹੈ, ਔਰ ਇਹ ਕਿਸੇ ਇੱਕ ਬੰਦੇ ਦੀ ਮਿਹਨਤ ਦਾ ਮਸਲਾ ਨਹੀਂ ਹੈਗਾ, ਕਿ ਪੂਰੀ ਕਲਾਸ ਦੀ ਮਿਹਨਤ ਦਾ ਮਸਲਾ ਹੈਗਾ, ਕਿਉਂਕਿ ਮੇਰੇ ਤੋਂ ਪਹਿਲਾਂ ਵੀ ਆ ਕੇ ਲੋਕ ਜਿਹੜਾ ਹੈ ਇੱਥੇ ਕੰਮ ਕਰਕੇ ਗਏ ਨੇ, ਔਰ ਮੇਰੇ ਤੋਂ ਬਾਅਦ ਵੀ ਲੋਕ ਆਣਗੇ, ਠੀਕ ਹੈ, ਲਿਹਾਜ਼ਾ ਇਸ ਬੰਦੇ ਨੂੰ ਕੰਮ ਅਜ਼ ਕੰਮ ਇਹਨਾਂ ਦੇ ਪਤਾ ਲੱਗੇ ਨਾ ਕਿ ਮੈਂ ਕੋਈ ਐਡਾ ਚਲਾਕ ਆਦਮੀ ਨਹੀਂ ਹੈਗਾ, ਜਿਹੜੇ ਮਜ਼ਦੂਰ ਨੇ ਨਾ ਇਹ ਵੀ ਇੱਕ ਸ਼ੌਰ ਰੱਖਦੇ ਨੇ, ਔਰ ਇਹਨਾਂ ਦੇ ਨਾਲ ਜੋ ਹੋ ਰਿਹਾ ਇਹਨਾਂ ਨੂੰ ਪੂਰੀ ਸਾਰ ਹੈ ਇਸ ਦੀ, ਔਰ ਇਹ ਕੋਈ ਮਸਲਾ ਐਵੇਂ ਨਹੀਂ ਬੈਠੇ ਹੋਏ, ਇਹ ਕੋਈ ਝਾਵੇਂ ਨਹੀਂ ਹੈਗੇ, ਇਹ ਕੋਈ ਇਹਨਾਂ ਦੀਆਂ ਮਜਬੂਰੀਆਂ ਨੇ ਜਿਸ ਕਰਕੇ ਇਹ ਵਿਚਾਰੇ ਚੁੱਪ ਕਰਕੇ ਬੈਠੇ ਨੇ, ਲੇਕਿਨ ਜੋ ਹੀ ਇਹਨਾਂ ਨੂੰ ਕੋਈ ਇਹਨਾਂ ਦੀ ਮਜਬੂਰੀ ਮੁੱਕੀ, ਇਹ ਆਪਣਾ ਇਹਨਾਂ ਦੇ ਅੰਦਰ ਇੱਕ ਸ਼ਕਤੀ ਆਈ, ਤਾਕਤ ਆਈ, ਸ਼ੌਰ ਆਇਆ ਇਹਨਾਂ ਨੂੰ, ਅਤੇ ਇਹ ਖਲੋ ਜਾਣਗੇ ਸਾਹਮਣੇ, ਅਤੇ ਜਿਸ ਵੇਲੇ ਫਿਰ ਇਹ ਖਲੋਂਦੇ ਨੇ ਨਾ ਤਾਂ ਫਿਰ ਉਹ ਕਾਰਖਾਨਾ ਜਿਹੜਾ ਹੈ ਉਹ ਜਿਹੜਾ ਵਾਗਿਆ ਨਹੀਂ ਚੱਲਦਾ। ਸੋ ਇਹ ਅਸੀਂ ਅੱਗੇ ਜਾ ਕੇ ਦੇਖਾਂਗੇ, ਅੱਗੇ ਜਾ ਕੇ ਇੱਕ ਲਾਈਨ ਆਉਂਦੀ ਹੈ ਮੱਝੀ ਚਰਨ ਨਾ ਬਾਜ ਰਿੰਝੇ ਟੜੇ ਦੇ, ਉਸ ਅੱਗੇ ਆਈ ਨਾ, ਇਹ ਪਹਿਲਾਂ ਜਿਹੜਾ ਜਾਨਵਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਜਾਨਵਰ ਜਿਹੜਾ ਹੈ ਇਹਦੇ ਵਿੱਚ ਉਹ ਸ਼ੈਵਾਂ ਨਹੀਂ ਹੁੰਦੀਆਂ ਜਿਹੜੀਆਂ ਬੰਦੇ 'ਚ ਹੁੰਦੀਆਂ ਨੇ, ਮਤਲਬ ਜਾਨਵਰ ਮੌਕਾ ਪ੍ਰਸਤ ਨਹੀਂ ਹੁੰਦਾ, ਜਾਨਵਰ ਲਾਲਚੀ ਨਹੀਂ ਹੁੰਦਾ, ਠੀਕ ਹੈ, ਇਹ ਉਸੇ ਹੀ ਬੰਦੇ ਨਾਲ ਪਿਆਰ ਕਰਦਾ ਜਿਸ ਬੰਦੇ ਦੇ ਅੰਦਰ ਇਨਸਾਨੀਅਤ ਹੁੰਦੀ ਹੈ। ਮੈਨੂੰ ਆਪਣਾ ਬਹੁਤ ਸਾਰੇ ਲੋਕ ਮਿਲਦੇ ਨੇ, ਮੈਂ ਹੁਣ ਇੱਕ ਵਾਕਿਆ ਇੱਥੇ ਸੁਣਾ ਦੇਵਾਂ, ਇੱਥੇ ਇੱਕ ਹੁੰਦਾ ਸੀ ਨਾ ਇਫਤਿਹਾਰ ਡੈਡੀ, ਹਾਂਜੀ ਹਾਂਜੀ ਮਾਮਾ ਜੀ, ਮਾਮੂ
ਲੰਗਰ ਪਕਾਉਂਦੇ ਹੁੰਦੇ ਸਨ ਔਰ ਜਿਹੜੇ ਗਗੜੇ ਲੋਕ ਨੇ ਇਹਨਾਂ ਨੂੰ ਉਹ ਖੋਮਦੇ ਹੁੰਦੇ ਸਨ ਫਿਰ ਉਹ ਭੋਰੇ ਕਰਕੇ ਨਾ ਚਿੜੀਆਂ ਨੂੰ ਪਾਉਂਦੇ ਹੁੰਦੇ ਸਨ ਤੇ ਮੈਂ ਤੇ ਉਹਨਾਂ ਨੂੰ ਨੀ ਮਿਲ ਸਕਿਆ ਲੇਕਿਨ ਲੋਕ ਦੱਸਦੇ ਨੇ ਕਿ ਜਿਹੜੇ ਪਖੇਰੂ ਨੇ ਨਾ ਪਖੇਰੂ ਆ ਕੇ ਉਹਦੇ ਮੋਢਿਆਂ ਤੇ ਬਹਿੰਦੇ ਹੁੰਦੇ ਸਨ ਹੁਣ ਸਵਾਲ ਹੈ ਵੇ ਕਿ ਉਸ ਦੇ ਸਾਰੀ ਪ੍ਰੋਗਰੈਸ ਲੋਕ ਜਾ ਕੇ ਬੈਠਦੇ ਸਨ ਬਹੁਤ ਸਾਰੇ ਲੋਕਾਂ ਦੇ ਨਾਲ ਠੀਕ ਹੈ ਔਰ ਮੈਨੂੰ ਫਿਰ ਭੁਲੇਖਾ ਪੈਂਦਾ ਮੈਂ ਕਿਸੇ ਹੋਰ ਬੰਦੇ ਦੀ ਗੱਲ ਕਰ ਅੱਛਾ ਇਹ ਜਿਹੜੇ ਅਸ਼ਫਾਕ ਸਾਹਿਬ ਨੇ ਉਹਦਾ ਭਾਈ ਹੈ ਠੀਕ ਹੈ ਅੱਛਾ ਇਹ ਲੰਗਰ ਪਕਾਉਂਦਾ ਹੁੰਦਾ ਸੀ ਔਰ ਪਖੇਰੂਆਂ ਨੂੰ ਇਹ ਦਾਣਾ ਦੂਣਾ ਵੀ ਪਾਉਂਦਾ ਹੁੰਦਾ ਸੀ ਪਖੇਰੂ ਸਿਰਫ ਇਹਦੇ ਹੀ ਮੋਢਿਆਂ ਦੇ ਆ ਕੇ ਬੈਠਦੇ ਸਨ ਉੱਥੇ ਹੋਰ ਵੀ ਬੜੇ ਲੋਕ ਸਨ ਇਨਸਾਨ ਦੋਸਤ ਜਿਹੜੇ ਨੇ ਲੇਕਿਨ ਪਖੇਰੂ ਉਹਨਾਂ ਦੇ ਮੋਢਿਆਂ 'ਤੇ ਆ ਕੇ ਨਹੀਂ ਸਨ ਬੈਠਦੇ ਠੀਕ ਹੈ ਔਰ ਉਹ ਜਿਹੜਾ ਬੰਦਾ ਹੈ ਉਹਦੇ ਬਾਰੇ ਇਹ ਹੈ ਵੀ ਕਿ ਉਹਦੀ ਸੰਗਤ ਦੇ ਵਿੱਚ ਜਿਹੜਾ ਬੰਦਾ ਬੈਠਾ ਹੁੰਦਾ ਸੀ ਨਾ ਉਹਦਾ ਉਹ ਪੂਰਾ ਖਿਆਲ ਰੱਖਦਾ ਸੀ ਮਸਲ ਉਹਨੇ ਕਹਿਣਾ ਕਿ ਆਪਣਾ ਸਾਹਰ ਉਹ ਆਪਣਾ ਮੀਦਾ ਜਿਹੜਾ ਉਹ ਨਹੀਂ ਆ ਰਿਹਾ ਤੁਸੀਂ ਕਹਿਣਾ ਜੀ ਉਹਦੇ ਨਾਲ ਬਾਲ ਦੀ ਫੀਸਾਂ ਦਾ ਮਸਲਾ ਉਹ ਯਾਰ ਇਹ ਕੀ ਮਸਲਾ ਹੈਗਾ ਮਸਲਾ ਹੈਗਾ ਤੇ ਗੱਲ ਕਰੇ ਬੰਦਾ ਅੱਛਾ ਕਿੰਨਾ ਕਿੰਨਾ ਉਹਦਾ ਬਿੱਲ ਹੈਗਾ ਇੰਨਾ ਬਿੱਲ ਆ ਫੜ ਤੇ ਜਾ ਅਫਸਰ ਸਾਹਿਰ ਨੂੰ ਦੇਣਾ ਉਹਨੇ ਆਪ ਨਹੀਂ ਜਾਣਾ ਉਹਨੇ ਠੀਕ ਹੈ ਉਹਦੀ ਫੀਸ ਜਮ੍ਹਾਂ ਕਰਾਉਣੀ ਹੈ ਠੀਕ ਹੈ ਨਾ ਜੀ ਮਸਲਾ ਕਿ ਇਹ ਜਿਹੜੇ ਰੂਹ ਹੁੰਦੇ ਨੇ ਨਾ ਜੀ ਇਹ ਪਖੇਰੂ ਜਿਹੜੇ ਨੇ ਨਾ ਇਹ ਇਹਨਾਂ ਨੂੰ ਜਾਣਦੇ ਹੁੰਦੇ ਨੇ ਠੀਕ ਹੈ ਜੀ ਲਿਹਾਜ਼ਾ ਰਾਂਝਾ ਰਾਂਝਾ ਜਿਹੜਾ ਨਾ ਉਹ ਉਹਨਾਂ ਦੀ ਬੋਲੀ ਸਮਝ ਗਿਆ ਰਾਂਝਾ ਉਹਨਾਂ ਨੂੰ ਸਮਝ ਗਿਆ ਕਿ ਇਹ ਹੁਣ ਮੇਰੇ ਨਾਲ ਜਿਹੜਾ ਨਾ ਭੇਜ ਗਈਆਂ ਨੇ ਠੀਕ ਹੈ ਔਰ ਉਹ ਵਾਕਈ ਭੇਜਦੀਆਂ ਨੇ ਸੋ ਰਾਂਝੇ ਨੂੰ ਹੁਣ ਇਸ ਗੱਲ ਦਾ ਮਾਣ ਵੀ ਹੈ ਠੀਕ ਹੈ ਔਰ ਉਸਨੇ ਕਿਹਾ ਕਿ ਇਹਨਾਂ ਨੂੰ ਸੰਭਾਲ ਬੜੇ ਦਾਅਵੇ ਦੇ ਨਾਲ ਪੂਰੇ ਪੱਬਾਂ ਭਾਰ ਖਲੋ ਕੇ ਉਸਨੇ ਕਿਹਾ ਕਿ ਇਹ ਮੇਰੇ ਮਗਰ ਆ ਰਿਹਾ ਤੇਰੇ ਮਗਰ ਨਹੀਂ ਆ ਰਿਹਾ ਮਾਲਕ ਤੇ ਉਹ ਹੈ ਮਾਲਕ ਉਹ ਹੈ ਰਾਂਝਾ ਤੇ ਮਾਲਕ ਨਹੀਂ ਹੈਗਾ ਰਾਂਝਾ ਤੇ ਉਹਨਾਂ ਨੂੰ ਸਾਂਭ ਸੰਭਾਲ ਕਰਨ ਵਾਲਾ ਹੈਗਾ ਲੇਕਿਨ ਮੱਝਾਂ ਨੂੰ ਇਸ ਗੱਲ ਦੇ ਨਾਲ ਕੀ ਲੱਗੇ ਕਿ ਮਾਲਕ ਕੌਣ ਹੈ ਉਹਨਾਂ ਨੂੰ ਤੇ ਸਾਂਭ ਸੰਭਾਲ ਜਿਹੜੀ ਹੈ ਉਹਨਾਂ ਨੂੰ ਜਿਹੜਾ ਸੁੱਖ ਹੈ ਉਹ ਕਿੱਥੋਂ ਮਿਲਦਾ ਪਿਆ ਮਾਲਕ ਤੇ ਉਹ ਰਾਂਝੇ ਤੋਂ ਪਹਿਲਾਂ ਵੀ ਉਹ ਹੀ ਸੀ ਠੀਕ ਹੈ ਲੇਕਿਨ ਜਿਹੜੀਆਂ ਮੱਝਾਂ ਨੇ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇਹ ਜਿਹੜਾ ਬੰਦਾ ਨਾ ਇਹਦੇ ਅੰਦਰ ਕੋਈ ਲੋਭ ਨਹੀਂ ਹੈਗਾ ਇਹਦੇ ਅੰਦਰ ਕੋਈ ਲਾਲਚ ਨਹੀਂ ਹੈਗਾ ਇਹ ਬੰਦਾ ਬੜਾ ਬਿਲਕੁਲ ਸਿੱਧਾ ਸਾਦਾ ਬੰਦਾ ਔਰ ਇਹ ਪਿਆਰ ਕਰਨ ਵਾਲਾ ਬੰਦਾ ਔਰ ਦਾਨ ਕਰਨ ਵਾਲਾ ਬੰਦਾ ਔਰ ਲਿਹਾਜ਼ਾ ਉਹ ਉਹਦੇ ਨਾਲ ਭੇਜ ਗਈਆਂ ਨੇ ਲਿਹਾਜ਼ਾ ਇਸ ਮਾਣ 'ਤੇ ਇੱਕ ਕਾਮਾ ਜਿਹੜਾ ਉੱਠ ਕੇ ਆਪਣੇ ਸਾਹਮਣੇ ਚੌਧਰੀ ਨੂੰ ਕਹਿੰਦਾ ਇਹਨਾਂ ਨੂੰ ਤਾੜ ਜਿਹੜਾ ਲਫ਼ਜ਼ ਤਾੜ ਦਾ ਹੈਗਾ ਨਾ ਇਹ ਤੁਸੀਂ ਹਾਰੀ ਸਾਰੀ ਨੂੰ ਨਹੀਂ ਕਹਿ ਸਕਦੇ ਸਹੀ ਕਹਿੰਦੇ ਇਹ ਤਾਕਤਵਰ ਬੰਦਾ ਹੀ ਕਹਿ ਸਕਦਾ ਠੀਕ ਹੈ ਨਾ ਜੀ ਲੇਕਿਨ ਉਹ ਕਹਿ ਸਕਦਾ ਜਿਹਨੂੰ ਪੂਰਾ ਆਪਣੇ ਆਪ 'ਤੇ ਜਿਹੜਾ ਨਾ ਭਰੋਸਾ ਹੋਵੇ ਆਪਣੇ ਪੈਰਾਂ 'ਤੇ ਖਲੋਣ ਵਾਲਾ ਹੋਵੇ ਉਹਦੇ ਅੰਦਰ ਆਪਣੀ ਜਿਹੜੀ ਸ਼ਕਤੀ ਹੈ ਨਾ ਉਹਦਾ ਉਹਨੂੰ ਪਤਾ ਹੋਵੇ ਉਹਨੂੰ ਸ਼ੌਰੀ ਤੌਰ 'ਤੇ ਜਾਣਦਾ ਹੋਵੇ ਐਂ ਨਹੀਂ ਹੈਗਾ ਕਿ ਬਾਅਦ ਲੋਕ ਜਿਹੜਾ ਨਾ ਇਸ ਤਰ੍ਹਾਂ ਭੁਗਤ ਲੈਂਦਾ ਹੁਣ ਰਾਂਝਾ ਜਿਹੜਾ ਨਾ ਇੰਨੀ ਕੁ ਤਾਂ ਉਹਨੂੰ ਸਮਝ ਆ ਗਈ ਹੈ ਕਿ ਇਹ ਜਿਹੜੀਆਂ ਚੂਚਕ ਜਿਹੜਾ ਨਾ ਮੱਝਾਂ ਦੀਆਂ ਕਮਜ਼ੋਰੀਆਂ ਨੇ ਠੀਕ ਹੈ ਕਿਉਂਕਿ ਸਾਰਾ ਇਹਦੀ ਚੁਦਰਾਹਟ ਇਹਦਾ ਲਾਭ ਇਹਦੀ ਖੱਟ ਇਹ ਸਾਰੀ ਦੀ ਸਾਰੀ ਮੱਝਾਂ ਤੋਂ ਹੈਗੀ ਹੈ ਸੋ ਲਿਹਾਜ਼ਾ ਇਹਦੀ ਕਮਜ਼ੋਰੀ ਵੀ ਹੈ ਲਿਹਾਜ਼ਾ ਇਹ ਮੱਝਾਂ ਜਿਹੜੀਆਂ ਨੇ ਮੇਰੇ ਬਗੈਰ ਨਹੀਂ ਚੜਨੀਆਂ ਸੋ ਲਿਹਾਜ਼ਾ ਇਹਨੂੰ ਮੇਰੇ ਕੋਲ ਜਿਹੜਾ ਨਾ ਫਿਰ ਦੁਬਾਰਾ ਜਿਹੜਾ ਨਾ ਇਹ ਆਉਣਾ ਹੀ ਪਵੇਗਾ ਲੇਕਿਨ ਇਹ ਜ਼ਰੂਰੀ ਹੈ ਕਿ ਮੈਂ ਇਹਦਾ ਜਿਹੜਾ ਅੰਦਰੂਨਾ ਹੈ ਜਿਹੜਾ ਇਹ ਲੁਕਾ ਕੇ ਬੈਠਾ ਹੋਇਆ ਲੁਕਾਈ ਦੇ ਕੋਲੋਂ ਇਹਨੂੰ ਮੈਂ ਦੱਸ ਦਿਆਂ ਕਿ ਤੂੰ ਕੋਈ ਏਡਾ ਚਲਾਕ ਬੰਦਾ ਨਹੀਂ ਹੈਗਾ ਅਸੀਂ ਵੀ ਸਾਰੇ ਮਾਮਲੇ ਜਾਣਨੇ ਆ ਸਾਨੂੰ ਪਤਾ ਹਾਂ ਸਾਨੂੰ ਪਤਾ ਹੈ ਠੀਕ ਹੈ ਹੁਣ ਇਹ ਗੱਲ ਅਗਰ ਮੈਂ ਬਾਹਰ ਜਾ ਕੇ ਕਰਦੇ ਹਾਂ ਅੰਦਰ ਵੀ ਉਹਦੇ ਅੰਦਰ ਇੱਕ ਇਹ ਵੀ ਗੱਲ ਹੈ ਕਿ ਉਹ ਇੱਕ ਭਰਮ 'ਤੇ ਬਣਾ ਕੇ ਬੈਠਾ ਹੈ ਨਾ ਕਿ ਮੈਂ ਪਿੰਡ ਦਾ ਚੌਧਰੀ ਹਾਂ ਮੈਂ ਲੋਕਾਂ ਦੇ ਫੈਸਲੇ ਕਰਨਾ ਪਰੇ ਪੰਚਾਇਤ ਦੇ ਵਿੱਚ ਵੀ ਉਹ ਬੈਠਦਾ ਲੇਕਿਨ ਅਗਰ ਰਾਂਝਾ ਜਿਹੜਾ ਹੈ ਇਹ ਜਾ ਕੇ ਪਿੰਡ ਦੇ ਚੁਰਾਹੇ ਦੇ ਵਿੱਚ ਇਹ ਇਸ ਗੱਲ ਦਾ ਪ੍ਰਾਪੇਗੰਡਾ ਸ਼ੁਰੂ ਕਰ ਦੇਵੇ ਠੀਕ ਹੈ ਨਾ ਅਤੇ ਉਹ ਜਿਹੜੇ ਪੁਰਾਣੇ ਚੁਰਵਾਹੇ ਨੇ ਉਹਦੇ ਨਾਲ ਰਲ ਜਾਣਗੇ ਜਿਹੜੀ ਲੁਕਾਈ ਹੈ ਉੱਥੇ ਜਾਣਦੀ ਹੈ ਉਹਦੇ ਨਾਲ ਹੋ ਜਾਣਗੇ ਅਤੇ ਜਿਸ ਵੇਲੇ ਨਾਲ ਹੋ ਜਾਣਗੇ ਅਤੇ ਜਿਹੜੇ ਬਾਕੀ ਸਿਆਲ ਜਿਨ੍ਹਾਂ ਨੇ ਆਪਣੇ ਚੁਰਵਾਹੇ ਰੱਖੇ ਨੇ ਉਹ ਵੀ ਵਕਤ ਦੇ ਵਿੱਚ ਆ ਜਾਣਗੇ ਸੋ ਇੱਕ ਪੂਰਾ ਸਿਆਲ ਕਬੀਲਾ ਜਿਹੜਾ ਹੈ ਉਹ ਉਹਦੇ ਵਿੱਚ ਆ ਜਾਏਗਾ ਲੇਕਿਨ ਰਾਂਝਾ ਜਿਹੜਾ ਹੈ ਇਹ ਉਹਨੂੰ ਗੱਲਾਂ ਗੱਲਾਂ 'ਚ ਸਮਝਾ ਰਿਹਾ ਔਰ ਲਫ਼ਜ਼ਾਂ ਦੀ ਚੋਣ ਉਹ ਐਸੀ ਕਰ ਰਿਹਾ ਹੈ ਕਿ ਜਿਹਦੇ ਵਿੱਚ ਉਹਦੇ ਇਹ ਵੀ ਮਾਣੀ ਜਿਹੜੇ ਨੇ ਨਾ ਇਹ ਆਉਂਦੇ ਹੋਣ ਕਿ ਤੇਰੇ ਸਾਹਮਣੇ ਖਲੋਣ ਲਈ ਮੇਰੇ ਕੋਲ ਵੀ ਬਹੁਤ ਕੁਝ ਹੈਗਾ ਔਰ ਤੂੰ ਇਹ ਮਾਮਲਾ ਇੰਜਦਾ ਕਿ ਮੈਂ 12 ਸਾਲ ਇੱਥੇ ਮੱਝੀਆਂ ਚਾ ਰਹੀਆਂ ਨੇ ਅਤੇ 12 ਸਾਲ ਤੋਂ ਬਾਅਦ ਵੀ ਮੈਂ ਇਲਜ਼ਾਮ ਲੈ ਕੇ ਜਾ ਰਿਹਾ
ਬਿਲਕੁਲ ਸਹੀ, 12 ਸਾਲ ਦੇ ਬਾਅਦ ਵੀ ਸ਼ਾਬਾ ਸ਼ੇਰੀ ਮੈਂ ਲੈ ਕੇ ਜਾ ਰਿਹਾ, ਠੀਕ ਹੈ, ਔਰ ਤੇਰਾ ਮਾਮਲਾ ਉੱਥੇ ਦਾ ਉੱਥੇ ਹੀ ਹੈ, ਠੀਕ ਹੈ, ਔਰ ਜਿਵੇਂ ਪਹਿਲੇ ਦਿਨ ਦਾ ਸੀ ਕਿ ਮੱਝਾਂ ਜਿਹੜੀਆਂ ਨੇ ਉਹ ਬਗੈਰ ਚਰਵਾਇਆਂ ਤੋਂ ਹੈ, ਮਾਹੀ ਤੋਂ ਹੈਗੀਆਂ ਸਨ ਮੱਝਾਂ ਜਿਹੜੀਆਂ ਨੇ ਜਦੋਂ ਮੈਂ ਇੱਥੇ ਆਇਆ ਸਾਂ, ਅਤੇ ਹੁਣ ਮੈਂ ਜਾ ਰਿਹਾ ਅਤੇ ਹੁਣ ਵੀ ਬਗੈਰ ਇਹਨਾਂ ਤੋਂ ਹੈਗੀਆਂ ਨੇ, ਪਰ ਉਹ ਜਿਹੜਾ ਕਹਿੰਦਾ ਨਾ ਲੇਖਾ ਗਿਆ ਹੀ ਹੋ ਪਹਾੜਮੀਆਂ, ਗੱਲ ਹੈਗੀ ਹੈ ਕਿ ਰਾਂਝੇ ਨੇ 12 ਸਾਲ ਜਿਹੜੀ ਮਿਹਨਤ ਕੀਤੀ ਹੈ ਉਸ 12 ਸਾਲ ਦੇ ਵਿੱਚ ਮੱਝਾਂ ਦੀ ਗਿਣਤੀ ਕਿੰਨੀ ਵੱਧ ਗਈ ਹੈ, ਉਹਨਾਂ ਦਾ ਦੁੱਧ ਕਿੰਨਾ ਵੱਧ ਗਿਆ, ਔਰ ਉਹ ਤੋਂ ਜਿਹੜੀ ਖੱਟੀ ਹੋਈ ਹੈ, ਕਮਾਈ ਜਿਹੜੀ ਹੋਈ ਹੈ, ਆਹ ਕਮਾਈ ਜਿਹੜੀ ਹੋਈ ਹੈ ਉਹਦੇ ਨਾਲ ਉਹਦੀ ਕਿੰਨੀ ਸ਼ਾਨ ਵੱਧ ਗਈ ਹੈ, ਕਿਉਂਕਿ ਸ਼ਾਨ ਤੇ ਜੁੜੀ ਹੋਈ ਹੈ ਭੋਏ ਦੇ ਮਾਲ ਦੇ ਨਾਲ, ਠੀਕ ਹੈ, ਜਿੱਥੇ ਭੋਏ ਵਾਲ ਸਮਾਜ ਉੱਥੇ ਭੋਏ ਦੇ ਨਾਲ ਹੈ, ਜਿੱਥੇ ਆ ਪਿਸ਼ੂ ਪਾਲ ਸਮਾਜ ਹੈ ਉਹਦੇ ਨਾਲ ਜੁੜੀ ਹੋਈ ਹੈ, ਹੁਣ ਇੱਕ ਬੰਦੇ ਦੀਆਂ 500 ਮੱਝਾਂ ਨੇ, ਜੇ ਉਹ 5,000 ਹੋ ਜਾਣ, ਠੀਕ ਹੈ ਨਾ ਜੀ, ਉਹ ਤੇ ਇੱਕ ਪੂਰੇ ਉਹਦਾ ਜਿਹੜਾ ਟੋਪ ਟੱਪਾ ਹੈ ਹੋਰ ਵੱਧ ਗਿਆ, ਉਹਦੀ ਸ਼ਾਨ ਹੋਰ ਵੱਧ ਗਈ, ਉਹਦਾ ਵੱਸ ਹੋਰ ਵੱਧ ਗਿਆ, ਉਹਦੇ ਜ਼ੁਲਮ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਹੋਰ ਵੱਧ ਗਈ, ਉਹ ਜੋ ਕਰਨਾ ਚਾਹੇ ਉਹ ਵੱਸ ਉਹਦਾ ਜਿਹੜਾ ਨਾ ਉਹ ਵੱਧ ਗਿਆ, ਸੋ ਉਹ ਵੱਸ ਜਿਹੜਾ ਨਾ ਉਹ ਮੇਰੀ ਵਜ੍ਹਾ ਤੋਂ ਵਧਿਆ, ਠੀਕ ਹੈ, ਉਹਦਾ ਕਾਰਨ ਜਿਹੜਾ ਵੇ ਨਾ ਉਹ ਮੈਂ ਵਾਂ, ਔਰ ਮੈਂ ਉਹ ਬੰਦਾ ਵਾਂ ਜਿਹਨੇ ਇਹ ਖੂੰਡੀ ਵੀ ਇੱਥੋਂ ਲੈ ਕੇ ਨਹੀਂ ਜਾ ਰਿਹਾ, ਇਹ ਪੂਰਾ ਵੀ ਇੱਥੋਂ ਲੈ ਕੇ ਨਹੀਂ ਜਾ ਰਿਹਾ, ਕਿਉਂਕਿ ਜਿਸ ਸਟਾਈਲ ਦੇ ਨਾਲ ਉਹਨੇ ਸੁੱਟਿਆ ਨਾ, ਜਿਹੜਾ ਸਕਰੀਨ ਪਲੇ ਵਾਰਿਸ ਸ਼ਾਹ ਨੇ ਦਿਖਾਇਆ ਕਿ ਜਿਸ ਵੇਲੇ ਉਹਨੇ ਇਹ ਗੱਲ ਕੀਤੀ ਹੈ ਕਿ ਕਿੱਥੋਂ ਪਚਣ ਇਹਨਾਂ ਮੁਛੰਡਿਆਂ ਨੂੰ ਜਿਹਨਾਂ ਖਾਣੀਆਂ ਦੁੱਧ ਮਲਾਈਆਂ ਨੇ, ਅਤੇ ਰਾਂਝੇ ਨੇ ਇਸ ਤਰ੍ਹਾਂ ਖੁੰਡੀ ਜਿਸ ਵੇਲੇ ਸੁੱਟੀ ਹੈ, ਇਹ ਬੜੀ ਇਸ ਤਰ੍ਹਾਂ ਮਾਣ ਦੇ ਨਾਲ, ਔਰ ਉਹ ਲਾਇਆ ਬੁਰਾ ਲਾਇਆ ਔਰ ਸੁੱਟਿਆ, ਹਾਲਾਂਕਿ ਉਹਦੀ ਕੋਈ ਇੰਨੀ ਵੈਲਿਊ ਨਹੀਂ ਹੈਗੀ, ਲੇਕਿਨ ਉਹਨੇ ਉਹ ਵੀ ਰੱਖਣਾ ਜਿਹੜਾ ਹੈ ਉਹ ਗੁਬਾਰਾ ਨਹੀਂ ਕੀਤਾ, ਇਹਦਾ ਮਤਲਬ ਹੁਣ ਇਹ ਵੇ ਕਿ ਇਹ ਬੰਦਾ ਜਿਹੜਾ ਨਾ ਕੰਪਰੋਮਾਈਜ਼ ਨਹੀਂ ਕਰੇਗਾ, ਇਹ ਬੰਦਾ ਜਿਹੜਾ ਨਾ ਝੁਕੇਗਾ ਨਹੀਂ, ਠੀਕ ਹੈ ਨਾ, ਕਿਉਂਕਿ ਜਿਸ ਗੱਲ ਲਈ ਬੰਦਾ ਝੁਕਦਾ ਨਾ ਉਹਦੇ ਉਹਨੇ ਲਾਤੀ ਨੇ, ਜਿਸ ਤਰ੍ਹਾਂ ਉਹ ਇੱਕ ਆਪਣਾ ਕਾਰਲ ਮਾਰਕਸ ਨੇ ਕਿਹਾ ਸੀ ਨਾ ਕਿ ਮਜ਼ਦੂਰਾਂ ਕੋਲ ਖੋਣ ਲਈ ਹੁੰਦਾ ਕੀ ਹੈ, ਜ਼ੰਜੀਰਾਂ, ਠੀਕ ਹੈ ਨਾ ਜੀ, ਉਹ ਜ਼ੰਜੀਰਾਂ ਤੇ ਉਹਨੇ ਲਾ ਦਿੱਤੀਆਂ, ਜਿਸ ਵੇਲੇ ਜ਼ੰਜੀਰਾਂ ਲਾ ਦਿੱਤੀਆਂ ਨੇ ਨਾ ਫੇਰ ਬਣੀ ਹੈ ਤਾਕਤ ਉਹਦੀ, ਉਹ ਜ਼ੰਜੀਰ ਉਹੀ ਸੀ ਜਿਹੜੀ ਉਹ ਮਾੜੀ ਮੋਟੀ ਹੈ, ਹਾਂ, ਲੋੜ ਜਿਹੜੀ ਹੈ ਉਹਨੇ ਜਿਹਨੂੰ ਜਦੋਂ ਉਹਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਲੋੜ ਜਿਹੜੀ ਹੈ ਉਹ ਤੇ ਲੋਕ ਹੀ ਪੂਰਾ ਕਰ ਸਕਦੇ ਨੇ, ਔਰ ਇਹ ਮੈਂ ਖੁਦ ਕਰ ਸਕਦਾ, ਹਾਂ ਹਾਂ, ਅੱਛਾ, ਉਹ ਜਿਹੜੇ ਲੋਕ ਨੇ ਹੁਣ ਤੱਕ ਲੋਕਾਂ ਨੇ ਇਹ ਸਾਰਾ ਮਾਮਲਾ ਕੀਤਾ, ਉਹ ਕੀਤਾ ਤੇ ਉਹਦੀ ਆਪਣੀ ਵਜ੍ਹਾ ਤੋਂ ਹੀ ਹੈ ਨਾ, ਵਜ੍ਹਾ ਤੇ ਉਹ ਆਪ ਹੀ ਹੈ ਨਾ, ਲੇਕਿਨ ਕੀਤਾ ਲੋਕਾਂ ਨੇ, ਮੈਂ ਔਰ ਜਿਹੜੇ ਲੋਕ ਕਰ ਰਹੇ ਸਨ ਉਹਨਾਂ ਨੂੰ ਉਹਦੇ ਨਾਲ ਕੀ ਮਫਾਦ ਸੀ, ਜਿਹਨਾਂ ਨੇ ਉਹਨੂੰ ਕੁਸ਼ਤੀ ਤੋਂ ਪਾਰ ਲਾਇਆ, ਠੀਕ ਹੈ, ਜਿਹਨਾਂ ਨੇ ਉਹਨੂੰ ਪਲੰਘ 'ਤੇ ਬਿਠਾਇਆ, ਠੀਕ ਹੈ, ਉਹਨਾਂ ਨੂੰ ਤਾਂ ਕੋਈ ਲਾਭ ਨਹੀਂ ਸੀ ਗੱਲ ਕੋਲ, ਉਹ ਤਾਂ ਉਹਦੇ ਨਾਲ ਪਿਆਰ ਕਰ ਰਹੇ ਸਨ, ਔਰ ਪਿਆਰ ਉਹਦੇ ਅੰਦਰ ਇੱਕ ਗੁਣ ਸੀ, ਉਹ ਖਿੱਚ ਸੀ, ਉਹ ਸ਼ਾਇਦ ਆਪਣਾ ਆਪ ਜਿਹੜਾ ਉਹਨਾਂ ਕੋਲ ਖੁਸਿਆ ਹੋਇਆ ਸੀ ਉਹਦੇ ਵਿੱਚ ਵੇਖ ਰਹੇ ਸਨ, ਜੋ ਇਸ ਮਲ ਮਾਲਕੀ ਵਿਹਾਰ ਦੇ ਵਿੱਚ ਔਰ ਮਾਦੀ ਲੋੜਾਂ ਦੇ ਥੱਲੇ ਜਿਹੜੇ ਦੱਬੇ ਆਪਣੀਆਂ ਜਿਹੜੀਆਂ ਸੋਚਾਂ ਖਾਹਿਸ਼ਾਂ ਸਦਰਾਂ ਦਬਾ ਕੇ ਉਹਨਾਂ ਦਾ ਕਤਲ ਕਰਕੇ ਔਰ ਆਪਣੇ ਆਪ ਤੋਂ ਬੇਗਾਨੇ ਹੋ ਕੇ ਕਿਆਮੀ ਜ਼ਿੰਦਾ ਜੀ ਲਾਸ਼ ਬਣ ਕੇ ਫਿਰਦੇ ਪਏ ਸਨ, ਉਹ ਜਿਸ ਵੇਲੇ ਆ ਕੇ ਉਸਨੇ ਉਹਨਾਂ ਨੂੰ ਜਗਾਇਆ, ਉਹਨਾਂ ਨੂੰ ਜਾਗ੍ਰਿਤੀ ਆਈ ਹੈ, ਅਤੇ ਉਹਨਾਂ ਨੂੰ ਨਾ ਉਹ ਆਪਣਾ ਆਪ ਉਹਦੇ 'ਚ ਨਜ਼ਰ ਆਇਆ, ਅਤੇ ਫਿਰ ਉਹ 'ਤੇ ਵਿਸੇ ਨੇ ਉਹ ਅਤੇ ਡੁੱਲੇ ਨੇ ਉਹ, ਠੀਕ ਹੈ ਨਾ, ਸੋ ਰਾਂਝੇ ਨੂੰ ਇਸ ਗੱਲ ਦੀ ਪੂਰੀ ਸਾਰ ਹੈ ਕਿ ਲੋਕ ਜੱਗ ਮੇਰੇ 'ਤੇ ਵਿਸਦਾ, ਹਾਂ, ਕਿ ਲੋਕ ਜਿਹੜੇ ਨੇ ਨਾ ਅਸਲ 'ਚ ਸ਼ੈਵਾਂ ਵੀ ਇਹੀ ਪੈਦਾ ਕਰਦੇ ਨੇ ਔਰ ਮਾਲਕ ਵੀ ਇਹੀ ਨੇ, ਠੀਕ ਹੈ, ਸਿਰਫ ਇਹਨਾਂ ਨੂੰ ਅਗਰ ਸਾਰ ਹੋ ਜਾਏ ਤੇ, ਅਗਰ ਇਹਨਾਂ ਨੂੰ ਸ਼ੌਰ ਆ ਜਾਏ ਤੇ, ਕਿਉਂਕਿ ਪੈਦਾ ਇਹ ਕਰ ਰਹੇ ਨੇ, ਅਗਰ ਇਹ ਆਪਣਾ ਪੈਦਾ ਕਰਨਾ ਬੰਦ ਕਰ ਦੇਣਾ ਤੇ ਕਿੱਥੋਂ ਚੱਲਣਗੇ ਸਾਰੇ ਮਾਮਲੇ, ਸੋ ਲਿਹਾਜ਼ਾ ਉਹ ਇਸ ਪੂਰੀ ਗੱਲ ਨੂੰ ਸਮਝ ਕੇ ਤੇ ਤਾਂ ਉਹ ਖਲੋ ਕੇ ਜਿਹੜੀ ਇਹ ਜਿਹੜੀ ਗੱਲ ਨਾ ਉਹ ਕਰਦਾ ਪਿਆ, ਔਰ ਉਸਨੇ ਕਿਹਾ ਕਿ ਇਹ ਜਿਹੜਾ ਤੂੰ ਐਡਾ ਚੌਧਰੀ ਬਣਿਆ ਫਿਰਨਾ, ਤੂੰ ਤੇ ਸਾਡੇ ਨਾਲ ਧਰੋਹ ਕੀਤਾ, ਔਰ ਤੇਰੀ ਜਿਹੜੀ ਹੈ ਉਹ ਸੂਦਖੋਰ ਦੀ ਤਰ੍ਹਾਂ ਜਿਹੜਾ ਨਾ, ਸੂਦਖੋਰ ਜਿਹੜਾ ਬੰਦਾ ਸੂਦਖੋਰ ਹੁੰਦਾ ਨਾ ਜੀ, ਉਹਦੇ ਅੰਦਰ ਇਨਸਾਨੀਅਤ ਜਿਹੜੀ ਹੈ ਉਹ ਪਹਿਲਾ ਮੁਕਾ ਇਨਸਾਨੀਅਤ ਦਾ ਕਰਦਾ, ਅਗਰ ਉਹ ਇਹ ਸੋਚਣ ਲੱਗ ਪਿਆ ਨਾ ਮੈਂ ਤਾਂ ਫਾਇਦਾ ਕਰਨਾ, ਤੇ ਉਹ ਇੱਕ ਅੱਛਾ ਸੂਦਖੋਰ ਨਹੀਂ ਬਣ ਸਕਦਾ, ਉਹ ਅੱਛਾ ਸੂਦਖੋਰ ਜਿਹੜਾ ਨਾ ਜੀ ਉਹ ਤਾਂ ਹੀ ਬਣ ਸਕਦਾ ਕਿ ਜਦੋਂ ਇਹ ਫੈਸਲਾ ਕਰ ਲਏ ਕਿ ਇਹ ਕਮੋਡਿਟੀ ਹੈ, ਇਹ ਬੰਦਾ ਨਹੀਂ ਹੈਗਾ, ਇਹਨੂੰ ਮੈਂ ਵਰਤਣਾ ਔਰ ਇਹਨੂੰ ਰਿਮੋਟ ਦੀ ਤਰ੍ਹਾਂ ਮੈਂ ਚਲਾਉਣਾ, ਠੀਕ ਹੈ, ਲਿਹਾਜ਼ਾ ਉਸਨੇ ਮੈਕਾਨਿਜ਼ਮ ਇਸ ਤਰ੍ਹਾਂ ਦਾ ਬਣਾਇਆ ਹੋਇਆ। ਇਹ ਜਿੰਨੇ ਵੀ ਤੁਸੀਂ ਟੀਚਿੰਗ ਸੁਣਦੇ ਹੋ ਨਾ ਸਾਰੀ ਦੀ ਸਾਰੀ ਸਕੂਲਾਂ ਦੇ ਵਿੱਚ ਜਿਹੜੀ ਤੁਸੀਂ ਤਾਲੀਮ ਲੈ ਰਹੇ ਹੋ ਔਰ ਮਦਰਸਿਆਂ ਦੇ ਵਿੱਚ, ਗਿਰਜਿਆਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ,
ਅੱਜ ਜੋ ਤੁਸੀਂ ਪੜ੍ਹ ਰਹੇ ਹੋ ਇਹ ਸਾਰੇ ਦਾ ਸਾਰਾ ਮੈਕਾਨਿਜ਼ਮ ਉਹਦਾ ਬਣਾਇਆ ਹੋਇਆ ਸਰਮਾਏਦਾਰ ਦਾ। ਹਾਂ ਅੱਛਾ ਸਰਮਾਇਆਦਾਰੀ ਜਿਹੜੀ ਵਾਲੇ ਦਾ ਪਾਵਰ ਵਾਲਿਆਂ ਨੇ ਜਿਹਨੇ ਨਿਜ਼ਾਮ ਬਣਾਏ ਜਿਹਨੇ ਅਸੂਲ ਕਾਨੂੰਨ ਬਣਾਏ ਹੋਏ ਨੇ ਜਿਹਨੇ ਆਇਨ ਬਣਾਏ ਹੋਏ ਜਿਹਨਾਂ ਨੇ ਸੋਚਣ ਸਮਝਣ ਦਾ ਨਿਜ਼ਾਮ ਬਣਾਇਆ ਜਿਹਨਾਂ ਨੇ ਮਤਲਬ ਬੰਦੇ ਨੂੰ ਇੱਕ ਬੜੀ ਨਹੀਂ ਇੱਕ ਸਿੱਧੀ ਜੀ ਗੱਲ ਰੱਖਿਆ। ਹਾਂ ਇੱਕ ਸਿੱਧੀ ਜੀ ਗੱਲ ਹੈ ਕਿ ਉਹ ਇੱਕ ਵੇਲੇ ਚ ਉਹਨਾਂ ਨੇ ਬੰਦੇ ਨੂੰ ਹੀ ਕਮੋਡਿਟੀ ਬਣਾ ਕੇ ਤੇ ਮਾਰਕੀਟਾਂ ਦੇ ਵਿੱਚ ਵੇਚਿਆ ਵਰਤਣ ਵਾਲੀ ਚੀਜ਼ ਬਣਾ ਕੇ ਵਰਤਣ ਵਾਲੀ ਸ਼ੈ ਬਣਾ ਕੇ ਅਗਰ ਉਹ ਬੰਦਾ ਸਮਝਦੇ ਉਹਨੂੰ ਤੇ ਉਹਨੂੰ ਬਣਾ ਹੀ ਨਹੀਂ ਸਨ ਸਕਦੇ। ਸੋ ਲਿਹਾਜ਼ਾ ਇਹ ਪਹਿਲੀ ਉਹਦੀ ਹੈ ਉਹਦੀ ਸੂਦਖੋਰ ਜਿਹੜੀ ਹੈ ਹਾਂ ਪਹਿਲੀ ਹਾਲਤ ਉਹਦੀ ਹੈ ਕਿ ਤੁਸੀਂ ਅਗਲੇ ਨੂੰ ਹਾਂ ਇਹਨੂੰ ਬੰਦਾ ਨਹੀਂ ਸਮਝਣਾ ਔਰ ਰਹਿਮ ਨਾਂ ਦੀ ਕੋਈ ਸ਼ੈ ਤੁਹਾਡੇ ਅੰਦਰ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ ਤੁਸੀਂ ਇੱਥੇ ਤਰਸ ਖਾਧਾ ਇੱਥੇ ਰਹਿਮ ਖਾਧਾ ਤੇ ਫਿਰ ਆ ਜਿਹੜੀ ਤੁਹਾਡੀ ਦੌਲਤ ਇਹਨਾਂ ਘੱਟ ਜਾਣੀ ਹੈ ਇਹਦੇ ਵਿੱਚ ਕਮੀ ਆ ਜਾਣੀ ਹੈ। ਇਹਦੇ ਵਿੱਚ ਕਮੀ ਨਹੀਂ ਆਉਣੀ ਚਾਹੀਦੀ ਕਿਉਂਕਿ ਉਹਨਾਂ ਨੇ ਦੌਲਤ ਨੂੰ ਖੁਦਾ ਬਣਾ ਦਿੱਤਾ ਹੋਇਆ ਠੀਕ ਹੈ। ਹਾਲਾਂਕਿ ਦੌਲਤ ਜਿਹੜੀ ਹੈ ਬੰਦੇ ਦੀ ਆਪਣੀ ਪੈਦਾ ਕਰਦਾ ਆਪਣੀ ਪੈਦਾ ਕੀਤੀ ਹੋਈ ਆ ਇਹ ਜਿਹੜਾ ਅੱਜ ਪੈਸਾ ਅਸੀਂ ਲੈ ਕੇ ਲੱਗੇ ਫਿਰ ਰਹੇ ਹਾਂ ਇੱਕ ਵੇਲੇ ਦੇ ਵਿੱਚ ਤਾਂ ਹੈ ਹੀ ਨਹੀਂ ਸੀ ਇੱਕ ਵੇਲੇ ਤਾਂ ਸ਼ੈਵਾਂ ਹੀ ਹੁੰਦੀਆਂ ਸਨ ਸ਼ੈਵਾਂ ਦੇ ਬਦਲੇ ਸ਼ੈਵਾਂ ਦਾ ਤਬਾਦਲਾ ਹੁੰਦਾ ਸੀ ਔਰ ਉਦੋਂ ਲੋਕਾਂ ਦੇ ਵਿੱਚ ਨਾ ਇੰਨੀ ਖੋ ਖੁਆਸ ਇੰਨੀ ਜ਼ਿਆਦਾ ਨਹੀਂ ਸੀ ਹੈਗੀ ਲੇਕਿਨ ਜਿਸ ਵੇਲੇ ਇਹ ਪੈਸਾ ਵਜੂਦ ਦੇ ਵਿੱਚ ਆਇਆ ਨਾ ਜੀ ਉਹ ਖੋ ਖੁਸ਼ ਜਿਹੜੀ ਹੈ ਨਾ ਉਹ ਵੱਧ ਗਈ ਉਹ ਇਸ ਲਈ ਵਧੀ ਕਿ ਮੈਂ ਸਭ ਤੋਂ ਜ਼ਿਆਦਾ ਅਮੀਰ ਹੋਣਾ ਚਾਹੁੰਦਾ ਔਰ ਮੈਂ ਇਸ ਲਈ ਹੋਣਾ ਚਾਹੁੰਦਾ ਕਿ ਸਾਰੇ ਲੋਕ ਮੇਰੀ ਗੱਲ ਮੰਨਣ ਔਰ ਸਾਰੇ ਲੋਕ ਮੇਰੀ ਗੱਲ ਤਾਂ ਹੀ ਮੰਨਣਗੇ ਜੇ ਉਹ ਸਾਰਾ ਵਸ ਮੇਰੇ ਕੋਲ ਹੋਵੇ ਇਹਨਾਂ ਦੀਆਂ ਲੋੜਾਂ ਉਹ ਪੂਰਾ ਕਰਨ ਵਾਲਾ ਮੈਂ ਹੋਵਾਂ ਉਹ ਰੱਬ ਬਣ ਜਾਣਾ। ਹੁਣ ਜਿਹੜਾ ਰੱਬ ਦਾ ਤਸੱਵਰ ਉਹਨੇ ਲੋਕਾਂ ਨੂੰ ਦਿੱਤਾ ਨਾ ਇਹ ਅਸਲ ਦੇ ਵਿੱਚ ਉਹਦੇ ਆਪਣੇ ਜ਼ੇਹਨ ਦੀ ਇਹ ਪੈਦਾਵਾਰ ਹੈ ਔਰ ਆਪਣੇ ਲਈ ਮਤਲਬ ਉਹ ਆਪ ਖੁੱਲ੍ਹ ਕੇ ਨਹੀਂ ਕਹਿੰਦਾ ਕਈਆਂ ਜਗ੍ਹਾ 'ਤੇ ਚਲੋ ਖੁੱਲ੍ਹ ਕੇ ਵੀ ਗਿਆ ਲੇਕਿਨ ਇਹ ਸਾਰੇ ਦਾ ਸਾਰਾ ਉਹ ਹੈ ਕਿ ਇਹ ਮੈਂ ਰੱਬ ਨਹੀਂ ਹੈਗਾ ਪਰ ਮੈਂ ਰੱਬ ਦਾ ਖਾਸ ਹਾਂ ਰੱਬ ਦਾ ਕਰਮ ਜਿਹੜਾ ਹੈ। ਹਾਂ ਮਤਲਬ ਉਹਨੂੰ ਪੁੱਛੋ ਕਿ ਤੇਰੀ ਦੌਲਤ ਕਿੱਥੋਂ ਆਈ ਉਹ ਕਹਿੰਦਾ ਕਿ ਇਹ ਸਭ ਤੇਰਾ ਕਰਮ ਹੈ ਤੇ ਬਾਤ ਮੇਰੀ ਹੁਣ ਤੱਕ ਬਣੀ ਗਈ ਹੈ ਠੀਕ ਹੈ ਨਾ ਜੀ ਇੱਕ ਫਜ਼ਲ ਹੈ ਹਾਜ਼ਾ ਮੈਨੂੰ ਫਜ਼ਲੇ ਰੱਬੀ ਇਹ ਲਿਖਿਆ ਹੁੰਦਾ ਕਹਿੰਦਾ ਠੀਕ ਹੈ ਕੰਮ ਤੁਸੀਂ ਉਹਦਾ ਮਿਹਨਤ ਖਾਧੀ ਹੋਈ ਕਿੱਧਰ ਲੁੱਟਿਆ ਕੰਮ ਤੁਸੀਂ ਉਹਦਾ ਵੇਖ ਲਓ ਤੇ ਉਹਨੇ ਮਾਸਕ ਜਿਹੜੇ ਨੇ ਉਹ ਆਪਣਾ ਸਮਗਲਿੰਗ ਕੀਤੇ ਸਮਗਲ ਕੀਤੇ ਠੀਕ ਹੈ ਕੰਮ ਹੈ ਵੀ ਉਹਦਾ ਠੀਕ ਹੈ ਉਹ ਜਿਹੜੀ ਰੁਪਈਏ ਦੀ ਸ਼ਹਿ ਵੀਹਾਂ ਚ ਦੇ ਰਹੇ ਨੇ ਵੀਹਾਂ ਚ ਦੇ ਰਹੇ ਨੇ ਠੀਕ ਹੈ ਨਾ ਜੀ ਸਾਰੀ ਉੱਤੋਂ ਉਹਨਾਂ ਦੇ ਬੂਹੇ ਦੇ ਉੱਤੇ ਲਿਖਿਆ ਹੁੰਦਾ ਹਾਜ਼ਾ ਮੈਨੂੰ ਫਜ਼ਲੇ ਹਾਜ਼ਾ ਮੈਨੂੰ ਫਜ਼ਲੇ ਰੱਬੀ ਹੈ ਔਰ ਉਹਦਾ ਮਤਲਬ ਹੋਣਾ ਵੇ ਕਿ ਇਹ ਜ਼ੁਲਮ ਨਹੀਂ ਹੈਗਾ ਇਹ ਵੰਡ ਹੈ ਰੱਬ ਦੀ ਸੋ ਰੱਬ ਨੂੰ ਤੁਸੀਂ ਰਾਜ਼ੀ ਕਰੋ ਠੀਕ ਹੈ ਔਰ ਰੱਬ ਨੂੰ ਰਾਜ਼ੀ ਕਰਨ ਦਾ ਮਤਲਬ ਹੈ ਕਿ ਇਹ ਮੌਲਵੀ ਬੈਠਾ ਹੈ ਇਹ ਪੀਰ ਬੈਠਾ ਹੈ ਇਹ ਗੁਰੂ ਬੈਠਾ ਹੈ ਇਹ ਗਿਆਨੀ ਬੈਠਾ ਹੈ ਇਹਨਾਂ ਦੀ ਸੇਵਾ ਕਰੋ ਇਹਨਾਂ ਦੀ ਸੇਵਾ ਇਹ ਰੱਬ ਅੱਗੇ ਤੁਹਾਡੀ ਦਰਖਾਸਤ ਕਰਨਗੇ ਜਦੋਂ ਰੱਬ ਮੰਨ ਜਾਏਗਾ ਠੀਕ ਹੈ ਇੰਜ ਤੁਸੀਂ ਮਿਹਨਤ ਕਰਦੇ ਰਹੋ ਰੱਬ ਰਾਜ਼ੀ ਜਦੋਂ ਰੱਬ ਰਾਜ਼ੀ ਹੋ ਜਾਏਗਾ ਕਰਮ ਕਰਦੇ ਤੇ ਫਿਰ ਤੁਹਾਡਾ ਵੀ ਭਲਾ ਹੋ ਜਾਏਗਾ ਫਿਰ ਤੁਹਾਡੀ ਵੀ ਤੁਹਾਡੇ ਅੰਦਰ ਵੀ ਖੁਸ਼ਹਾਲੀ ਵੀ ਠੱਗ ਬਣ ਜਾਓਗੇ ਸਾਡੇ ਲਿਹਾਜ਼ਾ ਉਹ ਇੱਕ ਪੂਰਾ ਜਿਹੜਾ ਇੰਸਟੀਟਿਊਸ਼ਨ ਹੈ ਨਾ ਜੀ ਸਾਰੇ ਦਾ ਸਾਰਾ ਉੱਤੋਂ ਲੈ ਕੇ ਥੱਲੋਂ ਤੱਕ ਉਹ ਸਾਰੇ ਦਾ ਸਾਰਾ ਇਹਦਾ ਹੀ ਪ੍ਰਚਾਰ ਕਰਦਾ ਹੁਣ ਕੋਈ ਰਾਂਝੇ ਵਰਗਾ ਵਿੱਚ ਆ ਜਾਵੇ ਉਹ ਕਹਿ ਦੇਵੇ ਵੀ ਇਹ ਚੰਗਾ ਤੁਸੀਂ ਮੇਰਾ ਮਤਲਬ ਹੈ ਕਿ ਇਨਸਾਫ਼ ਕਰਨ ਡਏ ਹੋ ਲੋਹੇ ਦੇ ਵਿੱਚ ਅਸੀਂ ਢਾਲਿਆ ਲਿਹਾਜ਼ਾ ਇਸੇ ਵਾਸਤੇ ਪੀਰਾਂ ਫਕੀਰਾਂ ਨੇ ਇਹਨਾਂ ਲੋਕਾਂ ਨੂੰ ਰੱਬ ਕਿਹਾ ਪੀਰ ਫਕੀਰਾਂ ਨੇ ਪੀਰਾਂ ਫਕੀਰਾਂ ਨੇ ਇਹਨਾਂ ਲੋਕਾਂ ਨੂੰ ਇਹ ਰੱਬ ਜਿਹੜੇ ਲੋਕਾਂ ਦੀ ਲੋੜ ਪੂਰੀ ਕਰ ਅਲਕਾ ਸਿੱਬੂ ਹਬੀਬੁੱਲਾ ਜਿਹੜਾ ਮਿਹਨਤੀ ਰੱਬ ਦਾ ਹਬੀਬ ਸੱਜਣ ਹੈ ਉਹਨਾਂ ਨੂੰ ਉਹਨਾਂ ਨੇ ਰੱਬ ਤੱਕ ਕਿਹਾ ਠੀਕ ਹੈ ਰੱਬ ਦੀ ਤਾਰੀਫ ਕਰੋਗੇ ਤੁਸੀਂ ਕਹੋਗੇ ਜੀ ਰੱਬ ਰਹਿਮ ਕਰਦਾ ਤੇ ਇਹ ਜਿਹੜਾ ਬੰਦਾ ਰਹਿਮ ਨਹੀਂ ਕਰ ਰਿਹਾ ਠੀਕ ਹੈ ਕਿੰਨੇ ਹੀ ਲੋਕ ਜਿਹੜੇ ਨੇ ਫ੍ਰੀ ਸਰਵਿਸ ਦੇ ਰਹੇ ਨੇ ਕਿੰਨੇ ਹੀ ਲੋਕ ਆਪਣੇ ਕੰਮ ਚੋ ਚਾਰ ਘੰਟੇ ਤੁਹਾਡੀ ਸੇਵਾ ਕਰ ਰਹੇ ਨੇ ਕਿੰਨੇ ਲੋਕ ਨੇ ਠੀਕ ਹੈ ਅੱਛਾ ਇਸੇ ਤਰ੍ਹਾਂ ਰੱਬ ਜਿਹੜਾ ਉਹ ਪਾਲਦਾ ਠੀਕ ਹੈ ਮਾਂ ਜਿਹੜੀ ਬੱਚੇ ਨੂੰ ਨੀ ਪਾਲਦੀ ਕਿੰਨੇ ਵਕਤਾਂ ਨਾਲ ਪਾਲਦੀ ਹੈ ਠੀਕ ਹੈ ਆਪਣੇ ਮੂੰਹ ਚੋਂ ਕੱਢ ਕੇ ਜਿਹੜਾ ਉਹਨੂੰ ਦਿੰਦੀ ਹੈ ਪਿਓ ਜਾ ਕੇ ਉੱਥੇ ਜਿਹੜਾ ਨਾ ਲੋਕਾਂ ਦੀਆਂ ਗੱਲਾਂ ਸੁਣਦੇ ਆ ਠੀਕ ਹੈ ਜੀ ਮਿਹਨਤ ਕਰਦਾ ਪਿਆ
ਉਹ ਪਾਲਦਾ ਪਿਆ ਨਾ ਸਾਡਾ, ਬਿਲਕੁਲ ਠੀਕ ਹੈ ਨਾ। ਇਸੇ ਤਰ੍ਹਾਂ ਜਿਹੜਾ ਰੱਬ ਹੈ ਉਹ ਕੰਮ ਆਉਂਦਾ, ਕਿੰਨੇ ਬੰਦੇ ਕਿੰਨੇ ਬੰਦਿਆਂ ਦੇ ਕੰਮ ਨਹੀਂ ਆਉਂਦੇ, ਤੁਹਾਡੇ ਕਈ ਕੰਮ ਆਏ ਹੋਣਗੇ, ਤੁਸੀਂ ਕਈਆਂ ਦੇ ਕੰਮ ਆਏ ਹੋਏ। ਸੋ ਉਹ ਗੁਣ ਨੇ, ਰੱਬ ਨੂੰ ਕਿਸੇ ਨੇ ਵੇਖਿਆ ਤੇ ਨਹੀਂ ਨਾ ਹੋਇਆ, ਉਹਦੇ ਗੁਣ ਹੀ ਦੱਸਦੇ ਨੇ ਨਾ ਕਿ ਰੱਬ ਦੇ ਗੁਣ ਆਏ ਨੇ, ਠੀਕ ਹੈ ਨਾ ਜੀ। ਔਰ ਉਹਦੇ ਨਾਂ ਨੇ, ਉਸ ਨਾਂ ਤੋਂ ਜਿਹੜੇ ਨੇ ਉਹ ਗੁਣ ਨੇ, ਉਹ ਗੁਣ ਜਿਹੜੇ ਨੇ ਜਿੱਥੇ ਪਾਏ ਜਾਂਦੇ ਨੇ ਉਹ ਹੀ ਰੱਬ ਹੈ। ਸੋ ਪੀਰਾਂ ਫਕੀਰਾਂ ਨੇ ਇਸੇ ਵਾਸਤੇ ਬੰਦੇ ਨੂੰ ਕਿਹਾ ਕਿ ਤੂੰ ਆਪਣੇ ਅੰਦਰ ਝਾਤੀ ਮਾਰ। ਉਹਨਾਂ ਨੇ ਕਿਹਾ ਨਾ ਝਾਤੀ ਮਾਰ, ਉਹ ਆਪਣੀ ਸ਼ਕਤੀ ਨੂੰ ਪਹਿਚਾਨਣ ਦਾ, ਬੋਲਿਆ ਕੀ ਜਾਣਾ ਮੈਂ ਕੌਣ। ਉਹਦੀ ਇੱਕ ਲਾਈਨ ਹੈ, ਨਜ਼ਮ ਹੈ ਫੈਜ਼ ਦੀ, ਉੱਠ ਉਤਾਂ ਨੂੰ ਜੱਟਾ ਮਾਰਦਾ ਕਿਉਂ ਜਾਏ, ਭੋਲਿਆ ਤੂੰ ਜੱਗ ਦਾ ਅੰਨਦਾਤਾ, ਤੇਰੀ ਬਾਂਦੀ ਧਰਤੀ ਮਾਤਾ, ਤੂੰ ਜੱਗ ਦਾ ਪਾਲਣ ਹਾਰ, ਬਿਲਕੁਲ ਮਰਦਾ ਕਿਉਂ ਜਾਏ। ਜਨਰਲ ਕਰਨਲ ਸੂਬੇਦਾਰ, ਡਿਪਟੀ ਡੀਸੀ ਥਾਣੇਦਾਰ, ਸਾਰੇ ਤੇਰਾ ਦਿੱਤਾ ਖਾਵਣ, ਤੂੰ ਜੇ ਨਾ ਬੀਜੇ ਤੂੰ ਜੇ ਨਾ ਗਾਵੇਂ, ਭੁੱਖੇ ਪਾਣੇ ਸਭ ਮਰ ਜਾਵਣ, ਇਹ ਚਾਕਰ ਤੂੰ ਸਰਕਾਰ, ਮਰਦਾ ਕਿਉਂ ਜਾਏ। ਉੱਠ ਉਤਾਂ ਨੂੰ ਜੱਟਾ, ਤੇ ਵਿੱਚ ਕਚਹਿਰੀ ਚੌਂਕੀ ਥਾਣੇ, ਕੀ ਅਨਭੋਲ ਤੇ ਕੀ ਸਿਆਣੇ, ਕੀ ਅਸ਼ਰਾਫ ਤੇ ਕੀ ਨਮਾਣੇ, ਸਾਰੇ ਖਜਲ ਖਾਰ, ਮਰਦਾ ਕਿਉਂ ਜਾਏ। ਉੱਠ ਉਤਾਂ ਨੂੰ ਜੱਟਾ, ਏਕਾ ਕਰ ਲਓ, ਅਸਲ ਗੱਲ ਜਿਹੜੀ ਏਕਾ ਕਰ ਲਓ, ਹੋ ਜਾਓ ਇਕੱਠੇ, ਭੁੱਲ ਜਾਓ ਰੰਗੜ ਚੀਮੇ ਚੱਠੇ, ਸਭ ਦਾ ਇੱਕ ਪਰਿਵਾਰ, ਮਰਦਾ ਕਿਉਂ ਜਾਏ। ਜੇ ਚੜ ਆਵਣ ਫੌਜਾਂ ਵਾਲੇ, ਤੂੰ ਵੀ ਛਵੀਆਂ ਲੰਬ ਕਰਾ ਲੈ, ਤੇਰਾ ਹੱਕ ਤੇਰੀ ਤਲਵਾਰ, ਤੇ ਮਰਦਾ ਕਿਉਂ ਜਾਏ। ਦੇ ਅੱਲਾਹੂ ਦੀ ਮਾਰ, ਤੇ ਮਰਦਾ ਕਿਉਂ ਜਾਏ। ਉੱਠ ਉਤਾਂ ਨੂੰ ਜੱਟਾ। ਹੁਣ ਇਹ ਜਿਹੜੀ ਹੈ ਨਾ ਗੱਲ, ਤੁਸੀਂ ਇਹੀ ਕਰ ਰਹੇ ਹੋ, ਇਹੀ ਮੈਂ ਗੱਲ ਕਰ ਰਿਹਾ ਕਿ ਜਦੋਂ ਉਹਨਾਂ ਨੂੰ ਸ਼ੌਰ ਆ ਗਿਆ ਨਾ ਕਿ ਇਹ ਅਸੀਂ ਮਸਲ ਤਾਕਤ ਆ, ਤੇ ਅਸੀਂ ਤਾਕਤ ਕਿਵੇਂ ਨਹੀਂ ਰਹੇ, ਉਹ ਹੈਗਾ ਕਿ ਏਕਾ ਨਹੀਂ ਹੈਗਾ। ਉਹਨੂੰ ਏਕਾ ਕਿਸ ਗੱਲੋਂ ਨਹੀਂ ਹੈਗਾ ਵੀ ਮੈਂ ਚੀਮਾ ਵਾਂ, ਤੁਸੀਂ ਰਾਠ ਹੋ, ਤੁਸੀਂ ਉਹ ਜਿਹੜਾ ਨਾ ਦੂਸਰਾ ਰਾਣਾ, ਇਹ ਵੰਡੀਆਂ ਪਾਈਆਂ। ਅੱਛਾ, ਮੈਂ ਮੁਸਲਮਾਨ ਹਾਂ, ਤੁਸੀਂ ਹਿੰਦੂ ਹੋ, ਸਿੱਖ ਹੋ, ਮੈਂ ਪੰਜਾਬੀ ਹਾਂ, ਸਿੰਧੀ ਹਾਂ, ਮੈਂ ਜਨਾਬ ਅਲੀ ਸ਼ੀਆ ਸੁੰਨੀ ਹਾਂ, ਇੱਕ ਮਜ਼ਹਬ ਦੇ ਵਿੱਚ ਵੀ ਰਹਿ ਕੇ, ਠੀਕ ਹੈ ਨਾ ਜੀ। ਇਹਨੇ ਵੰਡ ਦਿੱਤਾ, ਠੀਕ ਹੈ ਨਾ ਜੀ। ਹੁਣ ਇਹ ਵੰਡਾਂ ਜਿਹੜੀਆਂ ਨੇ ਇਹਨਾਂ ਨੂੰ, ਔਰ ਜਿਹੜੇ ਵੰਡਾਂ ਕੌਣ ਵਧਾ ਰਿਹਾ, ਕਿਸੇ ਮਸੀਹ 'ਚੋਂ ਆਵਾਜ਼ ਆ ਰਹੀ ਹੈ ਨਾ, ਕਿਸੇ ਇਮਾਮ ਬਾਰਗਾਹ 'ਚੋਂ ਆਵਾਜ਼ ਆ ਰਹੀ ਹੈ, ਮੰਦਰ 'ਚੋਂ ਆ ਰਹੀ, ਕਿਸੇ ਮੰਦਰ 'ਚੋਂ ਆਵਾਜ਼ ਆ ਰਹੀ, ਚਰਚ 'ਚੋਂ ਆ ਰਹੀ ਹੈ, ਕਿਸੇ ਸਕੂਲ 'ਚੋਂ ਆ ਰਹੀ ਹੈ, ਕਿਸੇ ਸਕੂਲ 'ਚੋਂ ਆ ਰਹੀ ਹੈ, ਕਿਸੇ ਯੂਨੀਵਰਸਿਟੀ 'ਚੋਂ ਆ ਰਹੀ ਹੈ, ਕਿਸੇ ਢਾਣੀ ਤਨਜ਼ੀਮ 'ਚੋਂ ਆ ਰਹੀ ਹੈ, ਇਹ ਅਦਾਰੇ ਨੇ ਨਾ, ਉਹ 'ਚ ਪੜ੍ਹਾਇਆ ਜਾ ਰਿਹਾ ਨਾ, ਉਹਦੇ 'ਚ ਕੀ ਪੜ੍ਹਾਇਆ ਜਾ ਰਿਹਾ, ਦਿਮਾਗ ਬਣਾਏ ਜਾ ਰਹੇ, ਉੱਥੇ ਇਹ ਪੜ੍ਹਾਇਆ ਜਾ ਰਿਹਾ, ਉੱਥੇ ਪੜ੍ਹਾਇਆ ਜਾ ਰਿਹਾ ਕਿ ਅਸ਼ੀਆ ਕਾਫਰ ਹੈ ਔਰ ਇਹ ਵਾਜਬੁਲ ਕਤਲ ਹੈ, ਇਹ ਪੜ੍ਹਾਇਆ ਜਾ ਰਿਹਾ, ਉੱਥੇ ਪੜ੍ਹਾਇਆ ਜਾ ਰਿਹਾ ਕਿ ਸੁੰਨੀ ਕਾਫਰ ਹੈ, ਇਹ ਵਾਜਬੁਲ ਕਤਲ ਹੈ, ਇਹ ਪੜ੍ਹਾਇਆ ਜਾ ਰਿਹਾ, ਇਸ ਤਾਕਤ ਨੂੰ ਤੋੜਿਆ ਜਾ ਰਿਹਾ। ਔਰ ਇਹਨਾਂ ਨੂੰ ਫੰਡਿੰਗ ਕੌਣ ਕਰ ਰਿਹਾ, ਜੇ ਤੁਸੀਂ ਇਹਦੇ ਪਿੱਛੇ ਜਾਓ ਤੇ ਉਹੀ ਸੂਦਖੋਰ ਨਿਕਲਣਗੇ, ਉਹੀ ਨਿਕਲਣਗੇ ਸਾਰੇ, ਉਹੀ ਸਰਮਾਏਦਾਰ। ਔਰ ਧਰਮ ਹਮੇਸ਼ਾ ਸਰਮਾਏਦਾਰ ਦੇ ਨਾਲ ਖੜਾ ਹੋਇਆ, ਹਮੇਸ਼ਾ ਤਾਕਤ ਵਾਲਿਆਂ ਦੇ ਨਾਲ ਖੜਾ ਹੋਇਆ। ਇਹ ਜਿਹੜੇ ਫਕੀਰ ਲੋਕ ਹੋਏ ਨਾ, ਅੱਲਾ ਲੋਕ ਇਹ ਹੋਰ ਸਨ, ਇਹ ਤੇ ਛੱਡ ਕੇ ਆ ਗਏ ਦਰਬਾਰ, ਇਹਦੇ ਉਸ ਰਾਹ ਹੀ ਨਹੀਂ ਟੁਰੇ ਨਾ, ਟੁਰੇ ਹੀ ਨਾ ਉਸ ਰਾਹ ਤੇ। ਜਿਹੜੇ ਆ ਬੁੱਲੇ ਸ਼ਾਹ ਵਾਰਿਸ ਸ਼ਾਹ ਹੁਸੈਨ, ਇਹ ਜਿਹੜੇ ਹੋਰ ਧਰਮ ਦੀ ਦੁਨੀਆ ਸਨ, ਇਹਨਾਂ ਨੇ ਤੇ ਅਰਬੀਆਂ ਫਾਰਸੀਆਂ ਵੀ ਨਾ ਲਿਖੀਆਂ, ਇਹਨਾਂ ਨੇ ਤੇ ਆਪਣੀ ਬੋਲੀ ਲੋਕਾਂ ਨੂੰ ਦੱਸਿਆ ਕਿ ਤੁਹਾਡੇ ਨਾਲ ਹੋ ਕੀ ਰਿਹਾ। ਕਹਿੰਦਾ ਮੁੱਲਾਂ ਤੇ ਮਿਸ਼ਾਲ ਜੀ ਦੋਵਾਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਆਪ ਹਨੇਰੇ ਨਿੱਤ। ਤੇ ਉਹ ਤੇ ਪਾਠ ਨਮਾਜ਼ਾਂ ਚਿੱਕੜ ਰੋਜ਼ਾ ਕਲਮੇ ਤੇ ਫਿਰ ਗਈ ਸਿਆਹੀ, ਬੁੱਲੇ ਸ਼ਾਹ ਸ਼ੋ ਅੰਦਰੋਂ ਰੱਬ ਅੰਦਰੋਂ ਮਿਲਿਆ ਭੁੱਲੀ ਫਿਰੇ ਲੁਕਾਈ। ਉਹਨਾਂ ਨੇ ਇਹਨਾਂ ਦੀ ਨਿਬੇੜੇ ਕਰ ਦਿੱਤੇ, ਮਤਲਬ ਸਾਫ ਗੱਲਾਂ ਕੀਤੀਆਂ, ਅੱਲਾ ਆਦਮੀ ਬਣਾਇਆ ਟੋਲਾ ਆਦਮੀ ਬਣਾਇਆ, ਗੱਲਾਂ ਉਹਨੇ ਸਾਰੀਆਂ ਮਸਲੇ ਕਹਿ ਕੇ ਬੰਦਾ ਹੀ ਬੰਦੇ ਵਿੱਚ ਹੀ ਹਰ ਰੰਗ ਦੇ ਵਿੱਚ ਰੱਬ ਵੱਸਦਾ ਹੈ। ਇਹਨਾਂ ਨੇ ਰੱਬ ਜਿਹੜਾ ਨਾ ਇਹ ਲੈ ਕੇ ਇਹ ਰੱਬ ਦੇ ਮਾਲਕ ਬਣ ਕੇ ਤੇ ਇਹਨਾਂ ਨੇ ਚੜ੍ਹਾਈਆਂ ਕਰਤੀਆਂ ਨੇ, ਔਰ ਇਹਨਾਂ ਨੇ ਵੰਡੀਆਂ ਪਾਤੀਆਂ ਨੇ, ਇਹਨਾਂ ਨੇ ਦੱਸਿਆ ਕਿ ਫਲਾਣਾ ਹੋਰ ਤਰ੍ਹਾਂ ਦਾ, ਤੂੰ ਹੋਰ ਤਰ੍ਹਾਂ ਦਾ, ਹੈਗੇ ਸਾਰੇ ਰੱਬ ਦੇ ਨੇ, ਲੇਕਿਨ ਉਹ ਕਹਿੰਦਾ ਸਾਡੇ ਵਰਗਾ ਨਹੀਂ ਹੈ, ਤੇ ਉਹ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਹੈ। ਤੇ ਉਹ ਹੁਣ ਬੰਦਿਆਂ ਦੇ ਵਿੱਚ ਜਿਵੇਂ ਇਕੱਠ ਕਾਵਾਂ 'ਚ ਹੁੰਦਾ ਹੈ, ਜਿਵੇਂ ਦੂਸਰੀਆਂ ਮਖਲੂਕਾਂ 'ਚ ਕੀੜੀਆਂ 'ਚ ਕੀੜੀਆਂ ਵਾਸਤੇ ਹੁੰਦਾ, ਬੰਦਿਆਂ 'ਚ ਬੰਦਿਆਂ ਲਈ ਨਹੀਂ ਰਿਹਾ, ਇਹਦੇ ਪਿੱਛੇ ਕੁਝ ਹੱਥ ਸਨ। ਅੱਛਾ, ਇਹ ਵੀ ਗੱਲ ਉਹਨੇ ਕੀਤੀ ਕਿ ਹਿੰਦੂ ਨਾ ਨਹੀਂ ਮੁਸਲਮਾਨ, ਤਰਿੰਜਣ ਬਈਏ ਤਾਜਾ ਅਭਿਮਾਨ। ਹਾਂ,
ਸੁਣੀ ਨਾ ਨਹੀਂ ਹਮਸ਼ੀਆ ਸੁਲੋ ਕੁਲਕਾ ਮਾਰਗ, ਸੁਲੋ ਕੁਲਕਾ ਮਾਰਗ ਲਿਆ, ਮਾਰਗ ਰਸਤਾ। ਇਹ ਮਸਲਾ ਵੀ ਦੱਸਿਆ, ਇਹ ਮਸਲੇ ਦਾ ਹੱਲ ਵੀ ਦੱਸਿਆ। ਮਸਲਾ ਕੀ ਹੈ ਕਿ ਤੁਸੀਂ ਵੰਡੇ ਹੋਏ ਹੋ, ਹੱਲ ਕੀ ਹੈ ਕਿ ਸੁਲਾ ਸਭ ਨਾਲ ਸੁਲਾ ਵਾਲੀ ਗੱਲ ਕਰੋ, ਸਭ ਨਾਲ ਸਾਂਝ ਵਧਾਓ, ਸਭ ਦੇ ਨਾਲ ਇੰਟਰ ਸ਼ੇਅਰਿੰਗ ਕਰੋ। ਹੁਣ ਸਭ ਦੇ ਨਾਲ ਸਾਂਝ ਕੀ ਹੈ ਕਿ ਬੰਦਾ ਤੁਸੀਂ ਵੀ ਬੰਦੇ ਹੋ, ਬੰਦਿਆਈ ਦੀ ਸਾਂਝ ਵੀ ਬੰਦਾ ਵਾ, ਸ਼ੀਆ ਵੀ ਬੰਦਾ, ਸੁੰਨੀ ਵੀ ਬੰਦਾ, ਪੰਜਾਬੀ ਵੀ ਬੰਦਾ, ਅੰਗਰੇਜ਼ ਵੀ ਬੰਦਾ, ਸਿੱਖ ਵੀ ਬੰਦਾ, ਯਹੂਦੀ ਵੀ ਬੰਦਾ। ਇਹਨੂੰ ਲਵੋ ਨਾ ਤੁਸੀਂ, ਬਾਕੀ ਤੇ ਜੋ ਬੰਦਾ ਜੇ ਸੋਸਾਇਟੀ ਚ ਗਿਆ ਉਵੇਂ ਦਾ ਉਹਨੂੰ ਬਣਾ ਦਿੱਤਾ ਗਿਆ, ਪਿੱਛੋਂ ਇਹ ਬੰਦਾ ਹੀ ਆਇਆ। ਇਹਦੀ ਅਸਲ ਜਿਹੜੀ ਹੈ ਨਾ ਉਹ ਬੰਦਾ ਹੀ ਹੈ। ਤੇ ਉਹਨਾਂ ਨੇ ਬਾਰ ਬਾਰ ਇਹ ਕਿਹਾ ਆਪ ਨੂੰ ਪਛਾਣ ਬੰਦੇ, ਆਪ ਨੂੰ ਪਛਾਣ। ਇਹਨੇ ਆਪਣੀ ਪਛਾਣ ਗਵਾ ਲਈ ਨਾ, ਹੈਗਾ ਬੰਦਾ ਸੀ ਤੇ ਬਣ ਕੁਛ ਹੋਰ ਗਿਆ ਇਹ, ਠੀਕ ਹੈ ਜੀ। ਸੋ ਉਸਨੇ ਕਿਹਾ ਕਿ ਉਹ ਬੰਦਾ ਬਣ। ਵੇਖੋ ਅਸੀਂ ਅੱਜ ਵੀ ਜਿਹੜਾ ਨਾ ਛੋਟੀ ਜਿਹੀ ਵਾਕ ਇਸਤੇਮਾਲ ਕਰ ਰਹੇ ਹਾਂ, ਬੰਦਾ ਬਣ, ਬੰਦਾ ਨਹੀਂ ਹੁੰਦਾ। ਮੁਸਲਮਾਨ ਕਿਹਾ ਮਾਂ ਪਿਓ ਨੇ ਭੈੜੀ ਹਰਕਤ ਕਰਦੇ, ਕਦੇ ਪਿਓ ਨੇ ਕਿਹਾ ਹੋਵੇ ਓਏ ਮੁਸਲਮਾਨ ਬਣ ਹੋਏ ਜਾਂ ਹਿੰਦੂ ਬਣ ਹੋਏ, ਕਦੇ ਨੀ ਕਹਿੰਦੇ ਬੰਦਾ, ਕੁਝ ਵੀ ਭੈੜ ਕਰੀਏ ਹਮੇਸ਼ਾ ਉਹ ਕਹਿੰਦੇ ਨੇ ਇਨਸਾਨ ਬਣ, ਬੰਦਾ ਬਣ, ਬੰਦਿਆਂ ਵਾਲੀ ਗੱਲ ਕਰ। ਤੇ ਇਹਦਾ ਮਤਲਬ ਹੈ ਕਿਧਰੇ ਬੰਦਾ ਹੋਣਾ ਕਿਤੇ ਆਲਾ ਹੈ। ਬੰਦਾ ਹੋਣਾ ਹੀ ਅਸਲ ਗੱਲ ਹੈ। ਤੇ ਉਹ ਬੰਦਾ ਬੰਦਿਆਈ ਜਿਹੜੀ ਜੋ ਜਿਹੜਾ ਜਿਸ ਬੰਦੇ ਚ ਬੰਦਿਆਈ ਨੀ ਹੈਗੀ, ਜਿਸ ਚ ਇਨਸਾਨੀਅਤ ਨੀ ਹੈਗੀ, ਉਹ 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 ਕੁਝ ਹੋਰ ਹੋਏਗਾ ਫਿਰ। ਤੇ ਹੋਰ ਹੁਣ ਸਾਰੀ ਦੁਨੀਆਂ ਵੇਖ ਰਹੇ ਅਸੀਂ ਕਿ ਇਨਸਾਨੀਅਤ ਛੱਡ ਕੇ ਕੋਈ ਮੁਸਲਮਾਨੀਅਤ, ਕੋਈ ਹਿੰਦੂਅਤ, ਕੋਈ ਈਸਾਈਅਤ, ਕੋਈ ਸਿੱਖੀਅਤ, ਕੋਈ ਕੁਝ ਹੋਰ, ਅੱਗੋਂ ਇਹਨਾਂ ਧਰਮਾਂ ਦੇ ਅੰਦਰ 150 ਵੰਡੀਆਂ, ਫਿਰ ਜ਼ਾਤਾਂ ਕੌਮਾਂ ਬਰਾਦਰੀਆਂ ਤੱਕ ਦੀਆਂ ਵੰਡੀਆਂ, ਕੌਮਾਂ ਨਸਲਾਂ ਤੱਕ ਦੀਆਂ ਵੰਡੀਆਂ। ਬੰਦੇ ਨੂੰ ਬੰਦੇ ਤੋਂ ਡਰ ਆਉਣ ਲੱਗ ਪਿਆ, ਬੰਦਾ ਬੰਦੇ ਦਾ ਸਭ ਤੋਂ ਵੱਡਾ ਵੈਰੀ ਜਿਹਾ ਲੱਗਣ ਲੱਗ ਪਿਆ। ਇੰਝ ਲੱਗਦਾ ਉਹ ਇਹਨੂੰ ਮਤਲਬ ਬੰਦੇ ਨੇ ਐਸੇ ਦਿਮਾਗ 'ਚ ਜ਼ਿਹਨ ਸਾਜ਼ੀ ਇੰਝ ਦੀ ਹੋ ਗਈ ਹੈ ਕਿ ਇੱਥੋਂ ਤੱਕ ਦੀਆਂ ਦਿਮਾਗ 'ਚ ਗੱਲਾਂ ਭਰ ਦਿੱਤੀਆਂ ਕਿ ਇਹ ਸਾਡੇ ਵਰਗਾ ਨਹੀਂ ਔਰ ਸਾਨੂੰ ਹੁਕਮ ਹੈ ਕਿ ਇਹਨੂੰ ਮਾਰ ਦਿਓ। ਬਿਲਕੁਲ ਅੰਦਾਜ਼ਾ ਲਾਓ। ਔਰ ਇਸ ਦੇ ਧਰਮ ਦੇ ਨਾਂ ਤੇ ਏਡੀਆਂ ਏਡੀਆਂ ਜੰਗਾਂ ਹੋਈਆਂ, ਕਰੋੜਾਂ ਬੰਦੇ ਮਰੇ ਨੇ, ਤੁਸੀਂ ਅਰਬਾਂ ਬੰਦੇ ਮਰੇ। ਤੁਸੀਂ ਦੇਖੋ ਕਿ ਤੁਹਾਡੇ ਇੱਥੇ ਸਤੀ ਦੀ ਇੱਕ ਰਸਮ ਸੀ, ਉਹਦੇ 'ਚ ਖਾਮਦ ਦੇ ਨਾਲ ਬੁੱਢੀ ਜਿਹੜੀ ਹੈ ਉਹ ਸੜ ਜਾਂਦੀ ਸੀ। ਅੱਜ ਵੀ ਪੰਜਾਬ ਦੇ ਵਿੱਚ, ਸਿੰਧ ਦੇ ਵਿੱਚ ਐਸੇ ਇਲਾਕੇ ਨੇ ਜਿੱਥੇ ਕੁੜੀਆਂ ਦੀ ਸ਼ਾਦੀ ਕੁਰਾਨ ਦੇ ਨਾਲ ਕਰਤੀ ਜਾਂਦੀ ਹੈ। ਕਾਹਦੇ ਵਾਸਤੇ? ਭੋਏ ਵਾਸਤੇ ਨਾ, ਜ਼ਮੀਨ ਵਾਸਤੇ, ਜਿਹਦੀ ਖਾਤਰ ਉਹਦੇ ਭਰਾਵਾਂ ਨੇ ਕੱਢਿਆ ਉੱਥੋਂ ਆਪਣੇ ਤਖ਼ਤ ਹਜ਼ਾਰ ਨੂੰ, ਠੀਕ ਹੈ ਨਾ ਜੀ। ਹਰ ਪਾਸੇ ਵੱਡੀਆਂ ਹੋ ਰਹੀਆਂ, ਰਿਸ਼ਵਤਾਂ ਲਈਆਂ ਜਾ ਰਹੀਆਂ ਨੇ। ਔਰ ਉਹ ਪੀਰ ਵੀ ਨੇ, ਔਰ ਉਹ ਪ੍ਰਚਾਰਕ ਵੀ ਨੇ ਇਨਸਾਨੀਅਤ ਦੇ, ਮਜ਼ਹਬ ਦੇ ਵੀ ਉਹ ਠੇਕੇਦਾਰ ਨੇ, ਸਰਵ ਕਰ ਰਹੇ ਨੇ। ਸੋ ਮਾਮਲੇ ਜਦੋਂ ਕਿਤੇ ਆ ਕੇ ਖੁੱਲਦੇ ਨੇ ਨਾ, ਫਿਰ ਇਹਨਾਂ ਨੂੰ ਪੜਤੂ ਪੈ ਜਾਂਦਾ, ਠੀਕ ਹੈ ਨਾ ਜੀ। ਹੁਣ ਜਿਸ ਵੇਲੇ ਇਹ ਕਰੋਨਾ ਵਾਇਰਸ ਆਇਆ ਤਾਂ, ਠੀਕ ਹੈ ਨਾ ਜੀ, ਅਤੇ ਉਹਦੇ ਨਤੀਜੇ 'ਚ ਖਾਨਾ ਕਾਬਾ ਬੰਦ ਹੋ ਗਿਆ, ਅਤੇ ਉਹਨਾਂ ਨੇ ਜਨਾਬ ਇੱਕ ਫਿਲਮ ਚਲਾਤੀ ਕਿ ਜਿਹੜੇ ਪਰਿੰਦੇ ਨੇ ਨਾ ਜੀ ਪਰਵਾਜ਼ ਕਰ ਰਹੇ ਨੇ, ਬਾਅਦ 'ਚ ਪਤਾ ਲੱਗਿਆ ਕਿ ਇਹਦੀ ਬਣਾਈ ਹੋਈ ਹੈ। ਮਸਲ ਦੇਖੋ ਨਾ ਕਿੰਨਾ ਇਹਨਾਂ ਨੂੰ ਖਿਆਲ ਹੈ ਕਿ ਇਹ ਸਾਡੀ ਇੱਕ ਜਿਹੜੀ ਉਹ ਮਿੱਥ ਬਣਾ, ਨਹੀਂ ਮਿੱਥ ਬਣਾਈ ਸੀ ਨਾ ਕਿ ਇਹ ਕਦੀ ਬੰਦ ਹੀ ਨਹੀਂ ਹੋਇਆ, ਠੀਕ ਹੈ ਨਾ ਜੀ। ਹਰ ਵੇਲੇ ਜਿਹੜਾ ਨਾ ਜੀ ਉਹ ਰਹਿੰਦਾ ਹੈ ਸਾਰਾ ਸਿਲਸਿਲਾ ਰਹਿੰਦਾ, ਤਮਾਮ ਇਬਾਦਤ ਖਾਨੇ ਬੰਦ ਹੋ ਗਏ ਨੇ, ਸਿਰਫ ਉਹ ਤਾਂ ਨਹੀਂ ਬੰਦ ਹੋਇਆ, ਦੂਜੇ ਵੀ ਤਾਂ ਹੋ ਗਏ ਨੇ ਨਾ, ਠੀਕ ਹੈ ਨਾ ਜੀ। ਇਹਦਾ ਮਤਲਬ ਹੋਇਆ ਕਿ ਕਰੋਨਾ ਵਾਇਰਸ ਜਿਹੜਾ ਹੈ ਇਹ ਤਗੜਾ ਹੋ ਗਿਆ ਇਹਨਾਂ ਤੋਂ, ਠੀਕ ਹੈ। ਲੇਕਿਨ ਜਿਹੜੇ ਲੋਕ ਇਨਸਾਨੀਅਤ 'ਤੇ ਬਿਲੀਵ ਕਰਦੇ ਨੇ, ਉਹਨਾਂ ਨੇ ਦੇਖੋ ਕਿੰਨੇ ਕਿੰਨੇ ਨੁਕਸਾਨ ਕਰ ਲਏ ਨੇ। ਉਹਨੇ ਕਿਹਾ ਖਬਰਦਾਰ ਬਾਜ਼ਾਰ ਨਹੀਂ ਚਲਾਉਣਾ, ਨੁਕਸਾਨ ਕੀਤਾ ਨਾ, ਮਸਲ ਕੀ ਕਿਸੇ ਨੂੰ ਲੱਗ ਨਾ ਜਾਏ ਯਾਰ, ਠੀਕ ਹੈ ਨਾ। ਇਹ ਵੀ ਤਾਂ ਹੋ ਸਕਦਾ ਨਾ, ਚਲੋ ਲੋਕ 10,000 ਬੰਦਾ ਮਰ ਵੀ ਜਾਏਗਾ ਤਾਂ ਕੀ ਹੈ। ਚਾਈਨਾ ਆਪਣੇ ਮੁਲਕ 'ਚ ਮੁਕਾ ਕੇ ਦੁਨੀਆਂ ਦੇ ਮੁਕਾਉਣ ਤੁਰ ਪਿਆ, ਠੀਕ ਹੈ ਨਾ। ਕਿਊਬਾ ਵਾਲੇ ਦੁਨੀਆਂ ਨੂੰ ਮੁਕਾਉਣ ਤੁਰ ਪਏ, ਦੁਨੀਆਂ ਦੇ ਅੰਦਰ ਜਿੱਥੇ ਜਿੱਥੇ ਹੈ ਵੈਕਸੀਨ ਬਣਾ ਕੇ, ਦਵਾਈਆਂ ਗੋਲੀਆਂ ਬਣਾ ਕੇ ਉਹ ਦੁਨੀਆਂ ਨੂੰ ਉਹ ਵੰਡਣ ਤੁਰ ਪਏ ਨੇ। ਮਤਲਬ ਐਸੇ ਮੁਲਕ ਵੀ ਹੈਗੇ ਨੇ, ਅਤੇ ਅਸੀਂ ਰਾਹ ਹੀ ਬੰਦ ਕਰ ਦਿੱਤੇ ਨੇ ਚਾਈਨਾ ਦੇ ਵੀ। ਅਸੀਂ ਬਹੁਤ ਸਕੇ ਹੋ ਗਏ ਹਾਂ ਅਮਰੀਕਾ ਦੇ। ਹਾਂ, ਤੁਸੀਂ ਨਵੀਆਂ ਛਾਵਾਂ ਆਉਣੀਆਂ ਅਤੇ ਉਹਦੇ ਨਾਲ ਨਵੀਆਂ ਬਿਮਾਰੀਆਂ ਵੀ ਆਉਣੀਆਂ, ਲੋਕਾਂ ਨੂੰ ਇਹ ਦੱਸਣ ਦੀ ਲੋੜ ਹੈ। ਅਸਲ 'ਚ ਅਸਲ ਗੱਲ ਦੱਸਣ ਦੀ ਲੋੜ ਹੈ, ਜਦੋਂ ਨਵੀਆਂ ਛਾਵਾਂ ਆਉਂਦੀਆਂ ਨੇ, ਨਵੀਂ ਵਰਤੋਂ ਆਉਂਦੀ ਹੈ, ਨਵਾਂ ਮਾਹੌਲ ਆਉਂਦਾ ਹੈ, ਅਤੇ ਉਹਦੇ ਵਿੱਚ ਫਿਰ ਬਿਮਾਰੀਆਂ ਵੀ ਨਵੀਆਂ ਆਉਂਦੀਆਂ ਨੇ, ਔਰ ਉਹਨਾਂ ਨੂੰ ਸਮਝਣ ਲਈ ਕੋਈ ਟਾਈਮ ਕੋਈ ਦੇਰ ਲੱਗਦੀ ਹੈ। ਆਉਂਦੀਆਂ ਵੀ ਨੇ, ਲਿਆਉਂਦੀਆਂ ਵੀ ਜਾਂਦੀਆਂ, ਕੱਢੀਆਂ ਜਾਂਦੀਆਂ ਨੇ। ਤੁਹਾਡਾ ਕੀ ਖਿਆਲ ਹੈ ਕਿ ਕਰੋਨਾ ਕੱਢਿਆ ਨਹੀਂ ਗਿਆ? ਨਹੀਂ, ਠੀਕ ਹੈ ਤੁਹਾਡੀ ਗੱਲ ਹੈ ਵੀ ਸਾਰੀ, ਲੇਕਿਨ ਇਹ ਵੀ ਦੇਖੋ ਇੱਕ ਵੇਲਾ ਸੀ ਕਿ ਇੱਥੇ ਤਾਉਣ ਦੀ ਜਿਹੜੀ ਬਿਮਾਰੀ ਸੀ
ਉਹਦੇ ਨਾਲ ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ ਸਨ। ਮਤਲਬ ਕਿ ਉਹ ਕਿਸੇ ਨੇ ਕੱਢੀ ਤੇ ਨਹੀਂ ਸੀ ਨਾ ਹੋਈ, ਉਹ ਹੈ ਸੀ ਬਿਮਾਰੀ ਉਹਦੇ ਨਾਲ ਪਿੰਡ ਚੀਜ਼ਾਂ ਦਾ ਡਿਸਬੈਲੈਂਸ ਸੀਗਾ। ਅੱਛਾ ਅੱਜ ਉਹਦੇ ਵਿੱਚ ਜਿਵੇਂ ਚੂਹਿਆਂ ਦਾ ਜੋ ਵੀ ਵਜ੍ਹਾ ਮਤਲਬ ਬਿਮਾਰੀ ਸੀ ਨਾ, ਮਾਹੌਲ ਸੀ ਨਾ ਇੱਕ ਇਸੇ। ਅੱਛਾ ਉਹਨਾਂ ਨੇ ਫਿਰ ਨੇਚਰ ਖਰਾਬ ਹੋ ਗਿਆ, ਉਹਨਾਂ ਨੇ ਉਹਦਾ ਇਲਾਜ ਕੀਤਾ ਨਾ। ਪੋਲੀਓ ਜਿਹੜਾ ਸੀ ਕਿੰਨਾ ਇੱਕ ਮਰ ਸੀ ਕਾਫੀ, ਅੱਜ ਉਹ ਦੁਨੀਆਂ ਤੇ ਸਿਵਾਏ ਪਾਕਿਸਤਾਨ ਦੇ ਵਿੱਚ ਜੋ ਕੇਸਾਂ ਦੁਨੀਆਂ ਤੇ ਸਿਫਰ ਹੋ ਗਿਆ। ਠੀਕ ਹੈ ਨਾ, ਮਤਲਬ ਬੰਦਾ ਜਦੋਂ ਸੋਚਦਾ ਨਾ, ਮਲੇਰੀਆ ਹਾਂ ਬੰਦਾ ਜਦੋਂ ਸੋਚਦਾ ਤੇ ਉਹ ਤੇ ਕਾਬੂ ਪਾ ਲੈਂਦਾ। ਬੇਸ਼ੱਕ ਕੋਈ ਕਰੇ ਉਹਨੂੰ ਕਾਊਂਟਰ ਕਰਨ ਵਾਲੇ ਲੋਕ ਵੀ ਤੇ ਮੌਜੂਦ ਹੁੰਦੇ ਨੇ ਨਾ। ਬਸ ਉਹਨੇ ਕਿ ਇਹ ਇੱਕ ਹੈ ਵੀ ਕਿ ਕੋਰੋਨਾ ਵਾਇਰਸ ਜਿਹੜਾ ਨਾ ਕਿਸੇ ਨੇ ਬਣਾਇਆ, ਹੋ ਸਕਦਾ ਮੁਮਕਿਨ ਹੈ ਐਸਾ ਹੁੰਦਾ, ਲੇਕਿਨ ਇਹਨੂੰ ਰੋਕਣ ਵਾਲੇ ਲੋਕ ਵੀ ਜਿਹੜੇ ਨੇ ਨਾ ਉਹ ਵੀ ਤੇ ਮੌਜੂਦ ਨੇ ਨਾ, ਉਹ ਵੀ ਤੇ ਇਹਦੇ ਹੱਲ ਵੱਲ ਇਹਦੇ ਇਲਾਜ ਵੱਲ ਉਹ ਤੁਰੇ ਹੋਏ ਨੇ, ਔਰ ਉਹ ਹੁਣ ਦੱਸ ਰਹੇ ਨੇ ਕਿ ਤੁਸੀਂ ਅਗਰ ਇਹ ਫਾਸੀ ਇਹ ਕਰ ਲਓ ਤੇ ਕੋਈ ਇਹਦਾ ਨੁਕਸਾਨ ਨਹੀਂ ਹੈਗਾ। ਉਹ ਸਾਰੇ ਸਿਲਸਿਲੇ ਆਵੇ, ਮੈਂ ਸਿਰਫ ਇਹ ਗੱਲ ਕਰਨੀ ਚਾਹੁੰਦਾ, ਬੰਦਾ ਜਿਹੜਾ ਨਾ ਬੰਦਾ ਇਹ ਚਾਹਵੇ ਤੇ ਇਹ ਜਿਹੜਾ ਦੁੱਖਾਂ ਦਾ ਤਕਲੀਫਾਂ ਦਾ ਗੁਲਾਮਾਂ ਇਹਦੇ ਗੱਲ ਚ ਪਿਆ ਹੋਇਆ ਨਾ, ਇਹਦੇ ਕੋਲ ਉਹਨੂੰ ਮੁਕਤੀ ਮਿਲ ਸਕਦੀ ਹੈ। ਇਹਦੇ ਅੰਦਰ ਇੰਨੀ ਤਾਕਤ ਹੈ, ਇਹਦੇ ਕੋਲ ਇੱਕ ਦਿਮਾਗ ਹੈ ਜਿਹਦੇ ਰਾਹੀਂ ਇਹ ਸੋਚ ਕੇ, ਪਰ ਇਹ ਸੋਚਣ ਵਾਲੇ ਪਾਸੇ ਜਾਵੇ ਤੇ ਠੀਕ ਹੈ ਨਾ ਜੀ। ਹੁੰਦਾ ਹੈ ਕਿ ਜਦੋਂ ਰਾਂਝੇ ਵਾਲਾ ਵਰਗਾ ਬੰਦਾ ਉੱਠਦਾ ਨਾ, ਉਹਨੂੰ ਉੱਥੇ ਕੋਈ ਨਾ ਕੋਈ ਇਲਜ਼ਾਮ ਲਾ ਦਿੱਤਾ ਜਾਂਦਾ, ਉਹਨੂੰ ਇਸ ਤਰ੍ਹਾਂ ਦਾ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਜਿਵੇਂ ਬੰਦਾ ਹੀ ਨਹੀਂ ਹੈਗਾ, ਇਸ ਧਰਤੀ ਦਾ ਹੀ ਨਹੀਂ ਹੈਗਾ, ਇਸ ਮੁਲਕ ਦਾ ਹੀ ਨਹੀਂ ਹੈਗਾ। ਹੁਣ ਦੇਖੋ ਕਾਰੀ ਅਲਾਮਾ ਨਾਸਰ ਮਦਨੀ, ਉਹਨੇ ਇੱਕ ਪੰਜਾਬੀ ਦੀ ਵੀ ਗੱਲ ਕੀਤੀ ਕਲਚਰ ਡੇ ਦੇ ਉੱਤੇ, ਔਰ ਫਿਰ ਇੱਕ ਉਹ ਟਿਕਟੋਕ ਤੇ ਵੀ ਔਰ ਬੜਾ ਮਸ਼ਹੂਰ ਹੋ ਗਿਆ। ਅੱਛਾ ਹੁਣ ਉਹਨੂੰ ਔਰ ਫਿਰ ਉਹਨੇ ਕਿਸੇ ਕੋਈ ਫੂਕਾਂ ਮਾਰਨ ਵਾਲੇ ਕਿਸੇ ਮੌਲਵੀ ਦੇ ਖਿਲਾਫ ਵੀ ਕੋਈ ਉਹਨੇ ਕੋਈ ਵੀਡੀਓ ਚਾੜੀ ਤੇ ਉਹਦੇ ਵਿੱਚ ਦੱਸਿਆ ਕਿ ਹੁਣ ਤੇਰੀਆਂ ਫੂਕਾਂ ਤਾਂ ਚੱਲਦੀਆਂ ਸੀ, ਆਪ ਆਪਣਾ ਇਲਾਜ ਤੂੰ ਆਸਟ੍ਰੇਲੀਆ ਤੇ ਕਰਾਉਣਾ ਆ, ਤੇ ਇਹ ਸਾਰੀ ਦੁਨੀਆਂ ਨੂੰ ਤੂੰ ਫੂਕਾਂ ਮਾਰ ਮਾਰ ਕੇ ਤੇ ਆਪਣਾ ਪਤਾ ਨਹੀਂ ਕਿਹਦਾ ਕੀ ਬਣਾ ਲਿਆ, ਤੇ ਹੁਣ ਆ ਦੁਨੀਆਂ 'ਤੇ ਆਫਤ ਆਈ ਹੋਈ ਹੈ, ਕੋਈ ਚੈਨਲ ਨੂੰ ਮੂੰਹ ਕਰ ਲਾ, ਕੋਈ ਦਿਓ ਇਹਨੂੰ ਕੋਈ ਸਪੀਕਰ, ਕੋ ਉਧਰ ਵੀ ਫੂਕਾਂ ਸ਼ੂਕਾਂ ਕੋਈ ਚਾਰ ਮਾਰ ਦੇਵੇ ਤੇ ਇਹ ਤਾਂ ਸਾਡੀ ਮੁਸੀਬਤ ਤਾਂ ਮੁੱਕੇ। ਇਹ ਗੱਲ ਕੀਤੀ ਹੈ ਇੱਕ ਉਹਨੇ ਪੰਜਾਬੀ ਦੀ ਕੀਤੀ। ਅੱਛਾ ਹੁਣ ਕੀ ਹੋਇਆ ਕੀ ਹੈ, ਉਹਨੂੰ ਖਾਰੀਆਂ ਦੇ ਕੋਲ ਲੈ ਗਏ ਨੇ ਚੁੱਕ ਕੇ, ਉੱਥੇ ਉਹ ਤਸ਼ੱਦਦ ਕੀਤਾ ਕਿ ਰਹਿ ਰੱਬ ਦਾ ਨਾਂ, ਉਹਦੀ ਵੀਡੀਓ ਬਣਾਈ, ਕੱਪੜੇ ਲਾਏ, ਉਸ ਦਾ ਪੂਰਾ ਪ੍ਰੈਸ ਕਲੱਬ ਲਾਹੌਰ 'ਚ ਨੇ ਇੱਥੇ ਉਹ ਵੀ ਕੀਤੀ, ਪ੍ਰੈਸ ਕਾਨਫਰੰਸ ਵੀ ਉਹ ਸਾਰਾ ਵਿਖਾਇਆ ਵੀ। ਅਤੇ ਉਸ ਤੋਂ ਬਾਅਦ ਅਗਲੇ ਦਿਨ ਹੀ ਉਸੇ ਦਿਨ ਬੋਲ ਟੀ ਵੀ 'ਤੇ ਕਿਹੜੇ ਟੀ ਵੀ 'ਤੇ ਪਤਾ ਨਹੀਂ ਕਿਹੜੇ ਟੀ ਵੀ 'ਤੇ ਇਹ ਖਬਰ ਵੀ ਚੱਲ ਗਈ ਕਿ ਅਲਾਮਾ ਸਾਹਿਬ ਨੂੰ ਕਰੋਨਾ ਹੋ ਗਿਆ, ਤਾਂ ਜੋ ਹੁਣ ਉਹਦੇ ਕੋਲ ਮੱਥੇ ਵੀ ਨਾ ਲੱਗੇ। ਹੁਣ ਮਾੜੀ ਜੀ ਗੱਲ ਕਰਨ ਵਾਲਾ ਸੀ ਨਾ, ਵੱਖਰੀ ਗੱਲ ਕਰਨ ਵਾਲਾ, ਉਹ ਮੌਲਵੀਆਂ ਦੇ ਇੱਕੇ ਦੀ ਵੀ ਗੱਲ ਕਰਦਾ, ਉਹ ਕਹਿੰਦਾ ਅਸੀਂ ਜੇ ਕਾਂ ਇਕੱਠੇ ਹੋ ਸਕਦੇ ਨੇ ਦੂਸਰੇ ਹੋ ਸਕਦੇ ਨੇ ਨਸ਼ੇ। ਇੱਕ ਗੱਲ ਉਹਨੇ ਜਿਹੜੀ ਅੱਛੀ ਕੀਤੀ ਹੈ ਨਾ ਉਹ ਪੀਰ ਦੇ ਬਾਰੇ 'ਚ, ਉਹ ਠੀਕ ਕੀਤੀ ਉਹਨੇ, ਲੇਕਿਨ ਜਦੋਂ ਇਹ ਤੁਸੀਂ ਦੇਖ ਲਓ ਕਿ ਜਦੋਂ ਬੰਦੇ ਇੰਜ ਦੀਆਂ ਗੱਲਾਂ ਕਰਨਗੇ ਤੇ ਉਹਨਾਂ ਦੀਆਂ ਕਿੰਨੀਆਂ ਜੜ੍ਹਾਂ ਨੇ, ਤੇ ਉਹ ਤੁਹਾਡੇ ਨਾਲ ਕੀ ਕਰ ਸਕਦੇ ਨੇ। ਲੇਕਿਨ ਅਗਰ ਬੰਦਾ ਸ਼ੌਰ ਵਾਲਾ ਤੇ ਉਹ ਡਰੇਗਾ ਨਹੀਂ। ਹਾਂਜੀ ਉਹ ਆਇਆ ਫਿਰ ਸਾਹਮਣੇ ਆਇਆ, ਉਹਨੇ ਬੰਦਾ ਸਾਹਮਣੇ ਨਾ ਸ਼ੌਰ ਵਾਲਾ ਜਿਸ ਤਰ੍ਹਾਂ ਰਾਂਝਾ ਖੜਾ ਹੋ ਗਿਆ, ਰਾਂਝੇ ਨੇ ਖੜੇ ਹੋ ਕੇ ਉਹਦੇ ਕੱਪੜੇ ਲਾ ਦਿੱਤੇ ਨੇ, ਨਿਤਾਰ ਦਿੱਤਾ ਨਾ ਫੜ ਕੇ। ਇਸੇ ਤਰ੍ਹਾਂ ਹੀ ਜਦੋਂ ਸ਼ੌਰ ਆਉਂਦਾ, ਸ਼ੌਰ ਵਾਲੇ ਬੰਦੇ ਨੂੰ ਖਾਸ ਕਰ ਜਿਹੜੇ ਲੋਕ ਇਹ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਂ ਕਹਾਂਗਾ ਕਿ ਉਹ ਆਪਣੇ ਸ਼ੌਰ ਦੀ ਮਦਦ ਨਾਲ ਜੰਗ ਲੜਨ, ਉਸ ਜਜ਼ਬਾਤੀ ਹੋਣ ਦੀ ਲੋੜ ਨਹੀਂ ਹੈਗੀ, ਐਡੇ ਐਡੇ ਨਾਅਰੇ ਮਾਰਨ ਦੀ ਵੀ ਲੋੜ ਨਹੀਂ ਹੈਗੀ। ਉਹਨਾਂ ਦਾ ਸ਼ੌਰ ਜਿਸ ਹੱਦ ਤੱਕ ਉਹਨਾਂ ਨੂੰ ਇਜਾਜ਼ਤ ਦਿੰਦਾ ਔਰ ਉਹਨਾਂ ਨੂੰ ਇਸ ਕਾਬਲ ਕਰਦਾ ਕਿ ਉਹ ਓਨੀ ਕੁ ਲੜਾਈ ਲੜਨ, ਉਹ ਔਰ ਉਹ ਲੜਨੀ ਚਾਹੀਦੀ ਹੈ, ਫਰਜ਼ ਹੈ ਉਹਨਾਂ ਤੇ। ਇਹ ਉਹਨਾਂ ਦੇ ਬੰਦੇ ਹੋਣ ਦੇ ਦੀ ਵੀ ਮੰਗ ਹੈ ਕਿ ਜੇ ਉਹ ਬੰਦੇ ਨੇ ਤੇ ਉਹ ਇਹ ਲੜਾਈ ਲੜਨ, ਕਿਉਂਕਿ ਬੰਦਾ ਜਿਹੜਾ ਨਾ ਉਹਦੀ ਖੂਬੀ ਹੈ ਵੀ ਬੰਦਾ ਕਿਹਨੂੰ ਕਹਿੰਦੇ ਨੇ ਕਿ ਉਹ ਦੂਜੇ ਦੇ ਬਾਰੇ ਸੋਚਦਾ, ਆਪਣੇ ਬਾਰੇ ਤੇ ਸਰਵਾਈਵਲ ਦੀ ਜੰਗ ਦੇ ਜਾਨਵਰ ਵੀ ਲੜ ਰਿਹਾ ਹੁੰਦਾ ਹੈ। ਠੀਕ ਹੈ, ਉਹ ਨਹੀਂ ਮਸਣ ਕਿ ਜਾ ਕੇ ਆਪਣਾ ਸ਼ਿਕਾਰ ਕਰਦਾ, ਠੀਕ ਹੈ ਖਾਂਦਾ ਪੀਂਦਾ, ਲੇਕਿਨ ਬੰਦਾ ਜਿਹੜਾ ਨਾ ਇਹ ਦੂਜੇ ਦੇ ਬਾਰੇ ਸੋਚਦਾ, ਦੂਜੇ ਦੀ ਸੌਖਤ ਦੇ ਬਾਰੇ ਸੋਚਦਾ, ਉਹਦੇ ਲਈ ਕੁਰਬਾਨੀ ਵੀ ਦਿੰਦਾ, ਉਹਦੇ ਲਈ ਦੁਖੀ ਵੀ ਹੁੰਦਾ। ਸੋ ਬੰਦਾ ਜਿਹੜਾ ਹੈ ਉਹਦੇ ਨਾਲ ਬਣਦਾ। ਸੋ ਲਿਹਾਜ਼ਾ ਅਗਰ ਉਹਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਇਹ ਜਿਹੜੀ ਔਕਤਾਂ ਨੇ, ਗਰੀਬੀ ਹੈ, ਬੇਰੁਜ਼ਗਾਰੀ ਹੈ ਔਰ ਇਹ ਬਿਮਾਰੀਆਂ ਨੇ, ਇਹਦਾ ਕੋਈ ਕਾਰਨ ਹੈ, ਇਹਨੂੰ ਖਤਮ ਕੀਤਾ ਜਾ ਸਕਦਾ ਹੈ, ਅਤੇ ਉਹਨੂੰ ਜ਼ਰੂਰ ਰਾਂਝਾ ਬਣਨਾ ਚਾਹੀਦਾ ਹੈ। ਉਹ ਰਾਂਝਾ ਬਣ ਕੇ ਅਤੇ ਇਸ ਤਰ੍ਹਾਂ ਹੀ ਮੈਦਾਨ ਜਾਣਾ ਚਾਹੀਦਾ। ਬਹੁਤ ਅੱਛਾ, ਕਿਆ ਜੀ ਖੂਬਸੂਰਤ ਗੱਲਾਂ ਹੋਈਆਂ ਨੇ ਔਰ ਗੱਲਾਂ ਦੀ ਇਕਸਾਰਤਾ ਵੀ ਬਣੀ ਰਹੀ ਔਰ ਗੱਲਾਂ ਨੂੰ ਅੱਜ ਦੇ ਮਾਮਲੇ ਔਰ ਮਾਹੌਲ ਔਰ ਹਾਲਾਤਾਂ ਦੇ ਨਾਲ ਵੀ ਜੋੜ ਕੇ ਵੇਖਿਆ ਗਿਆ। ਰਾਂਝੇ ਦੀ ਕਹਾਣੀ ਹੈ, ਹੀਰ ਦੀ ਕਹਾਣੀ ਹੈ,
ਉੱਥੇ ਜੋ ਬੀਤ ਵਰਤ ਰਹੀ ਹੈ 200-300 ਸਾਲ ਪਹਿਲੇ ਔਰ ਉਸ ਤੋਂ ਪਹਿਲੇ ਪੰਜਾਬ ਦੇ ਸਮਾਜ ਦੇ ਵਿੱਚ ਜੋ ਹਾਲਾਤ ਔਰ ਮਾਮਲੇ ਚੱਲੇ ਨੇ, ਜਿਸ ਤਰ੍ਹਾਂ ਖੋਹ ਖੁਆਈ ਦਾ, ਲੁੱਟ ਦਾ, ਇਸਤੇਸਾਲ ਦਾ ਨਿਜ਼ਾਮ ਹੈ, ਉਹਦੇ ਨਾਲ ਨਾਲ ਇਸ਼ਕ ਔਰ ਸਿਦਕ ਵਾਲੇ ਲੋਕ ਵੀ ਆਏ ਨੇ, ਉਹਦੇ ਨਾਲ ਮੁਹੱਬਤ ਕਰਨ ਵਾਲੇ ਔਰ ਸਮਝਣ ਵਾਲੇ ਲੋਕ ਵੀ ਆਏ ਨੇ, ਜਿਨ੍ਹਾਂ ਨੇ ਸਮਾਜ ਦੀ ਤਰੱਕੀ ਦਾ ਬਾਇਸ ਵੀ ਬਣੇ ਨੇ, ਸੋ ਉਹ ਸਾਰਾ ਕੁਝ ਪੈਰਲਲ ਚੱਲਦਾ, ਬਰਾਬਰ ਚੱਲ ਰਿਹਾ ਹੁੰਦਾ। ਅਤੇ ਰਾਤ ਜਿੰਨੀ ਵੀ ਲੰਮੀ ਹੋਵੇ ਉਹਦੀ ਇੱਕ ਸਵੇਰ ਜ਼ਰੂਰ ਹੁੰਦੀ ਹੈ। ਬੰਦੇ ਦੇ ਅੰਦਰ ਪੰਜਾਬੀ 'ਚ ਕਹਿੰਦੇ ਨੇ, ਅੰਦਰ ਹੋਵੇ ਸੱਚ ਅਤੇ ਕੋਠੇ ਚੜ ਕੇ ਨੱਚ, ਅਤੇ ਅੰਦਰ ਦ੍ਰਿੜਤਾ ਹੋਣੀ ਚਾਹੀਦੀ ਹੈ, ਖਲਕ ਤੁਹਾਡੇ ਨਾਲ ਹੋਵੇ। ਮੈਂ ਤਾਂ ਕਦੀ ਕਦੀ ਹੈਰਾਨ ਹੁੰਦਾ ਸ਼ਬੀਰ ਜੀ ਔਰ ਅਫਜ਼ਲ ਸਾਹਿਬ ਜੀ ਦੋਵੇਂ ਹੀ, ਕਿ ਸਾਡੇ ਹਾਲਾਤ ਔਰ ਵਸੀਲੇ ਸਾਡੇ ਤਾਂ ਇੰਝ ਦੇ ਹੈ ਹੀ ਨਹੀਂ ਆ, ਹੈ ਨਾ, ਪਰ ਲੋਕ ਸਾਨੂੰ ਪਿਆਰ ਕਰਦੇ ਨੇ, ਅਸੀਂ ਉਹਨਾਂ ਦੇ ਭਾਰ ਦੇ ਸੱਚ ਵੀ ਬੋਲੀਦਾ, ਹੱਕ ਸੱਚ 'ਤੇ ਵੀ ਪਹਿਰਾ ਦੇਈਦਾ, ਜਿੰਨੇ ਜੋਗੇ ਹੋਏ ਸਦਾ ਲੜੀਦਾ ਖੜੀਦਾ ਜਿੱਥੇ ਜਿੱਥੇ ਲੋੜ ਹੈ। ਤਾਂ ਉਹਨਾਂ ਲੋਕਾਂ ਨੂੰ ਅਨਕੋਨਸ਼ੀਅਸ ਕਿਵੇਂ ਪਤਾ ਹੈ, ਮਤਲਬ ਕਿੰਨੇ ਕਿੰਨੇ ਮਹੀਨਿਆਂ ਤੋਂ ਸਾਨੂੰ ਕੁਛ, ਮਤਲਬ ਮੈਂ ਅੱਧੇ ਪੰਜਾਬ ਦੇ ਵਿੱਚ ਜਾ ਕੇ ਨਾ ਪ੍ਰੋਗਰਾਮ ਕੀਤੇ ਨੇ, ਠੀਕ ਹੈ, ਇੱਕ ਪ੍ਰੋਗਰਾਮ ਮੈਂ ਉਜਾੜ ਬਯਾਬਾਨ 'ਚ ਵੀ ਕੀਤਾ, ਠੀਕ ਹੈ, ਮੈਨੂੰ ਲੋਕ ਪੁੱਛਦੇ ਨੇ ਤੁਸੀਂ ਕਿਸ ਤਰ੍ਹਾਂ ਕਰ ਲੈਂਦੇ ਹੋ, ਮੈਂ ਕਿਹਾ ਜੀ ਗੱਲ ਹੈਗੀ ਹੈ ਕਿ ਉਹ ਜਿਹੜੇ ਵਸੀਲੇ ਤੁਸੀਂ ਸਮਝ ਰਹੇ ਨੇ ਉਹ ਤਾਂ ਸਾਡੇ ਕੋਲ ਨਹੀਂ ਹੈਗੇ, ਠੀਕ ਹੈ, ਮੈਂ ਤਾਂ ਵੈਸੇ ਵੀ ਪੈਦਲ ਆਦਮੀ ਹਾਂ, ਮੈਂ ਕਿਹਾ ਜੀ ਲੋਕ ਸਾਡੇ ਨਾਲ ਹੈ, ਪੈਦਲ ਤੋਂ ਇਹ ਵੀ ਕਿ ਨਾ ਸਾਈਕਲ ਚਲਾਉਂਦੇ, ਨਾ ਮੋਟਰਸਾਈਕਲ ਚਲਾਉਣਾ ਆਉਂਦਾ, ਅਤੇ ਨਾ ਕੋਈ ਹੋਰ, ਪੈਦਲ ਤਾਂ ਇੰਨੇ ਨੇ ਪੱਕੇ ਪੈਰੀ ਪੈਦਲ, ਠੀਕ ਹੈ, ਮਤਲਬ ਰਜਿਸਟਰਡ ਪੈਦਲ, ਕਿਸੇ ਮਸਲ ਕਿਸੇ ਦੂਸਰੇ ਸ਼ਹਿਰ ਜਾਣਾ ਅਤੇ ਪ੍ਰਾਈਵੇਟ ਕਨਵੀਨੈਂਸ 'ਤੇ ਜਾਣਾ, ਠੀਕ ਹੈ, ਮੈਂ ਕਹਿੰਦਾ ਨਾ ਕਿ ਲੋਕ ਸਾਡਾ ਵਸੀਲਾ ਨੇ, ਹਾਂ, ਜਦੋਂ ਅਫਜ਼ਲ ਸਾਹਿਰ ਮੈਨੂੰ ਮਿਲੇਗਾ ਨਾ, ਤੇ ਅਫਜ਼ਲ ਸਾਹਿਰ ਇੱਕ ਵਸੀਲਾ ਹੈ, ਕਮ ਅਜ਼ ਕਮ ਅਫਜ਼ਲ ਸਾਹਿਰ ਇੱਥੇ ਬੈਠਾ ਗੱਲ ਤੇ ਕਰ ਰਿਹਾ ਨਾ, ਉਹ ਪ੍ਰੋਗਰਾਮ ਅਨਾਊਂਸ ਤੇ ਕਰ ਸਕਦਾ ਨਾ, ਇਹਦੀ ਆਵਾਜ਼ ਕਿੰਨੇ ਲੋਕਾਂ ਤੱਕ ਜਾ ਰਹੀ ਹੈ, ਇਹ ਵਸੀਲਾ ਨਹੀਂ, ਸੋ ਉਹ ਵਸੀਲਿਆਂ ਨੂੰ ਸਮਝੋ ਨਾ, ਫਿਰ ਅਸੀਂ ਬਾਹਰ ਜਾ ਕੇ ਬਹਿ ਵੀ ਜਾਈਏ, ਉਹੀ ਨਾ, ਕਿੰਨੇ ਕਿੰਨੇ ਮਸਾਇਲ, ਮੈਂ ਮਸਾਲ ਦੇ ਰਿਹਾ, ਕਹਿਣ ਦੀ ਵੀ ਲੋੜ ਨਹੀਂ ਪੈਂਦੀ, ਕਹਿਣ ਦੀ ਵੀ ਲੋੜ ਨਹੀਂ ਪੈਂਦੀ ਕਿ ਵੀ ਤੇਰਾ ਕੀ ਬੰਦਰ ਕਿੱਦਾਂ, ਉਹ ਚੁੱਪ ਚੁਪੀਤੇ ਹੀ ਸਾਰਾ ਕੁਝ ਹੋ ਰਿਹਾ ਹੁੰਦਾ, ਅੰਦਰੋਂ ਅੰਦਰ ਹੀ ਕੁਝ ਲੋਕਾਂ ਨੂੰ ਪਤਾ ਕਿ ਉਹ ਸਾਡੀਆਂ ਸਾਂਝੀਆਂ ਲੋੜਾਂ ਨੇ, ਸਾਂਝਾ ਸਵਾਲ ਹੈ, ਸਾਂਝੀ ਗੱਲ ਹੈ, ਸਾਂਝੀ ਸਟਰਗਲ ਹੈ, ਸਾਂਝੀ ਜਦੋਜਹਿਦ ਹੈ, ਸਾਂਝੀ ਆਵਾਜ਼ ਹੈ, ਉਹ ਜਿਹੜੀ ਏਕਤਾ ਔਰ ਸਾਂਝ ਹੈ ਉਹ ਹਰ ਮਾਮਲੇ 'ਚ ਨਜ਼ਰ ਆ ਰਹੀ ਹੈ। ਮੈਂ 5 ਸਾਲ ਮਾਡਲ ਟਾਊਨ ਬਾਰੇ ਗੁਜਰਾਂਵਾਲੇ ਦੇ ਵਿੱਚ ਕੀਤਾ ਪ੍ਰੋਗਰਾਮ, 5 ਸਾਲ ਲਗਾਤਾਰ, ਅਤੇ ਉੱਥੋਂ ਦੇ ਲੋਕ ਹੀ ਕਰਦੇ ਸਨ, ਔਰ ਮੈਂ ਜਦੋਂ ਗਿਆ ਸਾਂ ਮੈਨੂੰ ਕੋਈ ਜਾਣਦਾ ਵੀ ਨਹੀਂ ਸੀ, ਠੀਕ ਹੈ, ਬਸ ਉਹ ਲੋਕਾਂ ਨੂੰ ਮਿਲਦੇ ਗਏ ਆ, ਲੋਕ ਕਹਿੰਦੇ ਜਿਹਦੀ ਲੋੜ ਹੈਗੀ ਆਓ, ਬਿਸਮਿਲਾ ਤੁਸੀਂ ਸਾਡੇ ਆਪਣੇ ਬੰਦੇ ਹੋ, ਠੀਕ ਹੈ ਜੀ, ਉਹ ਹੋ ਗਿਆ, ਹੁੰਦਾ ਰਿਹਾ ਉਸ ਤੋਂ ਬਾਅਦ ਫਿਰ ਦਹਿਸ਼ਤਗਰਦੀ ਦੀ ਜਿਹੜੀ ਲਹਿਰ ਚੱਲੀ, ਉਹਨਾਂ ਨੇ ਇੰਤਜ਼ਾਮੀਆਂ ਨੇ ਕਿਹਾ ਜੀ ਅਸੀਂ ਤੁਹਾਨੂੰ ਸਿਕਿਉਰਟੀ ਨਹੀਂ ਦੇ ਸਕਦੇ, ਸੋ ਲਿਆਦਾ ਉਹ ਫਿਰ ਉਸ ਵਜ੍ਹਾ ਤੋਂ ਨਾ ਬੰਦ ਕਰਨਾ ਪਿਆ। ਉਹ ਪੰਜਾਬੀ ਚਾਹੁੰਦੇ ਨੇ ਇੱਕ ਫਕਰ ਹੀ ਰੱਬ ਦੇ ਰਹਿਣ ਸਾਬਤ, ਹੋਰ ਥਿੜਕਦੇ ਅਹਿਲ ਖਜ਼ੀਨਿਆਂ ਦੇ, ਮੈਂ ਬੜੇ ਬੜੇ ਥਿੜਕਦੇ ਦੇਖੇ, ਔਰ ਸਭ ਤੋਂ ਗਰੀਬ ਤਾਂ ਮੈਂ ਅਮੀਰ ਲੋਕਾਂ ਨੂੰ ਹੀ ਵੇਖਿਆ, ਜ਼ਿਆਦਾ ਭੁੱਖ ਉਹਨਾਂ ਦੀ ਰੂਹਾਂ 'ਚ ਪਈ ਹੁੰਦੀ, ਬੇਸਵਾਦੀ ਵੀ ਉਹਨਾਂ ਦੇ, ਉਹਨਾਂ ਨੂੰ ਈਵਨ ਖਰਚਣ ਦਾ ਵੀ ਨਹੀਂ ਪਤਾ, ਉਹ ਮਾੜੇ ਬੰਦੇ ਕੋਲ ਪੈਸੇ ਆ ਜਾਣ ਨਾ, ਐਵੇਂ ਅੰਬਾਂ ਦੀਆਂ ਟੋਕਰੀਆਂ ਲੈ ਆਉਂਦਾ, ਟੈਕਸੀ ਕਰਾ ਲੈ ਮਰੇ, ਤੂੰ ਕਾਰ ਲੈ ਲੈ, ਚਲੋ ਲਾਡੀਆਂ ਸ਼ਰਾਰਤਾਂ ਆਪਣੀ ਜਗ੍ਹਾ, ਹੁਣ ਤੁਹਾਨੂੰ ਅਸੀਂ ਹੀਰ ਵਾਰਿਸ ਸ਼ਾਹ ਦੇ ਉੱਤੇ ਜਿਹੜੀ ਗੱਲਬਾਤ ਨੂੰ ਰੋਕਨੇ ਮੁਕਾਨੇ ਆ ਅੱਜ ਦੇ ਪ੍ਰੋਗਰਾਮ ਤੱਕ, ਅਤੇ ਉਸ ਤੋਂ ਬਾਅਦ ਸਾਡੇ ਕੋਲ ਦੋ, ਇੱਕ ਅਹਿਮਦ ਅਲੀ ਅਤੇ ਇੱਕ ਨੁਮਾਨ ਮਜੀਦ, ਇਹ ਦੋ ਸੁੱਚੇ, ਔਰ ਤੀਜਾ ਸ਼ਰਾਬ ਅਬਰਾਰ ਯੂਸਫ ਸਾਹਿਬ, ਨਾ ਇਹਨੇ ਪਤਾ ਨਹੀਂ ਕਿੰਨਾ ਔਖਾ ਜਿਹਾ ਰੱਖ ਲਿਆ ਹੋਇਆ, ਉਹ ਚਲਾਤਾ ਮੇਰੇ ਤਾਂ ਮੂੰਹ 'ਤੇ ਨਹੀਂ ਕਦੀ ਚੜਿਆ, ਆਇਲ ਕਮਾਇਲ ਕੁਛ ਆਹਿਲ ਕੋਈ ਇਹਨੇ ਬਣਾ ਲਿਆ, ਜਿਵੇਂ ਅਖਿਲ ਭਾਰਤੀ ਹੁੰਦਾ ਹੈ, ਅਤੇ ਇੰਝ ਦਾ ਅਖੰਡ ਪਖੰਡ ਕੋਈ ਇਹਨੇ ਬਣਾਇਆ ਆਪਣੇ ਨਾਂ ਦੇ ਨਾਲ, ਮੈਨੂੰ ਤਾਂ ਸਮਝ ਨਹੀਂ ਆਈ, ਬਹਰਹਾਲ ਜੋ ਵੀ ਇਹਨੇ ਰੱਖ ਲਿਆ ਇਹਦੀ ਆਪਣੀ ਮਰਜ਼ੀ ਹੈ, ਅਤੇ ਔਰ ਉਤੋਂ ਮਜ਼ੇਦਾਰ ਗੱਲ ਹੈ ਕਿ ਇਹਦੇ ਮਹਿਨੇ ਵੀ ਇਹਨੂੰ ਨਹੀਂ ਆਉਂਦੇ, ਨਹੀਂ ਨਹੀਂ ਆਉਂਦੇ, ਮੈਨੂੰ ਪਤਾ ਹੈ, ਉਹ ਕਹਿੰਦਾ ਮੈਨੂੰ ਸਾਊਂਡ ਚੰਗੀ ਲੱਗਦੀ, ਲੈ ਬਹੁਤ ਅੱਛਾ ਮਰੇ ਤੇਰੇ ਸਾਊਂਡ ਦੇ ਸਦਕੇ ਜਾਵਾਂ, ਅਤੇ ਉਹ ਹੁਣ ਨਾ, ਅੱਛਾ ਜੀ ਹੁਣ ਅਸੀਂ ਗਾਣਾ ਸੁਣਾ ਲਿਆ, ਦਿਲ ਕਿੱਥੇ ਖੜਾ ਹੈ ਬੋਲਿਆ, ਬੜਾ ਵਧੀਆ ਗਾਣਾ, ਇਹਨੂੰ ਸੁਣੋ ਅਤੇ ਉਸ ਤੋਂ ਬਾਅਦ ਅਸੀਂ ਆ ਕੇ ਤੁਹਾਨੂੰ ਲਾਈਵ ਗਾਣੇ ਸੁਣਾਵਾਂਗੇ, ਸਾਡੇ ਕੋਈ ਮਿੱਤਰ ਪਿਆਰੇ ਆਏ ਹੋਏ ਨੇ ਅਤੇ ਇਹ ਰੌਣਕਾਂ ਲੱਗਣਗੀਆਂ, ਤੁਸੀਂ ਸਾਡੇ ਨਾਲ ਲੈਣਾ, ਕਿਧਰੇ ਜਾਣਾ ਨਹੀਂ, ਅਤੇ ਇਹ ਜਨਾਬ ਜਿਹੜਾ ਇੱਕ ਬੰਦਾ ਹੈ ਨਾ ਜ਼ਹੂਰ ਅਹਿਮਦ ਲੋਹਾਰ, ਉਹਨੇ ਬੜਾ ਵਧੀਆ, ਇਹਦੇ ਬੋਲ ਸੁਣਨ ਵਾਲੇ ਨੇ,
ਮੇਰਾ ਦਿਲ ਕਰਦਾ ਕਿਸ ਦਿਨ ਇਹਨਾਂ ਨੂੰ ਖੋਲਦੇ ਹਾਂ ਇੱਕ ਇੱਕ ਸ਼ੇਰ ਨੂੰ, ਲੇਕਿਨ ਫਿਲਹਾਲ ਸੁਣੋ ਆਪਣਾ ਕੋਈ ਅਹਿਸਾਸ ਵਿਚਾਰ ਖਿਆਲ ਜਾਂ ਮੈਸੇਜ ਕਲਾਉਣਾ ਤਾਂ ਐਲ ਐਚ ਆਰ ਟਾਈਪ ਕਰਕੇ ਸਪੇਸ ਪਾਓ, ਆਪਣਾ ਨਾਂ ਲਿਖੋ, ਮੈਸੇਜ ਲਿਖੋ, ਉਸਨੂੰ 6278 'ਤੇ ਕਲਾਉਣਾ, ਐਲ ਐਚ ਆਰ ਟਾਈਪ ਕਰੋ, ਸਪੇਸ ਪਾਓ, ਨਾਂ ਲਿਖੋ, ਮੈਸੇਜ ਲਿਖੋ, 6278 'ਤੇ ਕਲਾ ਦੇਣਾ। ਇਹ ਗਾਣਾ ਸੁਣੋ, ਉਸ ਤੋਂ ਬਾਅਦ ਆ ਕੇ ਲਾਈਵ ਗਾਇਕੀ ਹੋਈ। ਦਿਲ ਕਿੱਥੇ ਖੜਾ ਰਹੇ ਉਹ ਬੋਲਿਆ, ਦਿਲ ਕਿੱਥੇ ਖੜਾ ਰਹੇ ਉਹ ਬੋਲਿਆ, ਗੱਲ ਰੋਣ ਪਾਲਿਆ ਬੋਲਿਆ, ਦਿਲ ਕਿੱਥੇ ਖੜਾ ਰਹੇ ਉਹ ਬੋਲਿਆ, ਦਿਲ ਕਿੱਥੇ ਖੜਾ ਰਹੇ।
ਨਾਲ ਸਜਣ ਦੇ ਰਹੀਏ ਮਸਤ 103 ਲਾਹੌਰ ਕਰਾਚੀ ਲੈਲਪੁਰ ਪਿੰਡੀ ਦੇ ਮੁਲਤਾਨ ਮੈਂ ਤੁਹਾਡਾ ਸਭ ਦਾ ਕਮਲਾ ਨਦਾਨ ਮਿਜਮਾਨ ਅਫਜ਼ਲ ਸਾਹਿਰ ਮੇਰੇ ਨਾਲ ਨੇ ਸ਼ਬੀਰ ਜੀ ਜਿਨ੍ਹਾਂ ਨੇ ਗੱਲਾਂ ਕੀਤੀਆਂ ਨੇ ਹੁਣੇ ਹੀਰ ਬਾਰਿਸ਼ਾਹ ਬਾਰੇ ਹੀਰ ਬਾਰਿਸ਼ਾਹ 'ਚ ਉਸ ਬੰਦ ਦੇ ਉੱਤੇ ਜਿਹਦੇ 'ਚ ਰਾਂਝੇ ਨੂੰ ਜਵਾਬ ਮਿਲਦਾ ਔਰ ਉਸ ਤੋਂ ਬਾਅਦ ਉਹ ਨਤਾਰਾ ਕਰਕੇ ਉਹਦੇ ਹੀਰ ਦੇ ਬਾਪ ਨੂੰ ਸ਼ੀਸ਼ਾ ਵਿਖਾਉਂਦਾ ਔਰ ਬਿਲਕੁਲ ਉਹਦੇ ਉੱਤੇ ਜੋ 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 ਸਰਮਾਏਦਾਰਾਂ ਵਾਲਾ ਵਿਹਾਰ ਹੁੰਦਾ ਉਸ ਨੂੰ ਉਸਨੇ ਪੂਰਾ ਉਹ ਪੰਜਾਬੀ 'ਚ ਆਉਂਦੇ ਨੇ ਉਹ ਇੱਕ ਸ਼ੀਸ਼ਾ ਵਿਖਾ ਛੜਿਆ ਜੀ ਅਤੇ ਉਹ ਗੱਲਾਂ ਤਾਂ ਹੋ ਗਈਆਂ ਹੁਣ ਅਸੀਂ ਅੱਗੇ ਵਧਣਾ ਸਾਡੇ ਕੋਲ ਅਬਰਾਰ ਯੂਸਫ ਆਇਆ ਬੈਠਾ ਇਹਨੂੰ ਅਸੀਂ ਜੋਸਫ ਵੀ ਕਹਿ ਲੈਂਦੇ ਹਾਂ ਪਿਆਰ ਨਾਲ ਅਤੇ ਪੁਰਸਰਾਰ ਜਿਹਾ ਬੰਦਾ ਗੁਆਚ ਜਾਂਦਾ ਹੈ ਅਹਿਲ ਵੀ ਲਿਖਦਾ ਨਾਲ ਆਪਣੇ ਨਾਂ ਦੇ ਹਾਂ ਹੋ ਗਿਆ ਜੀ ਹੋ ਗਿਆ ਕੰਮ ਚਲੋ ਠੀਕ ਹੈ ਅੱਛਾ ਜੀ ਗੱਲ ਇੱਧਰ ਸਾਡਾ ਇੱਕ ਮਾਮਲਾ ਇੱਧਰ ਹੋਇਆ ਸੀ ਰਫੜ ਜਿਹਾ ਪੈ ਗਿਆ ਸੀ ਅਤੇ ਉਹ ਹੁਣ ਪਤਾ ਨਹੀਂ ਕਿੱਧਰ ਭਰਾਵਾਂ ਦੇ ਵਿਆਹ ਕਰਕੇ ਆਇਆ ਵਿਚਾਰਾ ਜ਼ਿੰਮੇਦਾਰੀਆਂ ਕਬੀਲਦਾਰੀ ਦੀਆਂ ਸਿਰ 'ਤੇ ਪਈਆਂ ਸਨ ਉੱਤੋਂ ਯਾਰਾਂ ਨਾਲ ਵੀ ਗਿਲਾ ਕਰਦਾ ਤੁਸੀਂ ਮੇਰੇ ਭਰਾਵਾਂ ਦੇ ਵਿਆਹ 'ਤੇ ਨਹੀਂ ਆਏ ਮਰੇ ਦੂਜਿਆਂ ਦੇ ਭਰਾਵਾਂ ਦੇ ਵਿਆਹ ਨਹੀਂ ਹੋਏ ਉਹਨਾਂ ਨੂੰ ਵਿਚਾਰਿਆਂ ਨੂੰ ਆਪਣੀ ਮੁਸੀਬਤ ਪਈ ਹੋਣੀ ਹੈ ਤੂੰ ਹੋਰ ਬੰਦਿਆਂ ਨੂੰ ਜ਼ਰੂਰ ਪਾਉਣਾ ਸੀ ਵਿੱਚ ਰਹਿਣ ਦਿਓ ਕੀ ਇੱਕ ਇਕੱਠ ਹੀ ਹੋ ਗਿਆ ਨਾ ਅਤੇ ਅਸੀਂ ਜਿਹੜਾ ਆਪਣਾ ਇਕੱਠ ਹੁੰਦਾ ਉਹੀ ਸਭ ਤੋਂ ਬਿਹਤਰੀਨ ਇਕੱਠ ਹੈ ਬਸ ਉਸ ਇਕੱਠ ਨੂੰ ਕਾਇਮ ਰੱਖੋ ਬਾਕੀ ਟੱਬਰਦਾਰੀਆਂ 'ਚ ਹੁੰਦੇ ਰਹਿੰਦੇ ਜਦੋਂ ਆਪਣਾ ਹੋਏਗਾ ਤੂੰ ਦੇਖ ਲਾਂਗੇ ਉਦੋਂ ਤੁਸੀਂ ਚੋਰੀ ਚੋਰੀ ਕਰਾ ਦਿਆਂਗੇ ਅੱਛਾ ਠੀਕ ਹੈ ਚੋਰੀ ਚੋਰੀ ਹਾਂ ਅੱਛਾ ਜੀ ਕੀ ਹਾਲ ਹੈ ਠੀਕ ਠਾਕ ਮੁਰਸ਼ਦ ਤੁਸੀਂ ਕਿਵੇਂ ਠੀਕ ਹੋਇਆ ਤੂੰ ਵਿਆਹ ਕਰਾ ਕੇ ਠੀਕ ਹੋ ਗਿਆ ਤੂੰ ਤਾਂ ਨਹੀਂ ਕਰਾਇਆ ਆਪਣਾ ਤਾਂ ਨਹੀਂ ਨਾ ਕਰਾਇਆ ਨਹੀਂ ਅੱਛਾ ਉਹਦੇ ਵਿੱਚ ਇਹ ਵੇਖ ਕੇ ਜਿਸਲੇ ਕਿਸੇ ਦਾ ਵਿਆਹ ਹੁੰਦਾ ਤੇ ਤੇਰੇ ਦਿਮਾਗ 'ਚ ਕੀ ਚੱਲ ਰਿਹਾ ਉਹਦਾ ਖੁਸ਼ੀ ਮੁਰਸ਼ਦ ਖੁਸ਼ੀ ਹਾਂ ਕਿ ਉਹਦਾ ਵਿਆਹ ਹੋ ਗਿਆ ਉਹਦਾ ਵਿਆਹ ਤਾਂ ਖੁਸ਼ ਹੋ ਗਿਆ ਤੇ ਕਦੇ ਕੋਈ ਵਿਆਹ ਬੰਦਾ ਖੁਸ਼ ਵੇਖੇ ਦੁਖੀ ਵੇਖੇ ਮੁਰਸ਼ਦ ਤੇ ਤੂੰ ਖੁਸ਼ ਕਿਹੜੀ ਗੱਲੋਂ ਹੋਇਆ ਇਸ ਲਈ ਖੁਸ਼ ਨਾ ਕਿ ਦੁਖੀ ਨੇ ਇਹਦਾ ਮਤਲਬ ਤੂੰ ਫਿਤਨਾ ਪਰਦਾਸ਼ ਆਦਮੀ ਹੈ ਹੈਂ ਤੂੰ ਦੂਜਿਆਂ ਨੂੰ ਦੁਖੀ ਵੇਖ ਕੇ ਖੁਸ਼ ਹੋਣਾ ਹੈਨਾ ਦੁੱਖ 'ਚ ਪੈਂਦਾ ਖੁਸ਼ ਹੋ ਗਿਆ ਹੁਣ ਚੰਗਾ ਇਹਨੂੰ ਸੱਟ ਲੱਗੇਗੀ ਇੰਝ ਜਿਵੇਂ ਕਿਸੇ ਦਾ ਕੇਲੇ ਦਾ ਛਿਲਕਾ ਰੱਖਦੇ ਹੋ ਜਾਂ ਕੋਈ ਪਤਾ ਕਿਸੇ ਵਾਸਤੇ ਤੁਸੀਂ ਖੂਹ ਕੱਢਦੇ ਹੋ ਟੋਆ ਕੱਢਦੇ ਹੋ ਅਤੇ ਉਹ ਛਾਪੇ ਜਿਹਾ ਰੱਖਦੇ ਹੋ ਅਗਲਾ ਉੱਥੇ ਚਿੱਕੜ 'ਚ ਡਿੱਗੇ ਜਾ ਕੇ ਦਲਦਲ 'ਚ ਹੈਨਾ ਖੁਸ਼ ਹੋਣਾ ਕਿਸ ਤਰ੍ਹਾਂ ਦੀ ਜ਼ਿਹਨੀ ਹਾਲਤ 'ਚ ਤੂੰ ਇਸ ਵੇਲੇ ਅੱਛੀ 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 ਤੁਹਾਨੂੰ ਵੇਖ ਕੇ ਤੇ ਹੋਰ ਅੱਛੀ ਹੋ ਗਈ ਇਹ ਅੱਛੀ ਹਾਲਤ ਹੈ ਹਾਂਜੀ ਹੁਣ ਤੂੰ ਦੱਸਦਾ ਹਟੇ ਤੱਕ ਮੈਨੂੰ ਦੂਜਿਆਂ ਦੇ ਵਿਆਹ ਦੀ ਖੁਸ਼ੀ ਹੋਣ ਲਈ ਕਿਹੜੀ ਅੱਛੀ ਆ ਰੱਬਾ ਤੈਨੂੰ ਵੀ ਨਹੀਂ ਪਤਾ ਲੱਗਦਾ ਚਲ ਕੋਈ ਨਹੀਂ ਪਰ ਤੈਨੂੰ ਰੱਬ ਸੋਹਣਾ ਮਹਿਫੂਜ਼ ਰੱਖੇ ਇਸ ਤਰ੍ਹਾਂ ਦੀ ਕਿਸੇ ਵੀ ਆਫਤ ਤੋਂ ਜਿਹਦੇ ਤੋਂ ਤੂੰ ਖੁਸ਼ ਹੋ ਰਿਹਾ ਅਤੇ ਸਾਡੀਆਂ ਤਾਂ ਦੁਆਵਾਂ ਨੇ ਲੇਕਿਨ ਹਟਣਾ ਨਹੀਂ ਤੁਸੀਂ ਮੈਨੂੰ ਪਤਾ ਚਲੋ ਖੈਰ ਖੁਸ਼ ਪੇ ਵਸੋ ਉਹ ਯਾਰ ਗਾਣਾ ਗੁਣਾ ਤਾਂ ਨਹੀਂ ਭੁੱਲ ਗਿਆ ਨਹੀਂ ਨਹੀਂ ਮੁਰਸ਼ਦ ਰਿਆਜ਼ ਕਰਦਾ ਹਾਂਜੀ ਕਿ ਫਿਆਜ਼ ਕਰਦਾ ਨਹੀਂ ਨਹੀਂ ਰਿਆਜ਼ ਹੀ ਕਰਨਾ ਅੱਜ ਕੱਲ੍ਹ ਕਿਹੜਾ ਗਾਣਾ ਚੜਿਆ ਜਾਂ ਪੱਕਾ ਕਰਦਾ ਜਾਂ ਕੱਚਾ ਪੱਕਾ ਕਰਦਾ ਪੱਕਾ ਕਰਨ ਦੀ ਕੋਸ਼ਿਸ਼ ਕਰੀਦੀ ਅੱਛਾ ਅੱਛਾ ਕੱਚਾ ਪੱਕਾ ਨਹੀਂ ਅਤੇ ਅੱਜ ਕੱਲ੍ਹ ਜਨਾਬ ਗਾਣੇ ਗਾ ਰਹੇ ਨੇ ਮੈਂ ਤੇਰੀ ਵੀਡੀਓ ਵੇਖੀ ਹੈ ਅੱਛਾ ਸਾਹ ਚੜਿਆ ਕਿ ਅਗਲਾ ਮਿਸਰਾ ਅਗਲਾ ਫਟਾਫਟ ਕਹਿ ਦੇਵੇਂ ਤੂੰ ਵੀਡੀਓ ਉਹ ਨਹੀਂ ਨਹੀਂ ਕੋਈ ਛੱਡ ਦਿਓ ਉਹਦੇ ਕੋਈ ਟਾਈਮ ਟੂਮ ਦਾ ਨਹੀਂ ਹੁੰਦਾ ਗਾਣੇ ਦਾ ਆਪਣਾ ਬੰਦੇ ਦਾ ਆਪਣਾ ਰਿਦਮ ਔਰ ਟੈਂਪੋ ਹੁੰਦਾ ਤੂੰ ਮੈਂ ਵੀਡੀਓ ਤੇਰੀ ਵੇਖੀ ਹੈ ਮੈਨੂੰ ਤਾਂ ਇੰਝ ਲੱਗਾ ਕਿ ਜਿਵੇਂ ਤੂੰ ਗਾਣਾ ਗਾ ਮਾਰਿਆ ਜੇ ਆਪੇ ਜੇ ਗਾਣਾ ਗਾਤਾ ਨਾ ਆਹ ਦੇਖ ਲਓ ਪੂਰਾ ਹੋ ਗਿਆ ਨਾ ਫਟਾਫਟ ਇਹਨੇ ਗਾ ਕੇ ਨਾ ਉਹਨੂੰ ਨਿਬੇੜ ਦਿੱਤਾ ਉਹ ਕਿੰਨੀ ਸਕੂਨ ਵਾਲੀ ਚੀਜ਼ ਸੀਗੀ ਬੇਸਕੂਨੀ 'ਚ ਗਾ ਕੇ ਉਹ ਮਾਰੀ ਇਹ ਵੇ ਤੇਰੀ ਹਾਲਤ ਹੈਨਾ ਹਾਂਜੀ ਇਸ ਵੇਲੇ ਦੱਸ ਨੁਸਰਤ ਬਦਲੀ ਦੀ ਆਵਾਜ਼ ਨਹੀਂ ਨਹੀਂ ਨੁਸਰਤ ਦਾ ਹੀ ਗਾਣਾ ਅੱਛਾ ਆਪਣੀ ਸੱਜਣਾ ਕਿਹੜਾ ਸੱਜਣਾ ਤੋਰੇ ਬਿਨ ਜੀ ਅਮੋਰਾ ਨਹੀਂ ਲਾਗੇ ਬਿਸਮਿਲ੍ਲਾ ਸੁਣਾਓ ਜੀ ਲਓ ਜੀ ਅਬਰਾਰ ਯੂਸਫ ਅਹਿਲ ਯੂਸਫ ਅਹਿਲ ਜੋਸਫ ਅਹਿਲ ਜੋਸਫ ਉਮਰ ਰਜਪੂਤਾਂ ਦਾ ਮੁੰਡਾ ਆਂ ਤੂੰ ਇਹ ਜੋਸਫ ਨਾਲ ਫਿਰਨਾ ਮੁਰਸ਼ਦ ਜੋਸਫ ਜੋਸਫ ਫਿਰ ਅੱਛਾ
ਸੁਭਾਨ ਅੱਲਾਹ, ਨਾਂ ਹੀ ਬੜਾ ਵਧੀਆ ਲੱਗਣ ਡਿਆ, ਇੰਜ ਲੱਗਦਾ ਜਿਵੇਂ ਤੂੰ ਉਹ ਯੂਰਪ ਚ ਗਾਉਣਾ ਹੁੰਦਾ, ਜਿਵੇਂ ਇਟਲੀ ਦੇ ਵਿੱਚ ਸਿੰਗਿੰਗ, ਤੇਰਾ ਅਗਲਾ ਕੌਨਸਰਟ ਉੱਥੇ ਹੋਣਾ. ਅੱਛਾ ਅੱਛਾ ਜੀ, ਬਿਸਮਿਲ੍ਲਾ. ਸ਼ਬੀਰ ਸਾਹਿਬ ਕੋਲ ਲੈ ਲਓ, ਸਾਨੂੰ ਕੀ ਪਤਾ ਗਾਏ ਕਿ. ਸਜਣਾ ਸਜਣਾ ਰੇ, ਤੋਰੇ ਬਿਨ ਜੀਆ ਮੋਰਾ ਨਹੀਂ ਲਾਗੇ, ਤੋਰੇ ਬਿਨ ਜੀਆ ਮੋਰਾ ਨਹੀਂ ਲਾਗੇ. ਸਜਣਾ ਰੇ, ਤੋਰੇ ਬਿਨ ਜੀਆ ਮੋਰਾ ਨਹੀਂ ਲਾਗੇ, ਤੋਰੇ ਬਿਨ ਜੀਆ ਮੋਰਾ ਨਹੀਂ ਲਾਗੇ. ਕਾਟੂ ਕੈਸੇ ਤੋਰੇ ਬਿਨ ਬਰੀ ਰਹਿਣਾ, ਤੋਰੇ ਬਿਨ ਜੀਆ ਮੋਰਾ ਨਹੀਂ ਲਾਗੇ. ਸਜਣਾ ਬੂੰਦੋਂ ਕੀ ਪਾਇਲ ਬਜੀ, ਸੁਣੀ ਕਿਸੀ ਨੇ ਭੀ ਨਹੀਂ, ਖੁਦ ਸੇ ਕਹੀ ਜੋ ਕਹੀ, ਕਹੀ ਕਿਸੀ ਨੇ ਭੀ ਨਹੀਂ. ਭੀਗਨੇ ਕੋ ਮੰਤਰ ਸੇਗਾ ਕਬ ਤੱਕ, ਚਾਂਦਨੀ ਮੈਂ ਆਸੂ ਚਮਕੇਗਾ ਕਬ ਤੱਕ, ਸਾਵਨ ਆਇਆ ਨਹੀਂ ਬਰਸੇ ਔਰ ਨਾ ਹੀ ਜਾਏ, ਸਾਵਨ ਆਇਆ ਨਹੀਂ ਬਰਸੇ ਔਰ ਨਾ ਹੀ ਜਾਏ. ਹੋ ਨਿੰਦਿਆ ਕਾਹੇ ਐਸੀ ਅੱਖੀਓ ਮੈਂ ਆਏ, ਤੋਰੇ ਬਿਨ ਜੀਆ ਮੋਰਾ ਨਹੀਂ ਲਾਗੇ, ਤੋਰੇ ਬਿਨ ਜੀਆ ਮੋਰਾ ਨਹੀਂ ਲਾਗੇ. ਸਜਣਾ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ, ਕਿਆ ਕਹਿੰਦੇ ਕਿਆ ਕਹਿੰਦੇ ਜਨਾਬ. ਤੁਸੀਂ ਹੁਣ ਜਾ ਕੇ ਨਾ ਮੈਂ ਇਹਦੀ ਰਿਕਾਰਡਿੰਗ ਲੈ ਲਈ ਇਸ ਗਾਣੇ ਦੀ, ਮੇਰੇ ਲੱਭ ਜਾਂਦੀ ਹੈ, ਹਰ ਪ੍ਰੋਗਰਾਮ ਰਿਕਾਰਡ ਹੋ ਰਿਹਾ ਹੁੰਦਾ, ਅਤੇ ਵੇਖੀ ਕਿ ਖਾਨ ਸਾਹਿਬ ਨੇ ਕਿੰਨੇ ਮਿੰਟਾਂ 'ਚ ਗਾਇਆ ਸੀ ਜੀ. ਤੈਨੂੰ ਇੱਕ ਮਿੰਟ ਵੱਧ ਗਾਉਣਾ ਚਾਹੀਦਾ ਸੀ ਤਾਂ ਜੇ ਆਪਣੀ ਰੂਹਦਾਰੀ ਵਿਖਾਉਂਦਾ ਵਿੱਚ, ਅਤੇ ਲੇਕਿਨ ਕੋਈ ਗੱਲ ਨਹੀਂ, ਅਸੀਂ ਮਾਫ਼ੀ ਮੰਗ ਲਾਂਗੇ ਉਹਨਾਂ ਕੋਲੋਂ. ਠੀਕ ਹੈ ਜੀ, ਉਹਨਾਂ ਨੇ ਅਸਲ 'ਚ ਤੁਹਾਡੇ ਵਾਸਤੇ ਗਾਇਆ ਸੀ ਕਿ ਉਸ ਤੋਂ ਬਾਅਦ ਮਤਲਬ ਖਾਨ ਸਾਹਿਬ ਜਿਹੜੀ ਕਮੀ ਰਹਿ ਕਮੀ ਰਹਿ ਗਈ ਤੁਸੀਂ ਪੂਰੀ ਕਰ ਦਿਓਗੇ, ਅਤੇ ਮਾਸ਼ਾ ਅੱਲਾਹ ਚੰਗੀ ਭਲੀ ਉਸ ਗਾਣੇ 'ਚ ਤੁਸੀਂ ਹੋਰ ਕਮੀ ਪੈਦਾ ਕਰਤੀ ਜੀ. ਲਾਡੀਆਂ ਨੇ ਮੇਰੀਆਂ, ਨਹੀਂ 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 ਸਮਝ ਗਿਆ ਨਾ ਜੀ. ਮੁਰਸ਼ਦ ਜਿਉਂਦੇ ਰਹੋ, ਖੁਸ਼ ਰਹੋ. ਇੱਧਰਲੇ ਪਾਸੇ ਹੁਣ ਜਾਂਦੇ ਹਾਂ ਆਪਣੇ ਨੁਮਾਨ ਮਜੀਦ ਅਤੇ ਅਹਿਮਦ ਅਲੀ. ਅਹਿਮਦ ਅਲੀ ਬੜਾ ਵਿਹਲਾ ਆਦਮੀ ਹੈ, ਪੈਸ਼ਨ ਇਹਨੂੰ ਹੈ ਗਾਇਕੀ ਦਾ, ਅਤੇ ਆਵਾਜ਼ ਦੇ ਅੰਦਰ ਵੀ ਬੜਾ ਹੇਕ ਅਤੇ ਬੜਾ ਸੇਕ ਹੈ, ਅਤੇ ਇਕੱਲਿਆਂ ਇਕੱਲਿਆਂ ਕਰਨਾ ਨਾ ਜਾਂ ਇਕੱਠਿਆਂ ਕਰਨਾ, ਇਕੱਠਿਆਂ ਉਹ ਬੱਲੇ 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 ਲਓ ਬਈ, ਕੰਪਨੀ ਦੀ ਮਸ਼ਹੂਰੀ ਵਾਸਤੇ ਤਾਨ ਪੂਰੇ ਛਿੜ ਗਏ ਨੇ, ਹੁਣ ਮੁਲਤਾਨਪੁਰੇ ਵੀ ਆਵਾਜ਼ ਜਾ ਰਹੀ ਸਾਡੀ, ਜਿੱਥੇ ਜਿੱਥੇ ਹੈਗੇ ਇੱਥੇ ਇੱਥੇ ਠੀਕ ਹੈ, ਮਾਈਕ ਸਾਂਝਾ ਹੋ ਗਿਆ, ਰਾਜ ਟਾਂਡਾ ਸਾਰਿਆਂ ਦਾ ਸਾਂਝਾ, ਰਾਂਝਾ ਵੀ ਸਾਂਝਾ ਹੀ. ਕਿਹੜਾ ਗੀਤ ਸੁਣਾ ਰਹੇ ਹੋ ਜੀ? ਅਹਿਮਦ ਅਲੀ ਕੈਸੇ ਹੋ? ਮੈਂ ਠੀਕ ਹਾਂ ਫਿਲਹਾਲ. ਫਿਲਹਾਲ? ਹਾਂਜੀ. ਮਤਲਬ ਕੱਲ ਤੱਕ ਨਹੀਂ ਸੀਗੇ? ਹਾਂਜੀ. ਜਾਂ ਅੱਜ ਕੱਲ ਠੀਕ ਹੋ? ਅੱਜ ਕੱਲ ਠੀਕ ਹਾਂ. ਅੱਜ ਕੱਲ ਠੀਕ? ਕਿਵੇਂ ਹੋਏ ਹੋ? ਕੋਈ ਹੈ ਜਿਹਨੇ ਕੀਤਾ ਹੋਵੇ ਤੁਹਾਨੂੰ ਠੀਕ? ਹਾਂ ਹੈ ਤਾਂ ਸਹੀ. ਉਹ ਕੌਣ? ਅੰਦਰ ਹੀ ਹੈ ਕੋਈ? ਅੰਦਰ ਹੈ, ਇਹੀ ਜਵਾਬ ਚਾਹੀਦਾ ਸੀ, ਬਹੁਤ ਅੱਛਾ ਜਵਾਬ ਹੈ. ਹੁਣ ਤੇਰੇ ਅੰਦਰ ਹੀ ਮੰਦਰ ਦੇ ਅੰਦਰ ਹੀ ਤੇਰੇ ਕਲੰਦਰ, ਅਤੇ ਬਾਕੀ ਅੰਦਰ ਤੇਰੇ ਅੰਦਰ ਗਾਇਕੀ ਦਾ ਸਮੁੰਦਰ ਹੋ ਜਾਏ ਇਹਦੀ ਦੁਆ ਹੈ. ਅਤੇ ਉੱਧਰ ਕੀ ਹਾਲ ਹੈ ਚੌਧਰ? ਬਹੁਤ ਵਧੀਆ ਜੀ. ਮੁਰਸ਼ਦ ਤੁਸੀਂ ਸੁਣਾਓ ਜੀ, ਕੀ ਹੈ ਰੇ ਪੈਰੀ ਤੈਨੇ ਪੈ ਗਏ ਜੀ? ਮੁਰਸ਼ਦ ਜੀ ਅਸੀਂ ਪੈਰੀ ਚੰਗਾ ਤੁਸੀਂ ਮੁਰਸ਼ਦ ਰੱਖ ਲਿਆ ਹੋਇਆ ਹੈ,
ਇਹਦੇ ਨਾਲ ਤੁਸੀਂ ਮਾਨਾ ਕੋਈ ਕੀ ਰੱਖ ਹੋਰ ਕੀ ਰੱਖਿਆ ਤੁਸੀਂ? ਨਹੀਂ ਜੀ ਅੱਜ ਕੱਲ ਬਸ ਮੁਰਸ਼ਦ ਹੀ ਰੱਖਿਆ। ਉਹ ਭਾਈਆ ਉਹਨੂੰ ਨਾ ਕਿਧਰੇ ਬਾਹਰ ਨਾ ਰੱਖ ਲੈਣਾ, ਜ਼ਿਹਨ ਚ ਰੱਖੋ ਬਸ। ਹਾਂ ਨਹੀਂ ਹਰ ਵੇਲੇ ਰਹਿੰਦੇ ਦੁਬਾਰਾ ਤੇ ਨਹੀਂ ਰੱਖਣਾ। ਅੱਛਾ ਸੁਣਾਓ ਠੀਕ ਹੋ? ਅਸੀਂ ਵੀ ਤੁਹਾਨੂੰ ਮੁਰਸ਼ਦ ਹੀ ਰੱਖਿਆ ਜਨਾਬ, ਫਿਕਰ ਨਾ ਕਰੋ। ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਕਿਸੇ ਪਛਾਣ ਪਿਆਰ ਦੇ ਵਿੱਚ ਜਾਂਦੇ ਹੋ ਨਾ, ਤੁਸੀਂ ਖੁਦ ਵੀ ਉਹੀ ਹੋ ਚੁੱਕੇ ਹੁੰਦੇ। ਬਿਸਮਿਲਾ ਸੁਣਾਓ। ਕਿਉਂ ਵੀ ਮੁਰਸ਼ਦ? ਹਾਂ ਇਜਾਜ਼ਤ ਨਾਲ। ਬਿਲਕੁਲ ਇਜਾਜ਼ਤ, ਮੈਂ ਤਾਂ ਬੜੀ ਦੇਰ ਦੀ ਪਹਿਲੇ ਦੇ ਦੇਣੀ ਸੀ, ਟਾਈਮ ਨਹੀਂ ਸੀ। ਕੀ ਗਾ ਰਹੇ ਹੋ? ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਗਾਈ ਹੋਈ ਇੱਕ ਚੀਜ਼, ਯਾਰਾ ਡੱਕ ਲੈ ਖੂਨੀ ਅੱਖੀਆਂ। ਹਾਏ 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 ਹਾਏ, ਓ ਅੱਲਾ ਵੀ ਕੰਮ ਵੱਧ ਗਿਆ ਜੇ। ਲਓ ਜੀ ਇਹ ਜਿਹੜੀ ਨਾ ਗਾਇਕੀ, ਇਹ ਸ਼ਬੀਰ ਜੀ ਔਰ ਖੁਸ਼ੀ ਸਾਹਿਬ ਔਰ ਬਿੱਲੋ ਦੇ ਨਾਂ, ਬਿੱਲੋ ਨੇ ਖੂਨੀ ਅੱਖੀਆਂ ਡੱਕ ਲਈਆਂ, ਪਤਾ ਨਹੀਂ ਕਿੱਥੇ ਆਉਂਦੀ ਨਹੀਂ ਅੱਜ ਕੱਲ੍ਹ। ਡੱਕ ਲੈ ਖੂਨੀ ਅੱਖੀਆਂ ਨੂੰ, ਯਾਰਾ ਡੱਕ ਲੈ ਖੂਨੀ ਅੱਖੀਆਂ ਨੂੰ, ਸਾਨੂੰ ਤੱਕ ਤੱਕ ਮਾਰ ਮੁਕਾਇਆ ਏ, ਸਾਨੂੰ ਤੱਕ ਤੱਕ ਮਾਰ ਮੁਕਾਇਆ ਏ, ਯਾਰਾ ਡੱਕ ਲੈ ਖੂਨੀ ਅੱਖੀਆਂ ਨੂੰ, ਯਾਰਾ ਡੱਕ ਲੈ ਖੂਨੀ ਅੱਖੀਆਂ ਨੂੰ, ਸਾਨੂੰ ਤੱਕ ਤੱਕ ਮਾਰ ਮੁਕਾਇਆ ਏ, ਸਾਨੂੰ ਤੱਕ ਤੱਕ ਮਾਰ ਮੁਕਾਇਆ ਏ, ਦਿਲ ਜਾਨ ਜਿਗਰ ਜ਼ਖਮੀ ਕੀਤੇ, ਦਿਲ ਜਾਨ ਜਿਗਰ ਜ਼ਖਮੀ ਕੀਤੇ, ਨਜ਼ਰਾਂ ਦਾ ਤੀਰ ਚਲਾਇਆ ਏ, ਨਜ਼ਰਾਂ ਦਾ ਤੀਰ ਚਲਾਇਆ ਏ, ਜਿਹਨੂੰ ਵੇਖਿਆ ਏ ਉਹਨੂੰ ਮਾਰਿਆ ਏ, ਜਿਹਨੂੰ ਵੇਖਿਆ ਏ ਉਹਨੂੰ ਮਾਰ ਉਹਨੂੰ ਮਾਰਿਆ ਏ, ਦੱਸ ਕਿਸ ਨੂੰ ਪਾਰ ਉਤਾਰਿਆ ਏ, ਦੱਸ ਕਿਸ ਨੂੰ ਪਾਰ ਉਤਾਰਿਆ ਏ, ਸੱਸੀ ਸਾੜ ਸੁੱਟੀ ਮਰੀ ਹੀਰ ਜਟੀ, ਸੱਸੀ ਸਾੜ ਸੁੱਟੀ ਮਰੀ ਹੀਰ ਜਟੀ, ਸੋਹਣੀ ਡੁੱਬ ਗਈ ਪਾਰ ਨਾ ਲਾਇਆ ਏ, ਸੋਹਣੀ ਡੁੱਬ ਗਈ ਪਾਰ ਨਾ ਲਾਇਆ ਏ, ਯਾਰਾ ਡੱਕ ਲੈ ਖੂਨੀ ਅੱਖੀਆਂ ਨੂੰ, ਸਾਨੂੰ ਤੱਕ ਤੱਕ ਮਾਰ ਮੁਕਾਇਆ ਏ, ਦਿਲ ਜਾਨ ਜਿਗਰ ਜ਼ਖਮੀ ਕੀਤੇ, ਦਿਲ ਜਾਨ ਜਿਗਰ ਜ਼ਖਮੀ ਕੀਤੇ, ਨਜ਼ਰਾਂ ਦਾ ਤੀਰ ਚਲਾਇਆ ਏ, ਨਜ਼ਰਾਂ ਦਾ ਤੀਰ ਚਲਾਇਆ ਏ, ਤੇਰੀ ਨਜ਼ਰ ਦੇ ਮਾਰੇ ਮਰ ਗਏ ਆ, ਤੇਰੇ ਇਸ਼ਕ ਦੇ ਸਾੜੇ ਸੜ ਗਏ ਆ, ਤੇਰੀ ਨਜ਼ਰ ਦੇ ਮਾਰੇ ਮਰ ਗਏ ਆ,
ਤੇਰੇ ਇਸ਼ਕ ਦੇ ਸਾੜੇ ਸੜ ਗਏ ਆ ਤੇਰੇ ਕੁੱਤਿਆਂ ਦੇ ਕੋਈ ਪੈਰ ਚੁੰਮੇ ਤੇਰੇ ਕੁੱਤਿਆਂ ਦੇ ਕੋਈ ਪੈਰ ਚੁੰਮੇ ਕੋਈ ਬਣ ਜੋਗੀ ਕਰ ਆਇਆ ਏ ਕੋਈ ਬਣ ਜੋਗੀ ਕਰ ਆਇਆ ਏ ਯਾਰਾ ਡੱਕ ਲੈ ਖੂਨੀ ਅੱਖੀਆਂ ਨੂੰ ਸਾਨੂੰ ਤੱਕ ਤੱਕ ਮਾਰ ਮੁਕਾਇਆ ਏ ਦਿਲ ਜਾਨ ਜਿਗਰ ਜ਼ਖਮੀ ਕੀਤੇ ਦਿਲ ਜਾਨ ਜਿਗਰ ਜ਼ਖਮੀ ਕੀਤੇ ਨਜ਼ਰਾਂ ਦਾ ਤੀਰ ਚਲਾਇਆ ਏ ਨਜ਼ਰਾਂ ਦਾ ਤੀਰ ਚਲਾਇਆ ਏ ਵਾਹ 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 ਤਾੜੀਆਂ ਵੀ ਤਾੜੀਆਂ ਮਾਸ਼ਾਅੱਲਾ 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 ਇਹ ਕੋਈ ਐਸਾ ਵਕੂਆ ਹੋਇਆ ਵੀ ਹੈ ਕਿ ਗੁਜ਼ਾਰਾ ਸੁਣੋ ਮਜ਼ਾ ਜਿਹਾ ਆ ਰਿਹਾ ਮਤਲਬ ਉਬਣਾ ਚਾਹੀਏ ਆਊਟ ਆਫ ਫੈਮਿਲੀ ਹਾਂਜੀ ਵਾਹ ਮੁਰਸ਼ਦ ਬਹੁਤ ਖਰਾਬ ਹੋ ਗਿਆ ਨਾ ਮੁਰਸ਼ਦ ਮਾੜੀ ਮਾੜੀ ਕਰਕੇ ਨਾ ਗੱਲ ਪੂਰੀ ਪੁੱਛ ਲੈਂਦੇ ਨਹੀਂ ਨਹੀਂ ਕਹਿੰਦਾ ਨਹੀਂ ਉਹਨਾਂ ਦਾ ਉਹ ਬੜਾ ਹਾਲ ਹੋਇਆ ਕਿੱਥੇ ਕੁੜੀ ਦੇ ਬੈਠਿਆ ਮੈਂ ਤੁਹਾਨੂੰ ਪਹਿਲੇ ਵੀ ਕਹਿੰਦੀ ਸੀ ਅੰਮ੍ਰਿਤਸਰੀਆਂ 'ਚ ਨਾ ਕਰਿਓ ਹੁਣ ਭੁਗਤੋ ਕੋਈ ਅੱਛਾ ਵੀ ਹੈ ਤੇ ਬਹੁਤ ਅੱਛਾ ਅੱਛਾ ਤੁਸੀਂ ਇਸ ਤਰ੍ਹਾਂ ਇੱਕ ਤਿਆ ਤੁਸੀਂ ਬਹੁਤ ਅੱਛਾ ਗਾਇਆ ਮਾਸ਼ਾਅੱਲਾ ਰੀਅਲੀ ਰੀਅਲੀ ਗੁੱਡ ਇਹ ਕੀ ਹੋਇਆ ਇਹਨੂੰ ਕੋਈ ਕੁਛ ਸਮਝਾਓ ਜਾ ਕੇ ਉਹਨੂੰ ਕਹੀ ਇੱਧਰ ਅੰਦਰ ਆਇਆ ਤੈਨੂੰ ਏਡਾ ਨੁਸਰਤ ਚਾਹੀਦਾ ਤੇ ਬਹੁਤ ਅੱਛਾ ਕੋਈ ਹਾਲ ਨਹੀਂ ਅੱਛਾ ਖੈਰ ਬਹੁਤ ਅੱਛੇ ਬਹੁਤ ਅੱਛੇ ਤੇ ਇਹ ਉਹੀ ਚੱਲਣ ਡਿਆ ਜਿਹੜਾ ਤੁਸੀਂ ਗਾ ਖੇਡ ਅਸਲ 'ਚ ਉਹਨਾਂ ਨੇ ਉਸ ਕਮਰੇ 'ਚ ਨਾ ਇਹੀ ਉਹਨੂੰ ਉਹ ਪਤਾ ਨਹੀਂ ਗਿਆ ਕਿੱਥੇ ਹੈ ਉਹ ਵੀ ਮਤਲਬ ਸੁਭਾਨ ਅੱਲਾਹ ਬਹੁਤ ਅੱਛੇ ਬਹੁਤ ਅੱਛੇ ਚਲੋ ਜੀ ਇੱਕ ਗਾਣਾ ਸੁਣਾਉਣਾ ਤੁਹਾਨੂੰ ਮੈਂ ਅੱਛਾ ਹਾਂ ਅੱਜ ਇੱਕ ਗਾਣਾ ਮੈਂ ਸੁਣਿਆ ਬਹੁਤ ਅੱਛਾ ਲੱਗਾ ਮੈਨੂੰ ਜ਼ਾਤੀ ਤੌਰ 'ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਬਾਰੀ ਥਾਣੀ ਕਿਸੇ ਨੇ ਕਵਰ ਗਾਇਆ ਕੋਈ ਪਤਾ ਨਹੀਂ ਕੋਈ ਕਵਰ ਕਿਸੇ ਨੇ ਗਾਇਆ ਅਤੇ ਉਹ ਬੜਾ ਹੀ ਖੂਬਸੂਰਤ ਲੱਗਾ ਮੈਨੂੰ ਉਹਦਾ ਵੀਡੀਓ ਵੀ ਕਮਾਲ ਦਾ ਬਣਾਇਆ ਔਰ ਮੈਨੂੰ ਕਿਧਰੇ ਲੱਭ ਜਾਵੇ ਉਹ ਹਾਂ ਮੈਨੂੰ ਉੱਧਰ ਆਪਣੇ ਮੈਂ ਉਹ ਚਾਹਵਾਂਗਾ ਕਿ ਸਾਡੇ ਨਾ ਸੁਣਨ ਵਾਲੇ ਉਹ ਵੀਡੀਓ ਨੂੰ ਵੀ ਜ਼ਰੂਰ ਵੇਖਣ ਉਹਨਾਂ ਨੂੰ ਯੂਟਿਊਬ 'ਤੇ ਮੌਕਾ ਮਿਲ ਜਾਵੇ ਨਾ ਅਤੇ ਉਹ ਕਿਸੇ ਨੇ ਕਵਰ ਗਾਇਆ ਨਾ ਹੁਣ ਮੈਨੂੰ ਮੈਂ ਕਿਉਂਕਿ ਅੱਜ ਦੁਪਹਿਰ ਵੇਲੇ ਉਸ ਨੂੰ ਸੁਣਿਆ ਸੀ ਅਸਲ 'ਚ ਅੱਜ ਕੱਲ੍ਹ ਫੋਨ ਪਤਾ ਨਹੀਂ ਕਿਉਂ ਇੰਨੇ ਸਲੋਅ ਚੱਲਣ ਲੱਗ ਪਏ ਨੇ ਇਹ ਵੀ ਇੱਕ ਬੜੇ ਰੌਲੇ ਨੇ
ਹਾਂ ਅੱਛਾ ਤੇ ਇਹ ਗਾਣਾ ਬਾਰੀ ਥਾਣੀ ਰਬਾਬ ਮਨੀਰ ਹੈ ਜੀ ਇਹਨਾਂ ਨੇ ਗਾਇਆ ਔਰ ਔਰ ਮੈਂ ਚਾਹਾਂਗਾ ਕਿ ਜਿਹੜੇ ਲੋਕ ਮਿਊਜ਼ਿਕ ਨਾਲ ਖਾਸ ਤੌਰ 'ਤੇ ਵੀਡੀਓਗ੍ਰਾਫੀ ਨਾਲ ਜਿਹੜੇ ਡੀ ਓ ਪੀਜ਼ ਨੂੰ ਵੇਖਦੇ ਨੇ ਮਿਊਜ਼ਿਕ ਦੀ ਵੀਡੀਓ ਬਣਾਉਂਦੇ ਨੇ ਉਹ ਇਹਨਾਂ ਕੋਲੋਂ ਸਿੱਖਣ ਕੁਝ ਕਿ ਕਿੰਨਾ ਉਹਨਾਂ ਨੇ ਵਧੀਆ ਇਸ ਦਾ ਪੂਰਾ ਕੌਨਸੈਪਟ ਪੂਰਾ ਥੀਮ ਜਿਹੜਾ ਖੂਬਸੂਰਤ ਕਰਕੇ ਉਹਨਾਂ ਨੇ ਬਣਾਇਆ ਉਹ ਹੈਰਾਨ ਕਰਦੇ ਨਾਲ ਖੁਸ਼ੀ ਵੀ ਹੋਈ ਅਤੇ ਮੈਂ ਆਪਣੇ ਮਿੱਤਰਾਂ ਦੇ ਨਾਲ ਮਿਊਜ਼ਿਕ ਨਾਲ ਜੁੜੇ ਲੋਕਾਂ ਨਾਲ ਔਰ ਇਲਮ ਅਦਬ ਦੇ ਨਾਲ ਜੁੜੇ ਲੋਕਾਂ ਨਾਲ ਬਹਿ ਕੇ ਇਹ ਸਟੂਡੀਓ ਦੇ 'ਚ ਗਾਣਾ ਸੁਣਨ ਲੱਗਾ ਔਰ ਕਿਸੇ ਦਿਨ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਲੈ ਆਈਏ ਔਰ ਆਪਣੇ ਸਟੂਡੀਓ ਦੇ ਵਿੱਚ ਇਹ ਸੁਖਨ ਸਾਜ਼ ਇੱਕ ਚੈਨਲ ਹੈ ਜੀ ਯੂਟਿਊਬ 'ਤੇ ਬਿਲਕੁਲ ਰੀਸੈਂਟ ਹੀ ਬਣਿਆ ਅਤੇ ਇੱਕ ਬੜੀ ਮਿਊਜ਼ੀਕਲ ਇੱਕ ਸ਼ੋਰਟ ਇੱਕ ਮੂਵੀ ਵਰਗਾ ਹੀ ਵੀਡੀਓ ਇਹਨਾਂ ਨੇ ਬਣਾਇਆ ਜੀ ਫਾਤਮਾ ਅਸਦ ਅਤੇ ਸ਼ਹਿਰਯਾਰ ਸੁਲਤਾਨ ਅਸਦ ਖਾਨ ਔਰ ਫਜ਼ਲੇ ਕਦੀਰ ਨੇ ਇਹਦੇ ਵਿੱਚ ਐਕਟਿੰਗ ਕੀਤੀ ਹੈ ਅਤੇ ਵੋਕਲ ਜਿਹੜਾ ਉਹ ਰਬਾਬ ਮਨੀਰ ਹੈ ਅਤੇ ਪਿੱਛੇ ਅਲਾਪ ਸਮੀ ਖਾਨ ਦਾ ਅਤੇ ਮਿਊਜ਼ਿਕ ਵੀ ਸਮੀ ਖਾਨ ਨੇ ਦਿੱਤਾ ਹੈ ਸਮੀ ਖਾਨ ਅਤੇ ਡੀ ਓ ਪੀ ਨਵੀਦ ਅਕਬਰ ਅਤੇ ਇਹ ਕੋਰੀਓਗ੍ਰਾਫੀ ਵੀ ਹੋਈ ਹੈ ਨਵੀਦ ਅਕਬਰ ਨੇ ਕੀਤੀ ਹੈ ਅਤੇ ਬਾਕੀ ਹੈ ਕਿ ਇਹ ਬਹੁਤ ਵਧੀਆ ਇੱਕ ਪ੍ਰੋਡਕਸ਼ਨ ਹੈ ਨਵੀਦ ਅਕਬਰ ਦੀ ਪ੍ਰੋਡਕਸ਼ਨ ਔਰ ਡਾਇਰੈਕਸ਼ਨ ਦੇ ਵਿੱਚ ਇਹ ਹੋਇਆ ਉਹਨੇ ਹੀ ਪ੍ਰੋਡਿਊਸ ਕੀਤਾ ਅਤੇ ਇਹ ਕਵਰ ਗਾਣਾ ਮੈਨੂੰ ਘੱਟ ਹੀ ਖਾਸ ਤੌਰ 'ਤੇ ਵੀਡੀਓ ਵੱਲੋਂ ਮੈਨੂੰ ਘੱਟ ਮਤਲਬ ਇੰਜ ਦਾ ਮੈਂ ਵੇਖਿਆ ਪੰਜਾਬ ਨੂੰ ਉਹਨੇ ਔਰ ਸੁਬਹਾ ਇੱਕ ਦਿਨ ਚੜ੍ਹਦਾ ਹੈ ਅਤੇ ਮੁਹੱਬਤ ਦਾ ਗੀਤ ਹੈ ਅਤੇ ਔਰ ਕੰਟੈਂਟ ਵੀ ਉਹਨਾਂ ਨੇ ਪੂਰਾ ਲਿਆ ਮਤਲਬ ਵੈਸੇ ਤਾਂ ਸ਼ਾਇਦ ਗਾਣੇ ਨਾਲੋਂ ਉੱਦਾਂ ਹੀ ਹੋਵੇ ਲੇਕਿਨ ਇਹ ਵੀ ਕਿ ਜਿੰਨਾ ਕੀਤਾ ਉਹਨਾਂ ਨੇ ਬੜਾ ਵਧੀਆ ਕੀਤਾ ਸੋ ਪੰਜਾਬ ਦੀ ਜਿਹੜੀ ਬੜੀ ਵਧੀਆ ਜੀ ਝਲਕ ਉਹਦੇ ਅੰਦਰ ਨਜ਼ਰ ਆਉਂਦੀ ਹੈ ਆਓ ਵੀ ਤੁਹਾਨੂੰ ਸੁਣਾਉਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਗੀਤ ਹੋਰ ਸੁਣਾਂਗੇ ਬਾਰੀ ਥਾਣੀ ਅੜਿਆ ਬਾਰੀ ਥਾਣੀ ਚੜਿਆ ਨਵਾਂ ਦਿਨ ਅੜਿਆ
खानी कत दी चर खानी कत दी रात तेरी तक दी जिंद मेरी डाढ़ी सुख गई चरखे दी कुक मुक गई चरखानी कत दी चरखानी कत दी रात तेरी तक दी जिंद मेरी डाढ़ी सुख गई चरखे दी कुक मुक गई ਕਰਾਚੀ ਲੈਲਪੁਰ ਪਿੰਡੀ ਅਤੇ ਮੁਲਤਾਨ ਮੈਂ ਤੁਹਾਡਾ ਆਪਣਾ ਅਫਜ਼ਲ ਸਾਹਿਰ ਅਤੇ ਗੱਲਾਂ ਹੋ ਗਈਆਂ ਨੇ ਜੀ ਬੱਸੋਂ ਬਾਹਰ ਅਤੇ ਹੁਣ ਆਖਰ ਦੇ ਉੱਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੁਝ ਸੁਣੀਏ ਆਪਣਾ ਨੁਮਾਨ ਮਜੀਦ ਔਰ ਆਪਣਾ ਅਹਿਮਦ ਅਲੀ ਇਹ ਸਾਨੂੰ ਆਖਰ 'ਤੇ ਕੀ ਸੁਣਾਉਂਦੇ جی بسم اللہ آہ
यार यार हर कोई कहंदा औखी बड़ी निभोनी यारी यार दीवाने वैद की जान की होंदी इश्क बीमारी यार बह गया नैणा दे बूहे आके हो यार बह गया यार बह गया नैणा दे बूहे आके खुदा दी गल की करिए यार बह गया नैणा दे बूहे आके यार बह गया नैणा दे बूहे आके बह गया नैणा दे बूहे आके खुदा दी गल की करिए सानू लुट लिया ओ सानू लुट लिया सानू लुट लिया नजरा मिला के खुदा दी गल की करिए यार बह गया नैणा दे बूहे आके मेरा यार मेरा प्यार मेरी जाने मेरा यार मेरा प्यार मेरी जाने मेरा दीन ते ईमान निगेबाने मेरा दीन ते ईमान निगेबाने ओ मेरे मन विच जोत जगा के खुदा दी गल की करिए यार बह गया नैणा दे बूहे आके यार बह गया नैणा दे बूहे आके बह गया नैणा दे बूहे आके खुदा दी गल की करिए सानू लुट लिया ओ सानू लुट लिया नजरा मिला के खुदा दी गल की करिए यार बह गया नैणा दे बूहे आके कोजी कमली नू अपनी बना लिया कोजी कमली नू अपनी बना लिया मेनू चिकड़ परी नू गल ला लिया मेनू चिकड़ परी नू गल ला लिया सिर यार दी दहलीज ते झुका के ओ सिर यार दी दहलीज ते झुका के खुदा दी गल की करिए यार बह गया नैणा दे बूहे आके झूठी दुनिया दा झूठाई प्यारे झूठी दुनिया दा झूठाई प्यारे तेरा रब ही दीवाने तेरा यारे तेरा रब ही दीवाने तेरा यारे तेनू दिल वाले ओ तेनू दिल वाले शीशे च मड़ा के खुदा दी गल की करिए यार बह गया नैणा दे बूहे आके यार बह गया नैणा दे बूहे आके बूहे आके खुदा दी गल की करिए सानू लुट लिया ओ सानू लुट लिया नजरा मिला के खुदा दी गल की करिए यार बह गया नैणा दे बूहे आके वाह क्या कहने क्या कहने जी बहुत ही खूब मेरा ख्याल एक बारी सारे जने सी इन्हां वास्ते ताड़ियां मार दी क्या कहने आ देखो असीं किन्नियां सारियां मतलब बाकी जिहड़ियां वधियां ने वह भी तुहाडियां पैन बहुत खुशी हुई अहमद अली शुक्रिया और नुमान मजीद आप दा शुक्रिया मकसूद खुशी साहब आप दा और अपने शबीर जी दा तो फिर है ही है ना ते अबरार जोजफ अहिल और नाल सागर अलीम दा भी शाहिद ने सोने की चोरी सजना ते चून हाथ विच पाई हुई है चूड़ी सोने की ये गो गाना सुनना चाहते सन ये रह गया ते मैसम शाह जौहर टाउन तो उन्होंने कहा थी लाहौर बस कुछ भी नहीं कहना आप यहाँ हैं अच्छा लग रहा है जी बस जो भी वेलकम डॉक्टर दुर्रे आदम ने क्या कि सलाम होप यू आर ऑल डूइंग वेल हु हैज़ रिटन दिस सॉन्ग आई ऑनेस्टली कॉन्ट अंडरस्टैंड अ वर्ड of what he says
but his candidness and simplicity leaves me spellbound. Please explain the lyrics. I wrote about the gentleman named Lohar. Dr. Sabha ji, you sent the love of love, but in the next or the program, we will explain it. Before time, you will text me, either way or other way. Then, inshallah, I will open it for a few days. ਜਿਹੜਾ ਐਕਸਪਲੇਨ ਕਰ ਦਿਆਂਗੇ ਕਿ ਇਹਦੇ ਕੀ ਕੰਟੈਂਟ ਕੀ ਹੈ ਅਤੇ ਹੁਣ ਦੇ ਦਿਓ ਇਜਾਜ਼ਤ ਆਪਣਾ ਰੱਖਣਾ ਖਿਆਲ ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ ਜਾਂਦੇ ਜਾਂਦੇ ਮੀਆਂ ਸਭ ਦੇ ਬੋਲ ਨੇ ਕਿ ਲੈ ਉਹ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਅਤੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫਿਰ ਮਿਲਾਂਗੇ ਅੱਲਾਹ ਦੀ FM 103 की आवाज इन हवाओं के दोष पर आपकी समातों की नजर सुना कीजिए FM 103 मस्त तो इसलिए जो है वो आपको थोड़ी सी उन उन चीजों को जो हमें अच्छा कुछ चीजें फेमिलियर एंड इससे करिए एक्सेप्टेबल जो है वो हमारे नहीं होती तो हमें थोड़ा सा जब हम ये कहते हैं कि कोई हमारा महबूब वैसे तो हमारे यहाँ मोहब्बत के ऊपर जो है वो इतने सारे पहले हैं कि हमें जो है वो थोड़ा सा इससे इज्तनाब भी करना पड़ता है वी लाइक ज्यादा अगर हम भी जाए तो हम दोस्ती तक जो है वो रहते हैं या कुछ ऐसा है या थोड़ा बहुत ये कह देते हैं कि प्यार है मुझे यहाँ तो ये ऐसा है तो यूजली लोग जो है वो महबूब बोलते हुए थोड़ा सा घबराते हैं सो चलिए टर्न लेते हैं हम लोग हम ये कहते हैं ये बिलव्ड वन ना अगर दूर के रहने वाला है